ਅਸਲਾਮ ਵਾਲੇਕੁਮ, ਮੈਂ ਤੁਹਾਡੀ ਹੋਸਟ ਤੁਹਾਡੀ ਦੋਸਤ ਨਾਲ ਸੁਣਾਉਣਾ ਤੁਹਾਡੇ ਫੇਵਰ ਪ੍ਰੋਗਰਾਮ ਸੱਤ ਰੰਗ ਦੇ ਨਾਲ ਆ ਚੁੱਕੀ ਹਾਂ SGN ਤੋਂ, ਸਾਡਾ ਟੀਵੀ ਨੈਟਵਰਕ ਤੋਂ। ਤਾਂ ਜਨਾਬ ਆਫਕੋਰਸ ਤੁਹਾਡੀ ਰਿਸਪੋਂਸੀਬਿਲਟੀ ਬਣਦੀ ਹੈ, ਫੋਰਨ ਤੋਂ ਪਹਿਲੇ ਆ ਜਾਓ। ਹਾਂ, ਕੁਝ ਲੋਕ ਵੇਟ ਕਰ ਰਹੇ ਹੋਣਗੇ, ਫਿਰ ਸੋਚਣਗੇ, ਕਈ ਲੋਕ ਇਸ ਲਈ ਵੇਟ ਕਰਦੇ ਆ ਉਹ ਮੈਨੂੰ ਦੱਸ ਸਕਣ ਕਿ ਮੈਂ ਲੇਟ ਹੋ ਗਈ, ਤੇ ਕਈ ਲੋਕ ਉਹਦਾ ਹੀ ਵੇਟ ਕਰਦੇ ਆ ਕਿਉਂਕਿ ਉਹਨਾਂ ਵੇਟ ਕਰਨਾ ਹੁੰਦਾ ਮੇਰਾ। ਲਓ ਜੀ, ਇਹ ਕੌਣ ਨੇ? ਬਤਾਮਾ ਅਰੋਰਾ ਹੈ, ਬੁਮਾਟਾ ਬੁਮਾਟਾ ਹਾਏ ਕਰਦੇ ਨੇ, ਚੰਨ ਪਰਦੇਸੀ ਆ ਗਏ ਨੇ, ਚੰਨ ਪਰਦੇਸੀ ਕਿੱਦਾਂ ਹੋ ਫਾਰੂਕ ਕਹਿੰਦੇ ਨੇ ਜੀ ਹਾਏ। ਤੇ ਇਹ ਕੌਣ ਨੇ? ਬਮਾਤਾ, ਇਹ ਕੌਣ ਨੇ ਬਮਾਤਾ ਯਾਰ? ਇਟਸ ਨਿਊ ਪਰਸਨ, ਇਜ਼ ਦੈਟ ਨਿਊ? ਤੇ ਆਹ ਕੌਣ ਨੇ? ਚੰਨ ਪਰਦੇਸੀ ਨਾਈਸ ਕਹਿੰਦੇ ਨੇ, ਤੇ ਨਵਾਬ ਅਲੀ ਮਹਿਰ ਆ ਗਏ ਨੇ ਕਹਿੰਦੇ ਨੇ ਹਾਂਜੀ। ਤੇ ਅਲੀ ਜੀ ਅਲੀ ਆ ਗਏ ਨੇ ਕਹਿੰਦੇ ਨੇ ਹੈਲੋ ਬੇਬੀ ਹੈਲੋ ਜੀ। ਲੁਕਮਾਨ ਨੇ ਲਿਆਕਤ ਨੇ ਲਿਆਕਤ ਕਹਿੰਦੇ ਨੇ ਹਾਏ, ਮਿਰਜ਼ਾ ਕਹਿੰਦੇ ਨੇ ਹਾਏ, ਜ਼ਿਸ਼ਾਨ ਕਹਿੰਦੇ ਨੇ ਸਲਾਮ, ਆਮਿਰ ਕਹਿੰਦੇ ਨੇ ਜੀ ਵੈਰੀ ਨਾਈਸ, ਤੇ ਆਕਿਬ ਨਾਈਸ ਕਹਿ ਰਹੇ ਨੇ, ਆਕਿਬ ਤਾਰਨ ਮਿਸਟਰ ਆਕਿਬ ਤਾਰਨ ਜਾਂ ਮੁਹੰਮਦ ਆਕਿਬ ਤਾਰਨ ਵਟ ਐਵਰ। ਇਹ ਕੌਣ ਨੇ? ਕੁਲਵਿੰਦਰ ਰੰਗ ਜੀਤੇ ਕਿੱਦਾਂ ਦੇ ਨਾਂ ਲਿਖਿਆ? ਚੰਨ ਪਰਦੇਸੀ ਕਹਿੰਦੇ ਨੇ ਅੱਲਾ ਪਾਕ ਕਾ ਸ਼ੁਕਰ ਹੈ। ਲਓ ਜੀ, ਜ਼ਿਸ਼ਾਨ ਕਹਿੰਦੇ ਨੇ ਕੈਸੇ ਹੋ, ਬੜੀ ਵਧੀਆ ਗੱਲ ਹੈ, ਅੱਲਾ ਪਾਕ ਦਾ ਸ਼ੁਕਰ ਆ। ਤੇ ਨਵਾਬ ਜ਼ਾਦਾ ਕਹਿੰਦੇ ਨੇ ਹੈਲੋ ਨਵਾਬ ਜ਼ਾਦਾ ਕਿੱਦਾਂ? ਸ਼ਕੀਲ ਕਹਿੰਦੇ ਨੇ ਹੈਲੋ ਜੀ। ਜ਼ਿਸ਼ਾਨ ਕਹਿੰਦੇ ਨੇ ਚਸ਼ਮੇਸ਼ ਚਸ਼ਮਾ ਕਹਾਂ ਹੈ, ਆ ਲਾ ਲਿਆ ਚਸ਼ਮਾ ਜਨਾਬ। ਤੇ ਮੁਰੀਦ ਵਜ਼ੀਰ ਕਹਿੰਦੇ ਨੇ ਖਾਂ, ਤੇ ਜਸਗਿਲ ਕਹਿੰਦੇ ਨੇ ਹੈਲੋ ਮਾਈ ਡੀਅਰ ਨੈਨਾ ਸੁਨੈਨਾ। ਹਾਂਜੀ ਜਸਗਿਲ, ਕਿੱਦਾਂ ਤੂੰ? ਤਬੀਅਤ ਕਿੱਦਾਂ ਦੀ ਆ? ਰਾਣਾ ਕਹਿੰਦੇ ਨੇ ਹਾਏ, ਤੇ ਚੰਨ ਪਰਦੇਸੀ ਕਹਿੰਦੇ ਨੇ ਤੁਸਾਂ ਦਾ ਕੀ ਹਾਲ ਹੈ? ਅਸਾਂ ਵੀ ਠੀਕ ਆ, ਅੱਲਾ ਦਾ ਸ਼ੁਕਰ ਆ ਬਹੁਤ ਜ਼ਿਆਦਾ। ਉਸਮਾਨ ਕਹਿੰਦੇ ਨੇ ਹੈਲੋ, ਤੇ ਅਰਸਲਾਨ ਕਹਿੰਦੇ ਨੇ ਹੈਲੋ ਬੇ, ਬਾਏ ਬਾਏ ਕੈਸੀ ਹੋ? ਅਦਨਾਨ ਕਹਿੰਦੇ ਨੇ ਅਸਲਾਮ ਅਲੈਕੁਮ, ਤੇ ਦਾਨਿਸ਼ ਕਹਿੰਦੇ ਨੇ ਆਲਸੋ ਡੋਂਟ ਟਾਕ ਲਾਈਕ, ਪਤਾ ਨਹੀਂ ਕੀ। ਸੁਮੇਰ ਕਹਿੰਦੇ ਨੇ ਮਾਸ਼ਾਅੱਲਾ ਜੀ। ਜ਼ੈਨ ਜੱਟ ਕਹਿੰਦੇ ਨੇ ਅੱਜ ਮੇਕਅਪ ਨਹੀਂ ਕੀਤਾ, ਨਹੀਂ ਤੁਸੀਂ ਕਹਿੰਦੇ ਹੋ ਕਿ ਮੇਕਅਪ ਤੋਂ ਬਗੈਰ ਆਇਆ ਕਰ, ਇਸ ਲਈ ਮੈਂ ਬਹੁਤ ਥੋੜਾ ਕੀਤਾ, ਲਿਟਲ ਬਿਟ ਲਿਪਸਟਿਕ ਲਾਇਆ। ਤੇ ਇਹ ਕੌਣ ਨੇ? ਅਵਾਨ ਕਹਿੰਦੇ ਨੇ ਹਾਊ ਆਰ ਯੂ ਅਬ? ਤੇ ਦੁਬਈ ਚ ਇਮਰਾਨ ਕਹਿੰਦੇ ਨੇ ਦੁਬਈ ਕੁਈਨ। ਸਮੀਰ ਕਹਿੰਦੇ ਨੇ ਅੱਜ ਤੋਂ ਗਜ਼ਬ ਕੀ ਲੱਗ ਰਹੀ ਹੋ? ਤੇ ਹਾਏ ਕਹਿੰਦੇ ਨੇ ਬਿਊਟੀਫੁਲ ਬਿਊਟੀਫੁਲ ਅਲੀ ਜੀ, ਅਲੀ ਜੀ ਥੈਂਕ ਯੂ। ਮਹਿਰ ਕਹਿੰਦੇ ਨੇ ਹੈਲੋ ਜੀ ਕੈਸੇ? ਜਸਗਿਲ ਕਹਿੰਦੇ ਨੇ ਠੀਕ ਆ ਅਸੀਂ, ਤੁਸੀਂ ਦੱਸੋ? ਮੈਂ ਵੀ ਵਧੀਆ। ਨਵਾਬ ਕਹਿੰਦੇ ਨੇ ਤੇਰੇ ਲਿਪਸ ਬਹੁਤ ਵਧੀਆ। ਹਮੀਦ ਕਹਿੰਦੇ ਨੇ ਸਲਾਮ, ਵਾਲਿਕਮ ਸਲਾਮ। ਤੇ ਮੁਰੀਦ ਵਜ਼ੀਰ ਕਹਿੰਦੇ ਨੇ ਵਾਜੀਵਾ, ਅਬਦੁਲ ਕਹਿੰਦੇ ਨੇ ਨਾਈਸ, ਮੁਹੰਮਦ ਕਹਿੰਦੇ ਨੇ ਹਾਊ ਆਰ ਯੂ, ਜਮੀਲ ਕਹਿੰਦੇ ਸੋ ਨਾਈਸ ਸਮਾਈਲ, ਜਵੇਦ ਮਲਿਕ ਕਹਿੰਦੇ ਨੇ ਹਾਏ ਜਾਨੀ ਕੈਸੀ ਹੋ? ਮੈਂ ਵਧੀਆ। ਇਮਰਾਨ ਕਹਿੰਦੇ ਨੇ ਅੱਜ ਤੋਂ ਬਹੁਤ ਸੋਹਣੀ ਲੱਗ ਰਹੀ ਹੋ। ਅੱਛਾ, ਮੈਂ ਨਾ ਘਰ ਦੇ ਕੱਪੜਿਆਂ 'ਚ ਲੱਗੀ ਫਿਰਦੀ ਸੀ ਤਾਂ ਮੈਂ ਰੈੱਡ ਸੂਟ ਪ੍ਰੈਸ ਕੀਤਾ। ਕੱਲ੍ਹ ਮੈਨੂੰ ਕਿਸੇ ਨੇ ਫਰਮਾਇਸ਼ ਪਾਈ ਸੀ ਵੀ ਰੈੱਡ ਸੂਟ ਕਿਸ ਦਿਨ ਪਾਉਣਾ। ਮੈਂ ਉਹਨੂੰ ਕਿਹਾ ਵੀ ਜਿਸ ਦਿਨ ਕਰੂਜ਼ 'ਤੇ ਸਾਰੇ ਜਣੇ ਆਓਗੇ ਉਸ ਦਿਨ ਪਾਵਾਂਗੇ। ਫਿਰ ਮੈਂ ਸੋਚਿਆ ਕਰੂਜ਼ 'ਤੇ ਹਾਲੀ ਟਾਈਮ ਹੈਗਾ, ਪਹਿਲੀ ਪਾ ਲਓ, ਐਡਾ ਕੀ ਤਰਸਾਉਣਾ। ਅਤੇ ਮੈਂ ਫਿਰ ਇੱਕ ਰੈੱਡ ਸੂਟ ਪ੍ਰੈਸ ਕੀਤਾ, ਪਰ ਜਦੋਂ ਮੈਂ ਮਤਲਬ ਤਿਆਰ ਹੋ ਗਈ, ਵਾਲ ਵੂਲ ਵਾਲੇ, ਅੱਜ ਕੰਘੀ ਮੈਂ ਬੜੇ ਦਿਨਾਂ ਬਾਅਦ ਕੰਘੀ ਕੀਤੀ, ਦੁਬਈ ਆ ਕੇ ਕੰਘੀ ਕਰਨ ਦਾ ਟਾਈਮ ਨਹੀਂ ਲੱਗਦਾ। ਤਾਂ ਫਿਰ ਮੈਂ ਕਿਹਾ ਯਾਰ ਅੱਜ ਇੱਦਾਂ ਹੀ ਸੀ, ਕੱਲ੍ਹ ਪਾਵਾਂਗੀ ਰੈੱਡ, ਹੈ ਜੀ। ਅਤੇ ਹੁਣ ਮੈਂ ਕੱਲ੍ਹ ਪਾਵਾਂਗੀ। ਆਸਫ ਕਹਿੰਦੇ ਨੇ ਵਾਜੀਵਾ, ਅਦਨਾਨ ਕਹਿੰਦੇ ਨੇ ਕੀ ਹਾਲ ਚਾਲ ਹੈ, ਇਰਸ਼ਾਦ ਕਹਿੰਦੇ ਨੇ ਹੈਲੋ ਹਾਊ ਆਰ ਯੂ, ਰਮੀਜ਼ ਕਹਿੰਦੇ ਨੇ ਸੋ ਕਿੱਧਰ ਸੋ, ਕਿੱਧਰ ਸੋ, ਸੋ ਕਿੱਧਰ ਸੋ, ਮੈਂ ਇੱਥੇ ਸੋ। ਤੇ ਸ਼ਾਹ ਅੰਜੁਮ ਕਹਿੰਦੇ ਨੇ ਅਸਲਾਮ ਅਲੈਕੁਮ ਜਾਨੀ, ਕੀ ਹਾਲ ਤੁਹਾਡਾ? ਮੈਂ ਵਧੀਆ ਜੀ। ਅਹਿਮਦ ਰਜ਼ਾ ਕਹਿੰਦੇ ਨੇ ਗਰਮੀ ਆ ਗਈ, ਗਰਮੀ ਕਿੱਥੇ ਆ ਗਈ? ਇੱਥੇ ਗਰਮੀ ਆ, ਹਾਂ ਦੁਬਈ 'ਚ ਗਰਮੀ ਆ। ਤੇ ਇਹ ਕੌਣ ਨੇ? ਨਬੀਲ ਕਹਿੰਦੇ ਨੇ ਹੈਲੋ, ਤੇ ਮਜ਼ਹਰ ਕਹਿੰਦੇ ਨੇ ਵੈਰੀ ਨਾਈਸ, ਇਮਰਾਨ ਕਹਿੰਦੇ ਨੇ ਉਹ ਜੀ ਬਹੁਤ ਬੇਨਜ਼ੀਰ ਕੀਤਾ ਤੁਹਾਡਾ, ਵੇਟ ਕੀਤਾ। ਨਬੀਲ ਕਹਿੰਦੇ ਨੇ ਲਵ, ਆਸਿਫ ਕਹਿੰਦੇ ਨੇ ਵੈਰੀ ਨਾਈਸ, ਮਜ਼ਹਰ ਕਹਿੰਦੇ ਨੇ ਹੈਲੋ ਜੀ, ਉਮਰ ਕਹਿੰਦੇ ਨੇ ਟੂਡੇ ਸੋ ਮਚ ਕਿਊਟ, ਤੇ ਸੁਮੀਰ ਕਹਿੰਦੇ ਨੇ ਬਲੈਕ ਡਰੈਸ ਪਹਿਨੋ ਪਲੀਜ਼, ਕਿੰਨੇ ਮੈਂ ਬਲੈਕ ਪਾਇਆ। ਨਬੀਲ ਕਹਿੰਦੇ ਨੇ ਲਵ, ਅਬਦੁਲ ਕਹਿੰਦੇ ਨੇ, ਅਬਦੁਲ ਰਸ਼ੀਦ ਕਹਿੰਦੇ ਨੇ ਵੈਰੀ ਨਾਈਸ ਜੀ, ਅਮੀਰ ਕਹਿੰਦੇ ਨੇ ਅਮੀਰ ਸਵੀਟ ਗਰਲ ਐਂਡ ਨਾਈਸ ਸਮਾਈਲ, ਅਦਨਾਨ ਕਹਿੰਦੇ ਨੇ ਸਦਾ ਖੁਸ਼ ਰਹੋ, ਸੇਮ ਟੂ ਯੂ, ਜਹਾਂ ਜ਼ੇਬ ਕਹਿੰਦੇ ਨੇ ਜਾਨ ਨਾਈਸ ਕੀ ਹੋਣ ਡਿਆ, ਇਮਰਾਨ ਕਹਿੰਦੇ ਨੇ ਦੁਬਈ ਦਾ ਮੌਸਮ ਕਿੱਦਾਂ ਦਾ, ਇੱਦਾਂ ਦਾ ਯਾਰ ਜਿੱਦਾਂ ਦੀ ਮੈਨੂੰ ਵੇਖ ਰਹੇ ਹੋ, ਆਸਿਫ ਕਹਿੰਦੇ ਨੇ ਆਈ ਲਵ ਯੂ, ਵਾਜਿਦ ਕਹਿੰਦੇ ਨੇ ਹੈਲੋ, ਨਬੀਲ ਕਹਿੰਦੇ ਨੇ ਲਵ, ਜਵੇਦ ਕਹਿੰਦੇ ਨੇ ਜੋਰਡਨ ਸੇ ਹੂੰ, ਹਾਂਜੀ ਜਵੇਦ ਮਲਿਕ ਸਾਹਿਬ, ਜੋਰਡਨ ਵਾਲਿਆਂ ਦਾ ਕੀ ਹਾਲ ਹੈ? ਹੈਲੋ ਜੀ, ਕਿਸੇ ਨੇ ਹਿੰਦੀ 'ਚ ਲਿਖਿਆ, ਅਦਨਾਨ ਕਹਿੰਦੇ ਨੇ ਨਾਈਸ, ਤੇ ਸ਼ਕੀਲ ਕਹਿੰਦੇ ਨੇ ਵੈਰੀ ਨਾਈਸ, ਮਹਿਰ ਕਹਿੰਦੇ ਨੇ ਦੁਬਈ ਮੇਂ ਕਿਆ ਕੰਮ ਕਰਤੀ ਹੋ, ਆਹੀ ਕਰਨੀ ਹੈ ਜਨਾਬ, ਆ ਮੇਰਾ ਕੰਮ ਆ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਦੀ। ਵਾਜਿਦ ਗੁਜਰ ਕਹਿੰਦੇ ਨੇ ਸਵੀਟ, ਨਬੀਲ ਕਹਿੰਦੇ ਨੇ ਹੈਲੋ, ਮਜ਼ਰ ਕਹਿੰਦੇ ਨੇ ਬਾਦਸ਼ਾਹ ਬਾਦਸ਼ਾਹ ਕਹਿੰਦੇ ਆ, ਤੇ ਮੁਹੰਮਦ ਕਹਿੰਦੇ ਨੇ ਸੋ ਸਵੀਟ, ਫੈਸਲ ਕਹਿੰਦੇ ਨੇ ਬਹੁਤ ਪਿਆਰੀ ਲੱਗਦੀ ਹੋ, ਫੈਸਲ ਮੁਹੰਮੂਦ ਸੇਮ ਟੂ ਯੂ, ਫੈਸਲ ਮਹਿਮੂਦ ਸੇਮ ਟੂ ਯੂ, ਹਾਂਜੀ, ਵੀ ਆਰ ਨੋਟ ਨੀਡ ਲਾਈਕ ਯੂ ਪਰਸਨ। ਵਾਜਿਦ ਗੁਜਰ ਕਹਿੰਦੇ ਨੇ ਲਵ ਯੂ, ਇਮਰਾਨ ਕਹਿੰਦੇ ਨੇ ਤੁਹਾਡੇ ਦੇਵਰ ਨੂੰ ਜੋਬ ਲੱਭੀ ਕਿ ਨਹੀਂ? ਨਹੀਂ ਲੱਭੀ ਯਾਰ। ਉਹ ਕੁਰਬਾਨ ਕਹਿੰਦੇ ਨੇ ਹੈਲੋ ਕੈਸੇ, ਇਫਤਖਾਰ ਕਹਿੰਦੇ ਨੇ ਅਰੇ ਵਾਹ, ਅਰੇ ਐਵੇਂ ਰੁਸਿਆ ਨਾ ਕਰ ਮੇਰੀ ਜਾਨ। ਸ਼ਕੀਲ ਕਹਿੰਦੇ ਨੇ ਅੱਜ ਕੱਲ੍ਹ ਪਤਾ ਨਹੀਂ ਵਿਕਸਨ, ਅਸੀਂ ਕੱਲ੍ਹ ਵੇਖਿਆ ਸੀ। ਅਸਲ ਕਹਿੰਦੇ ਲੁਕਿੰਗ ਨਾਈਸ, ਤੇ ਮਜ਼ਹਰ ਕਹਿੰਦੇ ਨੇ ਸੋ ਹੁੰਦਾ, ਐਸ ਪੀ ਹੁੰਦਾ ਨੈਨਾ, ਐਸ ਪੀ ਕੀ ਹੁੰਦਾ? ਉਸਮਾਨ ਕਹਿੰਦੇ ਨੇ ਹਾਊ ਆਰ ਯੂ, ਵਕਾਸ ਕਹਿੰਦੇ ਨੇ ਬਹੁਤ ਬੋਲਤੀ ਹੋ, ਨਵਾਬ ਕਹਿੰਦੇ ਨੇ ਜੀ ਮੇਰਾ ਕਮੈਂਟ ਵੀ ਪੜ੍ਹ ਲਓ, ਪੜ੍ਹ ਲਿਆ ਜਨਾਬ, ਕੋਈ
ਐਡਾ ਵੀ ਪਿਆਰਾ ਹੋ ਸਕਦਾ? ਅਹਿਮਦ ਰਜ਼ਾ ਕਹਿੰਦੇ ਨੇ ਹਾਂਜੀ। ਅਲੀ ਹੁਸੈਨ ਕਹਿੰਦੇ ਨੇ ਹੋ ਆਰ ਯੂ, ਮੈਂ ਵਧੀਆ। ਆਜ਼ਮ ਕਹਿੰਦੇ ਨੇ ਬਹੁਤ ਪਿਆਰੀ ਲੱਗ ਰਹੀ ਹੋ। ਐਸ ਕੇ ਸੱਦਾਮ ਕਹਿੰਦੇ ਨੇ ਹਾਏ, ਮਲਿਕ ਕਹਿੰਦੇ ਨੇ ਨਾਈਸ, ਨਬੀਲ ਕਹਿੰਦੇ ਨੇ ਹਾਏ, ਨਵਾਜ਼ ਕਹਿੰਦੇ ਨੇ ਹੈਲੋ, ਫਾਰੂਕ ਭੱਟ ਕਹਿੰਦੇ ਨੇ ਹਾਏ, ਨਜ਼ਰ ਕਾ ਖਤਰਾ ਹੈ, ਹਾਏ ਨਜ਼ਰ ਕਾ ਖਤਰਾ, ਉਹ ਨਜ਼ਰ ਨਹੀਂ ਪਾਈ। ਆਜ਼ਮ ਕਹਿੰਦੇ ਨੇ ਹੋ ਆਰ ਯੂ, ਯਾਦ ਕਰਾਤਾ, ਵਧੀਆ ਕੀਤਾ ਪਾ ਲਈ। ਨਵਾਬ ਕਹਿੰਦੇ ਨੇ ਜੀ ਵਾਹ ਜੀ ਵਾਹ, ਕਿਆ ਬਾਤ ਹੈ। ਇਸ਼ਫਾਕ ਕਹਿੰਦੇ ਨੇ ਬਹੁਤ ਪਿਆਰੀ ਲੱਗ ਰਹੀ ਹੋ। ਇਸ਼ਫਾਕ ਅਹਿਮਦ, ਸੇਮ ਟੂ ਯੂ, ਹਾਂਜੀ ਆਹੀ ਕਹਿ ਸਕਦੇ ਹਾਂ ਤੁਹਾਡੇ ਲਈ। ਐਸਟੀਅਨ ਕਹਿੰਦੇ ਨੇ ਬੰਦਾ ਬੰਜਾ ਦਿਲਾਂ ਦੇ ਅਜਾਨੀਆਂ, ਬੰਦਾ ਬਨ ਜਾ ਦਿਲਾਂ ਦੇ ਅਜਾਨੀਆਂ, ਮੈਂ ਤੇਰੇ ਨਵੇਂ ਆਈ ਹੋਈ ਆ। ਤੇ ਜਸਕਿਲ ਕਹਿੰਦੇ ਨੇ ਕੀ ਹੈ, ਜਸਕਿਲ ਕਹਿੰਦੇ ਨੇ ਲਾਂਤੀ ਲੋਕ, ਹਾਂ ਬਹੁਤ ਵੱਡੇ ਲਾਂਤੀ ਲੋਕ। ਸਰਫਰਾਜ਼ ਕਹਿੰਦੇ ਨੇ ਨਾਈਸ ਜੀ। ਅਦਨਾਨ ਕਹਿੰਦੇ ਨੇ ਆਪ ਕੈਸੀ ਹੋ ਜੀ, ਮੈਂ ਵਧੀਆ। ਮਸਰ ਕਹਿੰਦੇ ਨੇ ਜਾਓ ਜੀਓ ਨੈਨਾ। ਵਕਾਸ ਕਹਿੰਦੇ ਨੇ ਹਮ ਗਲਾਸਿਸ ਅੱਛੇ ਲੱਗ ਰਹੇ ਹਨ, ਥੈਂਕ ਯੂ। ਮੁਜਾਹਦ ਕਹਿੰਦੇ ਨੇ ਸਲਾਮ, ਸਟੇ ਬਲੈਸਡ। ਰਾਜਾ ਕਹਿੰਦੇ ਨੇ ਹੈਲੋ। ਤੇ ਹਾਜੀ ਕਹਿੰਦੇ ਨੇ ਪਲੀਜ਼ ਮੇਰਾ ਮੈਸੇਜ ਪੜੋ, ਹਾਜੀ ਰਮਜ਼ਾਨ ਮੀਨੂ। ਤੇ ਅਸ਼ਰਫ ਕਹਿੰਦੇ ਨੇ ਕੀ ਹਾਲ ਚਾਲ ਹੈ। ਨਬੀਲ ਕਹਿੰਦੇ ਨੇ ਹਾਏ। ਜਸਕਿਲ ਕਹਿੰਦੇ ਨੇ ਹੈਲੋ ਯੂਸਫ ਪੰਜਾਬੀ। ਤੇ ਫਖਰ ਕਹਿੰਦੇ ਨੇ ਮੇਰੇ ਨਾਲ ਕੋਈ ਵੈਰ ਹੈ ਤੈਨੂੰ? ਫਖਰੇ ਇਸਲਾਮ ਨਹੀਂ ਜਨਾਬ। ਇਮਰਾਨ ਕਹਿੰਦੇ ਨੇ ਉਮਰ ਨੂੰ ਹੱਥ ਹਿਲਾਓ, ਹੈਲੋ ਉਮਰ ਯੂਨਸ। ਤੇ ਐ ਕੋਨੇ ਖਾਨ ਮੁਰਵਤ ਕਹਿੰਦੇ ਨੇ ਹਾਏ ਬੇਬਸ। ਗੁਲਜ਼ਾਰ ਕਹਿੰਦੇ ਨੇ ਨਾਈਸ ਲੁੱਕ। ਰਾਜਾ ਕਹਿੰਦੇ ਨੇ ਹੈਲੋ। ਤੇ ਮਜ਼ਹਰ ਕਹਿੰਦੇ ਨੇ ਜੀ। ਜ਼ੁਬੈਰ ਕਹਿੰਦੇ ਨੇ ਨਾਈਸ ਡਰੈਸ ਪਲੀਜ਼ ਯਾਰ, ਚਸ਼ਮਾ ਉਤਾਰ ਦੋ। ਅਬਦੁਲ ਕਹਿੰਦੇ ਨੇ ਯੂ ਬਿਊਟੀਫੁਲ। ਤੇ ਐ ਕੋਨੇ ਦਰ ਮੁਹੰਮਦ ਜੋ ਗਿਆਨੀ ਕਹਿੰਦੇ ਨੇ, ਪਤਾ ਨਹੀਂ ਕਿਹੜੀ ਇੰਗਲਿਸ਼ ਲਿਖੀ ਆ। ਵਕਾਸ ਕਹਿੰਦੇ ਨੇ ਕੋਈ ਸੌਂਗ ਸੁਣਾ ਦਿਓ, ਓਕੇ ਸੁਣਾਨੀ ਆ। ਇਫਤਖਾਰ ਸ਼ਾਹ ਕਹਿੰਦੇ ਨੇ ਤੋਤੇ ਸੇ ਵੀ ਜ਼ਿਆਦਾ ਬੋਲਤੀ ਹੋ। ਆਸਿਫ ਕਹਿੰਦੇ ਨੇ ਨਾਈਸ ਜੀ। ਅਲੀ ਰਜ਼ਾ ਕਹਿੰਦੇ ਨੇ ਕੀ ਹਾਲ ਚਾਲ ਹੈ? ਤੇ ਐ ਕੋਨੇ ਕਾਬੁਲ ਕਹਿੰਦੇ ਨੇ ਬਾਲੋਂ ਕੋ ਸਹੀ ਕਰੋ। ਤਾਲਿਬ ਕਹਿੰਦੇ ਨੇ ਕੀ ਹਾਲ ਚਾਲ ਹੈ? ਸਬਰ ਕਰ ਲਓ ਨਾ। ਮੁਹੰਮਦ ਕਹਿੰਦੇ ਨੇ ਚੁੜੇਲ, ਥੈਂਕ ਯੂ ਵੈਰੀ ਮਚ। ਜਵੇਦ ਕਹਿੰਦੇ ਨੇ ਨਾਈਸ ਡਰੈਸ। ਆਸਿਫ ਕਹਿੰਦੇ ਨੇ ਹਾਏ। ਮਸਰ ਕਹਿੰਦੇ ਨੇ ਮਾਹੀ ਮਾਹੀ। ਅਦਨਾਨ ਕਹਿੰਦੇ ਨੇ ਨਾਈਸ ਜੀ। ਫਹੀਮ ਕਹਿੰਦੇ ਨੇ ਹੈਲੋ ਸਾਈਂ, ਕੀ ਹਾਲ ਹੈ? ਨੁਮਾਨ ਕਹਿੰਦੇ ਨੇ ਸਲਾਮ ਪਲੀਜ਼। ਸ਼ੋਏਬ ਕਹਿੰਦੇ ਨੇ ਅੱਜ ਅੱਛੀ ਲੱਗ ਰਹੀ ਹੋ। ਤੇ ਐ ਕੋਨੇ ਮਿਲੋਦ, ਮਿਲੋਦ ਕਹਿੰਦੇ ਨੇ ਹੈਲੋ। ਸਰਦਾਰ ਕਹਿੰਦੇ ਨੇ ਹਾਏ। ਅਸਕਰ ਕਹਿੰਦੇ ਨੇ ਲਵ ਯੂ। ਅਦਨਾਨ ਕਹਿੰਦੇ ਨੇ ਗੁੱਡ। ਰਿਵਾਨ ਕਹਿੰਦੇ ਨੇ ਗੁੱਡ। ਸ਼ਹਜ਼ਾਦ ਕਹਿੰਦੇ ਨੇ ਹਾਏ। ਆਜ਼ਮ ਕਹਿੰਦੇ ਨੇ ਨਾਈਸ ਜੀ। ਫਾਰੂਕ ਕਹਿੰਦੇ ਨੇ ਹਾਏ ਸਮਾਰਟ। ਇਮਰਾਨ ਕਹਿੰਦੇ ਨੇ ਹਾਹਾ, ਬਾਕਰ ਕਹਿੰਦੇ ਨੇ ਵੈਰੀ ਨਾਈਸ। ਇਮਰਾਨ ਕਹਿੰਦੇ ਨੇ ਥੈਂਕ ਯੂ ਜੀ। ਅਲੀ ਰਜ਼ਾ ਕਹਿੰਦੇ ਨੇ ਬਹੁਤ ਪਿਆਰੀ ਲੱਗ ਰਹੀ ਹੋ। ਅਸਰ ਕਹਿੰਦੇ ਨੇ ਹੈਲੋ, ਸ਼ੁਕਰ ਹੋਇਆ। ਮੁਹੰਮਦ ਕਹਿੰਦੇ ਨੇ ਸਾਡਾ ਵੀ ਮੈਸੇਜ ਪਾ ਲਓ। ਮੁਹੰਮਦ ਪੀਰ ਸਾਹਿਬ। ਨਜ਼ਰ ਕਹਿੰਦੇ ਨੇ ਮਾਸ਼ਾਅੱਲਾ। ਤੇ ਹਾਸ਼ਮੀ ਕਹਿੰਦੇ ਨੇ ਪਤਾ ਨਹੀਂ ਸਨਾਉਲਾ, ਹਾਸ਼ਮੀ ਸਨਾਉਲਾ, ਯੂਅਰ ਮੇਰਾ ਨਿੱਕਾ ਭਾਂਜਾ ਹੈ, ਤੁਹਾਨੂੰ ਵੇਖਦਾ ਪਿਆ। ਇਮਰਾਨ ਯੂਨਸ, ਅੱਛਾ ਉਮਰ ਤੁਹਾਡਾ ਨਿੱਕਾ ਭਾਂਜਾ, ਹੈਲੋ ਨਿੱਕੇ ਭਾਂਜੇ, ਕਿੱਦਾਂ ਤੂੰ? ਬਾਕਰ ਕਹਿੰਦੇ ਨੇ ਅੱਜ ਬਹੁਤ ਖੂਬਸੂਰਤ। ਰਾਜਾ ਕਹਿੰਦੇ ਨੇ ਨਾਈਸ ਜੀ। ਤੇ ਐ ਕੋਨੇ ਅਲ ਸਜਾਦ, ਅਜੀਬ ਨਾਂ ਲਿਖਿਆ। ਅਰਸਲਾਨ ਕਹਿੰਦੇ ਨੇ ਅੱਜ ਬਹੁਤ ਸੋਹਣੇ ਲੱਗਦੇ ਹੋ। ਅਤੇ ਐ ਕੋਨੇ ਅਸ਼ਰਫ ਕਹਿੰਦੇ ਨੇ ਮੈਂ ਤੇਰਾ ਬੁਆਏਫ੍ਰੈਂਡ ਸੌਂਗ ਸੁਣਾ ਦਿਓ। ਮਜ਼ਰ ਕਹਿੰਦੇ ਨੇ ਕੋਈ ਕਰਕੇ, ਹਾਂ ਆਹ ਵਧੀਆ, ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀ ਵੇ, ਰਾਤਾਂ ਆ ਗਈਆਂ ਚਾਨਣੀਆਂ, ਹੋ ਰਾਤਾਂ ਆ ਗਈਆਂ ਚਾਨਣੀਆਂ, ਸਾਡਾ ਕੱਲਿਆਂ ਨਹੀਂ ਲੱਗਦਾ ਦਿਲ ਮਾਹੀ ਵੇ, ਰਾਤਾਂ ਆ ਗਈਆਂ ਚਾਨਣੀਆਂ। ਅੱਛਾ ਮੈਸੇਜ ਜਿਹੜੇ ਮੇਰੇ ਗਾਣੇ ਦੇ ਦੌਰਾਨ ਨਿਕਲਦੇ ਆ ਉਹਨਾਂ ਦਾ ਮਾਇੰਡ ਨਹੀਂ ਕਰਨਾ। ਆਹੋ ਹਮੀਦ ਕਹਿੰਦੇ ਨੇ ਮਾਸ਼ਾਅੱਲਾ ਆਪਕੋ ਇਤਨਾ ਪਤਾ ਨਹੀਂ ਕੀ। ਮਲਕ ਕਹਿੰਦੇ ਨੇ ਨਕੰਮੀ ਆਵਾਮ ਤੇ ਨਕੰਮੇ ਲਾਈਕਰਸ, ਤੂੰ ਜਿਹੜਾ ਬੁਰਜ ਖਲੀਫਾ ਦਾ ਮਾਮਾਰ ਹੈਗਾ ਨਾ, ਤੂੰ ਬੁਰਜ ਖਲੀਫਾ ਦਾ ਜਿਹੜਾ ਨਕਸ਼ਾ ਬਣਾਇਆ ਸਾਨੂੰ ਪਤਾ ਸਾਰਿਆਂ ਨੂੰ, ਹੁਣੀ ਤੇਰਾ ਬਾਇਓਡਾਟਾ ਕਢਾਈਏ ਨਾ ਤੇ ਹਰ ਵੇਲੇ ਤੂੰ ਫੇਸਬੁੱਕ ਤੇ ਪਾਇਆ ਜਾਣਾ। ਆਹ ਗੱਲ ਮੇਰੀ ਯਾਦ ਰੱਖੀ। ਆਹੋ ਤੇ ਜਾਣਨੀ ਆ ਮੈਂ। ਪ੍ਰਿੰਸ ਕਹਿੰਦੇ ਨੇ ਆਈ ਲਾਈਕ ਯੂ। ਤੇ ਆਸਿਫ ਕਹਿੰਦੇ ਨੇ ਹਾਏ ਹੈਲੋ। ਖਾਲਿਦ ਕਹਿੰਦੇ ਨੇ ਵੈਰੀ ਨਾਈਸ ਐਂਡ ਬਿਊਟੀਫੁਲ। ਆਸਿਫ ਕਹਿੰਦੇ ਨੇ ਵੈਲਕਮ ਜੀ। ਪ੍ਰਿੰਸ ਕਹਿੰਦੇ ਨੇ ਯੂ ਆਰ ਸਵੀਟ ਜੋਕਿੰਗ। ਮੁਹੰਮਦ ਕਹਿੰਦੇ ਨੇ ਹਾਏ। ਤੇ ਮੁਨਸਫ ਕਹਿੰਦੇ ਨੇ ਆਪਣਾ ਨੰਬਰ, ਮੁਨਸਫ ਤੇਰਾ ਨੰਬਰ ਰਹਿ ਗਿਆ ਸੀ ਮੇਰਾ ਖਿਆਲ ਹੈ। ਤਾਹਿਰ ਕਹਿੰਦੇ ਨੇ ਵਜ਼ੀਰਾਬਾਦੀ ਮਾਸ਼ਾਅੱਲਾ। ਸੁਫਿਆਨ ਕਹਿੰਦੇ ਨੇ ਕੀ ਹਾਲ ਚਾਲ ਹੈ? ਸੁਫਿਆਨ ਪਰਦੇਸੀ ਬਿਲਕੁਲ ਵਧੀਆ। ਅੱਖ ਕਹਿੰਦੇ ਨੇ ਹਾਏ। ਤੇ ਅਰਸ਼ਦ ਕਹਿੰਦੇ ਨੇ ਸੋ ਬਿਊਟੀਫੁਲ। ਮਲਾਦ ਕਹਿੰਦੇ ਨੇ ਇਹ ਕੀ ਲਿਖਿਆ ਮਲੋਦ ਹੈ? ਤੇ ਤੂੰ ਵਸ ਮੈਂ ਹਮਿਓਸਾ, ਵਸ ਵੇ ਢੋਲਾ ਤੂੰ ਅੱਖੀਆਂ ਦੇ ਕੋਲ ਕੋਲ, ਤੇ ਅੱਗੋਂ ਪਤਾ ਨੀ ਕੀ ਤੇਰੀ ਮਰਜ਼ੀ, ਬੋਲ ਭਾਵੇਂ ਨਾ ਬੋਲ। ਅੱਜ ਮੈਂ ਕੜੀ ਵੀ ਨੀ ਪਾਈ। ਓਹੋ ਸਬਰ ਕਰੋ, ਸਬਰ ਕਰੋ, ਸਾਰੀ ਜੁਮਲਰੀ ਇੱਥੇ ਕਿਤੇ ਰੱਖੀ ਹੋਈ ਆ ਨਾ, ਪਾ ਲੈਂਦੇ ਹੋ ਕੜੀ, ਤੁਹਾਡੀ ਫੇਵਰੇਟ ਕੜੀ ਆ, ਹੈ ਨਾ? ਬਹੁਤ ਫੇਵਰੇਟ ਕੜੀ ਸਾਰਿਆਂ ਦੀ, ਬਹੁਤ ਵਧੀਆ ਲੱਗਦੀ ਸਾਰਿਆਂ ਨੂੰ। ਹਾਂ ਉਂਝ ਵੀ ਜਿਹੜਾ ਗਿਫਟ ਹੁੰਦਾ ਨਾ, ਤੁਸੀਂ ਆਪ ਜਿੰਨੇ ਮਰਜ਼ੀ ਪੈਸੇ ਖਰੀਦ ਲਓ, ਲੇਕਿਨ ਜਿਹੜਾ ਗਿਫਟ ਹੁੰਦਾ, ਗਿਫਟ ਬਹੁਤ ਵਧੀਆ ਹੁੰਦਾ, ਉਹਦੀ ਵੈਲਿਊ ਵੀ ਹੋਰ ਹੁੰਦੀ ਆ, ਉਹ ਨਜ਼ਰ ਆ ਜਾਂਦਾ ਵੀ ਇਹ ਗਿਫਟ ਮਿਲਿਆ, ਵਧੀਆ ਲੱਗਦਾ। ਹਾਂ ਕਿਉਂਕਿ ਦੇਣ ਵਾਲਾ ਬੜੇ ਸੋਚ ਸਮਝ ਕੇ ਦਿੰਦਾ ਤੁਹਾਨੂੰ। ਅੱਛਾ ਚੌਧਰੀ ਕਹਿੰਦੇ ਨੇ
ਹਾਏ ਜੀ ਅੱਜ ਬੜੇ ਸੋਹਣੇ ਲੱਗ ਰਹੇ ਸਾਕਿਬ ਕਹਿੰਦੇ ਨੇ ਕੀ ਹਾਲ ਹੈ ਵਧੀਆ ਮੁਹੰਮਦ ਕਹਿੰਦੇ ਨੇ ਵਾਹ ਜੀ ਵਾਹ ਸੁਪਰ ਥੈਂਕ ਯੂ ਰਾਜ ਕਹਿੰਦੇ ਨੇ ਬਿਊਟੀਫੁਲ ਤਨਹਾ ਕਹਿੰਦੇ ਨੇ ਮੇਰੀ ਗੱਲ ਤਾਂ ਇੰਨਾ ਗੁੱਸਾ ਆ ਗਿਆ ਨਹੀਂ ਜੀ ਤਨਹਾ ਕਹਿੰਦੇ ਨੇ ਮੈਡਮ ਜੀ ਤੁਸੀਂ ਗ੍ਰੇਟ ਹੋ ਤੇ ਸਾਜਾਦ ਕਹਿੰਦੇ ਨੇ ਅਸਲਾਮ ਅਲੈਕਮ ਅਦਨਾਨ ਕਹਿੰਦੇ ਨੇ ਬਹੁਤ ਖੂਬਸੂਰਤ ਹੋ ਮਾਸੂਮ ਕਹਿੰਦੇ ਨੇ ਨਾਈਸ ਵੋਇਸ ਤੇ ਮਿਰਜ਼ਾ ਕਹਿੰਦੇ ਨੇ ਬਿਊਟੀਫੁਲ ਲੱਗਦੇ ਹੋ ਅਫਜ਼ਲ ਕਹਿੰਦੇ ਨੇ ਸੁੰਦਰ ਮਲਕ ਕਹਿੰਦੇ ਨੇ ਕੀ ਹਾਲ ਚਾਲ ਹੈ ਵਧੀਆ ਚੌਧਰੀ ਕਹਿੰਦੇ ਨੇ ਕਮਾਲ ਹੋ ਜੀ ਤੇ ਇਹ ਕੌਣ ਨੇ ਸ਼ਾਹਿਦ ਅਲ ਰਾਈ ਅਲੀ ਸ਼ਾਹਦ ਅਲੀ ਰਾਈ ਮਾਸ਼ਾਅੱਲਾ ਕਹਿੰਦੇ ਨੇ ਅਬੀਲ ਕਹਿੰਦੇ ਨੇ ਆਹ ਐਡਾ ਜੋੜ ਜੋੜ ਕੇ ਨਾਂ ਲਿਖਣ ਦੀ ਕਿਹੜੀ ਮਤਲਬ ਪ੍ਰੋਬਲਮ ਕੀ ਆ ਹਾਂ ਨਵੀਦ ਗੁਲ ਕਹਿੰਦੇ ਨੇ ਪਤਾ ਨਹੀਂ ਕੀ ਪ੍ਰਿੰਸ ਕਹਿੰਦੇ ਨੇ ਬਹੁਤ ਇਲਜ਼ਾਮ ਪਤਾ ਨਹੀਂ ਮਿਰਜ਼ਾ ਕਹਿੰਦੇ ਨੇ ਆਪ ਹੀ ਜੀ ਆਪ ਖੂਬਸੂਰਤ ਲੱਗਦੀ ਹੋ ਹੁਣ ਮੈਂ ਕੀ ਕਹਾਂ ਕੋਈ ਕਹਿੰਦੇ ਆ ਆਪਕੀ ਸੈਟਿੰਗ ਹੀ ਨਹੀਂ ਹੋਤੀ ਪਹਿਲੇ ਸੈਟਿੰਗ ਕਰ ਲਿਆ ਕਰੋ ਮੇਰੀ ਗੱਲ ਸੁਣ ਜੇ ਮੈਂ ਡਿਊਰਿੰਗ ਆਪਣੇ ਪ੍ਰੋਗਰਾਮ ਚ ਸੈਟਿੰਗ ਕਰਨੀ ਆ ਇਹਦੇ ਤੇਰਾ ਕੀ ਜਾਂਦਾ ਹਾਂ ਤੇਰਾ ਕੀ ਜਾਂਦਾ ਹੁਣ ਨਹੀਂ ਕੋਈ ਚੀਜ਼ਾਂ ਯਾਦ ਰਹਿੰਦੀਆਂ ਹੋਰ ਵੀ ਕਿੰਨੇ ਕੰਮ ਕਰਨੇ ਹੁੰਦੇ ਆ ਖਾਲੀ ਆਹੇ ਕੰਮ ਥੋੜੇ ਕਰਨਾ ਹੁੰਦਾ ਪਤਾ ਕਿੰਨੇ ਕੰਮ ਕਰਨੇ ਪੈਂਦੇ ਆ ਸਜਾਦ ਕਹਿੰਦੇ ਨੇ ਕੀ ਹਾਲ ਚਾਲ ਹੈ ਵਧੀਆ ਜਨਾਬ ਮੁਹੰਮਦ ਕਹਿੰਦੇ ਨੇ ਬਿਊਟੀਫੁਲ ਹੋ ਜੀ ਕਾਸ਼ੀ ਕਹਿੰਦੇ ਨੇ ਅੱਜ ਤਾਂ ਬਹੁਤ ਕਿਊਟ ਲੱਗ ਰਹੀ ਔਰ ਰਾਣਾ ਕਹਿੰਦੇ ਨੇ ਕਿਊਟ ਪਤਾ ਕੀ ਤੁਸੀਂ ਮੈਨੂੰ ਕਿਹਾ ਵੀ ਮੇਕਅਪ ਕੱਟ ਕਰਿਆ ਕਰ ਇਸ ਕਰਕੇ ਹੁਣ ਮੈਂ ਜਰਾ ਸਾਦੀ ਸਾਦੀ ਆਉਂਦੀ ਹਾਂ ਮੇਕਅਪ ਕੱਟ ਕਰਨੀ ਆ ਮੁਹੰਮਦ ਕਹਿੰਦੇ ਨੇ ਹੈਲੋ ਡੀਅਰ ਮਲਿਕ ਕਹਿੰਦੇ ਨੇ ਮਾਸ਼ਾਅੱਲਾ ਸ਼ਬੀਰ ਕਹਿੰਦੇ ਨੇ ਲਵਲੀ ਰਾਣਾ ਕਹਿੰਦੇ ਨੇ ਨਾਈਸ ਵੋਇਸ ਤੇ ਇਹ ਕੌਣ ਨੇ ਗੁੱਡੂ ਅਵਾਨ ਕਹਿੰਦੇ ਨੇ ਕੈਸੀ ਹੋ ਮੈਂ ਵਧੀਆ ਤਨਹਾ ਕਹਿੰਦੇ ਨੇ ਤਾਵਲ ਬੁਰਜ ਖਲੀਫਾ ਤਾਂ ਮੈਂ ਨਹੀਂ ਬਣਾਈ ਮਸੀ ਜੀ ਹਾਂ ਤੇ ਬੁਰਜ ਖਲੀਫਾ ਤੇ ਬਣਾਈ ਤੇ ਆ ਹਾਂ ਉਹ ਜਿਹੜੇ ਫੁਹਾਰੇ ਚੱਲਦੇ ਆ ਇਹ ਕੌਣ ਨੇ ਬੱਟ ਖਾਲੀ ਕਹਿੰਦੇ ਨੇ ਮਾਸ਼ਾਅੱਲਾ ਪੋਮੀ ਕਹਿੰਦੇ ਨੇ ਕਿਊਟ ਬੱਚੀ ਤੇ ਨੁਸਰਤ ਕਹਿੰਦੇ ਨੇ ਅਸਲਾਮ ਅਲੈਕੁਮ ਸਿਰਫ ਮੇਰੇ ਪਾਸ ਸ਼ਾਦੀ ਕਰੋ ਮਰ ਜਾਊਂਗਾ ਮੋਹਸਿਨ ਕਹਿੰਦੇ ਨੇ ਚਸ਼ਮਾ ਲੜਕੀ ਵੈਸੇ ਹੀ ਬੁਰੀ ਸੋਹਣੀ ਲੱਗੀ ਸਾਕਿਬ ਕਹਿੰਦੇ ਨੇ ਨਾ ਸੋਚੋ ਤੇ ਸਲੀਮ ਕਹਿੰਦੇ ਨੇ ਮੈਸੇਜ ਰਿਪਲਾਈ ਕਰੋ ਅਰਸ਼ਦ ਕਹਿੰਦੇ ਮਾਸ਼ਾਅੱਲਾ ਨਾਦਾਨ ਕਹਿੰਦੇ ਨੇ ਦੂਸਰੇ ਕੰਮ ਕਿਆ ਕਰਦੇ ਹੋ ਮਜ਼ਾ ਆਏਗਾ ਤੇ ਬਾਕਰ ਕਹਿੰਦੇ ਨੇ ਓਕੇ ਜੀ ਬਾਏ ਓਕੇ ਬਾਏ ਤੇ ਅਲੀ ਸ਼ਾਨ ਕਹਿੰਦੇ ਨੇ ਬਹੁਤ ਫਾਸਟ ਹੋ ਤਨਹਾ ਕਹਿੰਦੇ ਨੇ ਆਪ ਪਾਕਿਸਤਾਨ ਸੇ ਕਹਾਂ ਸੇ ਬੋਲੋਂਗ ਕਰਤੀ ਹੋ ਲਾਹੌਰ ਸਜਾਦ ਕਹਿੰਦੇ ਨੇ ਆਜ ਆਪ ਬਹੁਤ ਅੱਛੀ ਲੱਗ ਰਹੀ ਥੈਂਕ ਯੂ ਸਲੀਮ ਕਹਿੰਦੇ ਨੇ ਹਾਰਜੂ ਬਲਾਲ ਕਹਿੰਦੇ ਨੇ ਬਾਲ ਸੋਹਣੇ ਆ ਤੁਹਾਡੇ ਫਜ਼ਲ ਕਹਿੰਦੇ ਨੇ ਖੂਬਸੂਰਤ ਤੇ ਇਹ ਕੌਣ ਨੇ ਟਾਈਮ ਪਾਸ ਕਹਿੰਦੇ ਨੇ ਬਿਊਟੀਫੁਲ ਗਰਲ ਸ਼ਬੀਰ ਕਹਿੰਦੇ ਨੇ ਖੁਸ਼ ਰਹੋਗੀ ਮੈਂ ਹਾਲੇ ਵੀ ਬਹੁਤ ਖੁਸ਼ ਅੱਲਾ ਦਾ ਬਹੁਤ ਸ਼ੁਕਰ ਹੈ ਨਾਈਸ ਕਹਿੰਦੇ ਨੇ ਇਹ ਕੌਣ ਨੇ ਰਾਣਾ ਆਸਨ ਕਹਿੰਦੇ ਨੇ ਨਾਈਸ ਇਹ ਕੌਣ ਨੇ ਰਾਊਫ ਕਹਿੰਦੇ ਨੇ ਕੈਸੀ ਆ ਮੈਂ ਵਧੀਆ ਆਸਨ ਕਹਿੰਦੇ ਨੇ ਹਾਏ ਚਸ਼ਮੇ ਸ਼ਾਏ ਰਾਣਾ ਹੁਸੈਨ ਕਹਿੰਦੇ ਨੇ ਲਵਲੀ ਗਰਲ ਤੇ ਫਾਰੂਕ ਕਹਿੰਦੇ ਨੇ ਪਲੀਜ਼ ਨੰਬਰ ਤੇ ਇਹ ਕੌਣ ਨੇ ਹਾਜ਼ਿਕ ਹੁਣ ਨਾਮ ਆ ਕੋਈ ਬੰਦਾ ਦਿਮਾਗ ਲੜਾ ਲੈਂਦਾ ਕੋਈ ਬੰਦਾ ਦਿਮਾਗ ਮਿਰਜ਼ਾ ਕਹਿੰਦੇ ਨੇ ਆਪੀ ਜੀ ਰੀਬਲੂਵਿਆਨੀ ਕਾ ਮਹੀਨਾ ਸ਼ੁਰੂ ਰਬੀ ਲਵਲ ਕਾ ਮਹੀਨਾ ਸ਼ੁਰੂ ਹੋ ਗਿਆ ਰਬੀ ਲਵਲ ਕਾ ਚੰਦ ਨਜ਼ਰ ਆ ਗਿਆ ਮੁਬਾਰਕ ਲੋ ਜੀ ਸਾਰਿਆਂ ਨੂੰ ਰਬੀ ਲਵਲ ਦਾ ਚੰਦ ਮੇਰੇ ਵੱਲੋਂ ਰਬੀ ਲਵਲ ਦਾ ਮਹੀਨਾ ਮੁਬਾਰਕ ਹੋਵੇ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਦੀ ਵਿਲਾਦਤ ਤੇ ਬਾ ਸਾਦਤ ਦਾ ਮਹੀਨਾ ਤੇ ਇਸ ਕਰਕੇ ਆ ਬਹੁਤ ਮੁਬਾਰਕ ਮਹੀਨਾ ਠੀਕ ਹੈ ਜੀ ਤੇ ਦੂਸਰਾ ਕੀ ਰਬੀ ਉਲ ਸਾਨੀ ਹਾਂ ਤੇ ਖੈਰ ਜਨਾਬ ਇਹ ਸਾਰਿਆਂ ਨੂੰ ਮੁਬਾਰਕ ਹੋਵੇ ਅੱਜ ਬਹੁਤ ਖੂਬਸੂਰਤ ਲੱਗ ਰਹੇ ਹੋ ਪਤਾ ਕਿ ਇਸ ਤੋਂ ਪਹਿਲੇ ਜਿਹੜੇ ਮਹੀਨੇ ਲੰਘੇ ਆ ਨਾ ਉਹਨਾਂ 'ਚ ਕਾਫ਼ੀ ਮੁਹਰਮ ਸਫ਼ਰ ਜਦੋਂ ਸ਼ੁਰੂ ਹੁੰਦੇ ਆ ਨਾ ਤੇ ਉਹ ਬੜੇ ਖਤਰਨਾਕ ਮਹੀਨੇ ਹੁੰਦੇ ਆ ਤੇ ਖੈਰ ਜੀ ਤਨਹਾ ਕਹਿੰਦੇ ਨੇ ਆਪ ਦੁਬਈ ਮੈਂ ਕਿਆ ਕਰਤੀ ਹੋ ਕੰਮ ਕਰਨੀ ਆ ਘਰ ਦਾ ਸਾਰਾ ਦਿਨ ਤੇ ਆਹ 2 ਘੰਟੇ ਪ੍ਰੋਗਰਾਮ ਕਰਨੀ ਆ ਹਾਂ ਮੇਰਾ ਮੈਸੇਜ ਕਿਉਂ ਨਹੀਂ ਪੜ੍ਹਦੀ ਕੌਣ ਆ ਬਈ ਖਾਨ ਮੁਰਵਤ ਪਤਾ ਕੀ ਆ ਕਿੰਨੇ ਲੋਕ ਅਜੀਬ ਮੈਸੇਜ ਕਰਦੇ ਆ ਸਲੀਮ ਕਹਿੰਦੇ ਨੇ ਖੈਰ ਮੁਬਾਰਕ ਆਪਕੋ ਵੀ ਮੁਬਾਰਕ ਖੁਰਮ ਕਹਿੰਦੇ ਨੇ ਕੀ ਹਾਲ ਹੈ ਸਾਕਿਬ ਕਹਿੰਦੇ ਨੇ ਖੈਰ ਮੁਬਾਰਕ ਸ਼ਕੀਲ ਕਹਿੰਦੇ ਨੇ ਨਾਇਜ਼ਰੀਅਰ ਮੋਹਸਨ ਕਹਿੰਦੇ ਨੇ ਖੈਰ ਮੁਬਾਰਕ ਆਪਕੋ ਵੀ ਬਹੁਤ ਮੁਬਾਰਕ ਜ਼ੁਲਫਕਾਰ ਕਹਿੰਦੇ ਨੇ ਤੁਸੀਂ ਗ੍ਰੇਟ ਹੋ ਬਾਬਰ ਪੰਨੂ ਕਹਿੰਦੇ ਨੇ ਮਾਸ਼ਾਅੱਲਾ ਜ਼ੁਲਫਕਾਰ ਕਹਿੰਦੇ ਨੇ ਨਾਇਸ ਲੁਕਿੰਗ ਅਨਵਰ ਕਹਿੰਦੇ ਨੇ ਹੈਲੋ ਜੀ ਮੁਹੰਮਦ ਕਹਿੰਦੇ ਨੇ ਮੁਹੰਮਦ ਬਰਾਰ ਕਹਿੰਦੇ ਨੇ ਨਾਇਸ ਕਿਊਟ ਤੇ ਰਾਜਾ ਕਹਿੰਦੇ ਨੇ ਆਮਦੇ ਮੁਸਤਫਾ ਹਾਂਜੀ ਸ਼ਾਬਾਸ਼ ਕਹਿੰਦੇ ਨੇ ਸ਼ਾਬਾਸ਼ ਦੁਬਈ ਸੇ ਕਿਆ ਹਾਲ ਹੈ ਸਿਸਟਰ ਮੈਂ ਵਧੀਆ ਜੀ ਫਲਕ ਕਹਿੰਦੇ ਨੇ ਸਲਾਮ ਵਾਲੇਕੁਮ ਸਲਾਮ ਬੱਟ ਕਹਿੰਦੇ ਨੇ ਔਰ ਰਬੀਉਲ ਅਵਲ ਔਰ ਸਰ ਪਰ ਦੁਪੱਟਾ ਪਲੀਜ਼ ਅੱਛਾ ਟਾਈਮ ਪਾਸ ਕਹਿੰਦੇ ਨੇ ਨਾਇਸ ਤੇ ਰਾਜਾ ਕਹਿੰਦੇ ਨੇ ਹਾਰ ਯੂ ਤੇ ਅਨਵਰ ਕਹਿੰਦੇ ਨੇ ਆਰ ਯੂ ਵੈਲਕਮ ਫਰੈਂਡਸ ਹੈ ਯੂ ਆਰ ਵੈਲਕਮ ਫਰੈਂਡਸ ਰਾਜਾ ਕਹਿੰਦੇ ਨੇ ਕੈਸੀ ਹੋ ਅਨਵਰ ਕਹਿੰਦੇ ਨੇ ਆਈ ਮਿਸ ਯੂ ਮਲਿਕ ਕਹਿੰਦੇ ਨੇ ਖੈਰ ਮੁਬਾਰਕ ਆਪਕੋ ਅਨਾਇਤ ਕਹਿੰਦੇ ਨੇ ਹਾਏ ਅਬੀ ਹਾਏ ਹੁਸੈਨ ਕਹਿੰਦੇ ਨੇ ਸਲਾਮ ਜੀ ਵਾਲਿਕਮ ਸਲਾਮ ਸ਼ਬੀਰ ਕਹਿੰਦੇ ਨੇ ਅੱਲਾਹ ਤਾਲਾ ਆਪਕੋ ਖੁਸ਼ ਰੱਖੇ ਅੱਲਾਹ ਤਾਲਾ ਤੁਹਾਨੂੰ ਵੀ ਖੁਸ਼ ਰੱਖੇ ਜਨਾਬ ਹਾਂ ਤੇ ਮੁਹੰਮਦ ਕਹਿੰਦੇ ਨੇ ਸਲਾਮ ਤੇ ਖਾਨ ਕਹਿੰਦੇ ਨੇ ਬਹੁਤ ਪਿਆਰੀ ਲੱਗ ਰਹੀ ਹੋ ਖਾਨ ਫਿਜ਼ਾਨ ਸੇਮ ਟੂ ਯੂ ਐਂਡ ਸੇਮ ਟੂ ਯੂਅਰ ਫੈਮਲੀ ਹਾਂ ਫਰੋਮ ਮਾਈ ਆਲ ਫਰੈਂਡਸ ਕੋਨੇ ਅਨਸਰ ਅੰਜੁਮ ਚੀਮਾ ਅਸਲਾਮ ਅਲੈਕੁਮ ਤਨਹਾ ਮਲਿਕ ਕਹਿੰਦੇ ਨੇ ਮਾਸੀ ਜੀ ਦੁਬਈ ਚ ਕੀ ਹੋ ਗਿਆ ਮਾਸੀ ਜੀ ਦੁਬਈ ਕੌਣ ਸੀ ਜਗ੍ਹਾ ਪਿਓ ਡੇਰਾ
ਤੇ ਐ ਕੌਣ ਹੈ, ਟੈਲ ਮੀ ਦੁਬਈ ਮੇ ਕਿਧਰ, ਤੇ ਪਰਦਾ ਅੱਛਾ ਲੱਗਦਾ ਹੈ। ਅੱਛਾ ਸਾਡਾ ਕੱਲਿਆਂ ਨੇ ਆ, ਦੇਖ ਲਾ ਹੁਣ ਦੁਪੱਟਾ ਲੈ ਕੇ ਮੈਂ ਗਾਣੇ ਗਾਉਂਦੀ, ਦੁਪੱਟਾ ਲੈ ਕੇ ਮੈਂ ਗਾਣੇ ਗਾਉਂਦੀ ਚੰਗੀ ਤੇ ਨਹੀਂ ਨਾ ਲੱਗਾਂਗੀ, ਕੀ ਖਿਆਲ ਆ? ਹੈ ਜੀ, ਚਲੋ ਠੀਕ ਆ, ਚਲੋ ਇਹ ਠੀਕ ਹੈ ਹੁਣ। ਅੱਛਾ ਤੇ ਇਹ ਕੌਣ ਨੇ, ਅਮਾਨ ਕਹਿੰਦੇ ਨੇ, ਅੱਤ ਕੁੜੀ ਫਜ਼ਾਨ ਕਹਿੰਦੇ ਨੇ, ਸਲਾਮ ਨੈਣਾ ਵਾਲੀਕੁਮ ਇਬਰਾਹਿਮ ਕਹਿੰਦੇ ਨੇ, ਹਾਏ ਸੁਨੈਣਾ, ਹਾਏ ਜ਼ੁਲਫਕਾਰ ਕਹਿੰਦੇ ਨੇ, ਬਿਊਟੀਫੁਲ ਜੀ, ਸ਼ਹਿਬਾਜ਼ ਕਹਿੰਦੇ ਨੇ, ਆਪ ਦੁਬਈ ਜਾ ਕੇ ਜਗ੍ਹਾ ਹੋ, ਕਿਸ ਜਗ੍ਹਾ ਹੋ ਸਿਸਟਰ, ਹਾਏ ਯਾਰ ਤੁਸੀਂ ਉੱਥੇ ਕੀ ਕਰਨਾ, ਹਾਂ ਲੱਡੂ ਵੰਡਨੇ ਆ। ਸ਼ੇਰ ਕਹਿੰਦੇ ਨੇ, ਹਾਏ ਡੀਅਰ ਹਾਉ ਆਰ ਯੂ ਫਰੋਮ ਗਿਲਗਤ, ਉਹ ਗਿਲਗਤ ਵਾਲੇ, ਉਹ ਗਿਲਗਤ ਮੈਂ ਨਹੀਂ ਵੇਖਿਆ। ਬਟ ਖਾਲਿਕ ਕਹਿੰਦੇ ਨੇ, ਡਰਾਮੇ ਵਾਲੋ ਕੋ ਸਲਾਮ ਸਿਸਟਰ, ਡਰਾਮੇ ਵਾਲੇ ਕਿਹੜੇ ਆ? ਜਸਗਿੱਲ ਕਹਿੰਦੇ ਨੇ, ਇੱਕ ਹੋਰ ਲਾਂਤੀ ਆ ਗਿਆ, ਆਹੋ ਬੜੇ ਬੜੇ ਲਾਂਤੀ ਆ। ਮੁਹੰਮਦ ਕਹਿੰਦੇ ਨੇ, ਵਾਓ ਫੈਬਲਸ ਸਟਾਈਲ। ਮਲਿਕ ਕਹਿੰਦੇ ਨੇ, ਮਾਸ਼ਾਅੱਲਾ, ਤੇ ਅਲਪਾ ਕੋਨੀ ਪਤਾ ਨਹੀਂ ਕੀ ਕਹਿੰਦੇ, ਆ ਕੀ ਨਾਂ ਰੱਖਦੇ। ਪ੍ਰਿੰਸ ਕਹਿੰਦੇ ਨੇ, ਅਸਲਾਮ ਅਲੈਕੁਮ, ਵਾਲੇਕੁਮ ਸਲਾਮ ਪ੍ਰਿੰਸ, ਐਡਾ ਲੰਬਾ ਮੈਸੇਜ ਨਾ ਕਰਿਆ ਕਰ। ਚੌਧਰੀ ਇਕਬਾਲ ਕਹਿੰਦੇ ਨੇ, ਬਿਊਟੀਫੁਲ ਤਨਹਾ ਕਹਿੰਦੇ ਨੇ, ਪਾਗਲ ਲਗੋਗੀ। ਅੱਛਾ ਤੇ ਗੋਲਡ ਕਹਿੰਦੇ ਨੇ, ਨਹੀਂ ਬਿਲਕੁਲ ਵੀ ਅੱਛੀ ਨਹੀਂ ਲਗੋਗੀ, ਉਤਾਰ ਦਿਓ। ਮੁਹੰਮਦ ਕਹਿੰਦੇ ਨੇ, ਨਾਇਸ ਜੀ ਮੈਡਮ। ਰੋਹਿਲ ਕਹਿੰਦੇ ਨੇ, ਸੋ ਕਿਊਟ। ਇਕਰਾਮ ਕਹਿੰਦੇ ਨੇ, ਹਾਏ ਕੀ ਹਾਲ ਹੈ। ਤੇ ਸਫਦਰ ਕਹਿੰਦੇ ਨੇ, ਆਈ ਐਮ ਕਰਾਚੀ, ਤੂੰ ਕਰਾਚੀ ਨੇ, ਯੂ ਆਰ ਇਨ ਕਰਾਚੀ, ਯੂ ਆਰ ਫਰੋਮ ਕਰਾਚੀ। ਜਸਗਿੱਲ ਕਹਿੰਦੇ ਨੇ, ਇਸ ਡਰੈਸ ਜੇ ਵਿੱਚ ਬਹੁਤ ਸੋਹਣੇ ਲੱਗਦੇ ਪਏ ਹੋ। ਅੱਛਾ ਫੈਜ਼ਾਨ ਕਹਿੰਦੇ ਨੇ, ਬਹੁਤ ਪਿਆਰੀ ਲੱਗ ਰਹੀ ਹੋ। ਸਜਾਦ ਕਹਿੰਦੇ ਨੇ, ਬਹਿਰੀਨੀ ਸ਼ਹਿਜ਼ਾਦਾ ਜਾਨੀ ਹਾਜ਼ਰ ਹੈ। ਓਕੇ ਜੀ, ਚੰਗਾ ਕੀਤਾ ਪ੍ਰਿੰਸ ਕਹਿੰਦੇ ਨੇ, ਔਰ ਆਪ ਆਪਣਾ ਆਪਣੇ ਘਰ ਵਾਲੋਂ ਕਾ ਬਹੁਤ 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 ਜ਼ਿਆਦਾ ਖਿਆਲ ਰੱਖਣਾ ਜ਼ਰੂਰ। ਓਕੇ ਰੱਖਣੀ ਆ ਯਾਰ। ਅੰਸਰ ਕਹਿੰਦੇ ਨੇ, ਵੈਸੇ ਬਹੁਤ ਅੱਛੀ ਲੱਗਦੀ ਹੋ। ਬਟ ਖਾਲ ਕਹਿੰਦੇ ਨੇ, ਮਾਸ਼ਾਅੱਲਾ ਸਿਸਟਰ, ਸੋ ਸਵੀਟ। ਤੇ ਰਾਣਾ ਕਹਿੰਦੇ ਨੇ, ਬੰਬ ਕੁੜੀ। ਅਫਜ਼ਲ ਕਹਿੰਦੇ ਨੇ, ਸੋ ਸਵੀਟ। ਤੇ ਕੌਣ ਨੇ, ਮੁਜ਼ੰਮਿਲ ਕਹਿੰਦੇ ਨੇ, ਨਾਜ਼ ਜੀ। ਸਾਕਿਬ ਕਹਿੰਦੇ ਨੇ, ਹਾਏ ਬੇਬੀ। ਸਲਾਮਤ ਕਹਿੰਦੇ ਨੇ, ਸੋਹਣੀ ਕੁੜੀ, ਬਿਊਟੀਫੁਲ। ਮਰਾਨ ਕਹਿੰਦੇ ਨੇ, ਖੁਸ਼ ਰਹੋ। ਤੇ ਯਾਸਰ ਕਹਿੰਦੇ ਨੇ, ਲਵ ਯੂ ਲਵ ਯੂ ਲਵ ਯੂ ਯਾਸਰ। ਤੇ ਰਾਜਾ ਕਹਿੰਦੇ ਨੇ, ਬਹੁਤ ਪਿਆਰੀ ਲੱਗ ਰਹੀ ਹੋ। ਸਿੰਘ ਹੈਪੀ ਕੈਨੇਡਾ ਵਾਲੇ ਕਹਿੰਦੇ ਨੇ, ਸੋ ਬਿਊਟੀਫੁਲ ਜੀ। ਇਫਤਖਾਰ ਕਹਿੰਦੇ ਨੇ, ਸੋਹਣੀ ਕੁੜੀ, ਕੀ ਹਾਲ ਆ, ਵਧੀਆ। ਅੰਸ ਕਹਿੰਦੇ ਨੇ, ਕੀ ਹਾਲ ਆ। ਰਾਣਾ ਕਹਿੰਦੇ ਨੇ, ਕਿਊਟ। ਮਲਿਕ ਕਹਿੰਦੇ ਨੇ, ਦੁਪੱਟਾ ਲੈ ਕਰ ਨਾਚ ਸੁਣਾ ਦੋ, ਅਗਰ ਗਾਣਾ ਨਹੀਂ ਸੁਣਾਉਣਾ ਤੇ ਨਾਚ ਯਾਦ ਕਰਾਓ ਮੈਨੂੰ। ਮੈਡਮ ਮਾਸ਼ਾਅੱਲਾ ਬਹੁਤ ਖੂਬਸੂਰਤ। ਸਾਦਿਕ ਕਹਿੰਦੇ ਨੇ, ਸ਼ਾਹਿਦ ਕਹਿੰਦੇ ਨੇ, ਜ਼ਰਾ ਹੌਲੇ ਹੌਲੇ ਗੱਲ ਕਰੋ। ਮੁਹੰਮਦ ਕਹਿੰਦੇ ਨੇ, ਕਿਆ ਬਾਤ ਹੈ, ਹੌਲੇ ਹੌਲੇ ਗੱਲ ਕਰਾਂ। ਆ ਵੇਖੋ 10 ਮੈਸੇਜ ਨਿਕਲ ਗਏ, ਫਿਰ ਉਹ ਮੈਨੂੰ ਲਾਮੇ ਦਿੰਦੇ ਆ। ਹਾਂ ਜ਼ੁਲਫਕਾਰ ਕਹਿੰਦੇ ਨੇ, ਸਾਊਦੀ ਅਰਬ ਸੇ ਮੈਂ ਹੂੰ। ਮਲਕ ਕਹਿੰਦੇ ਨੇ, ਆਪ ਮੇਰਾ ਮੈਸੇਜ ਕਿਉਂ ਨਹੀਂ ਪੜ੍ਹਦੀ? ਮਲਕ ਸਾਹਿਬ ਕਿੰਨੇ ਮਲਕਾਂ ਦਾ ਮੈਸੇਜ ਪੜ੍ਹ ਲਿਆ, ਅੱਲਾ ਤੈਨੂੰ ਖੁਸ਼ ਰੱਖੇ। ਜਸਗਿੱਲ ਕਹਿੰਦੇ ਨੇ, ਸ਼ੇਰ ਮੁਰਾਦ ਕੁਝ ਕਹਿੰਦੇ ਨੇ, ਕੁੱਕੂ ਕਹਿੰਦੇ ਨੇ ਸਲਾਮ। ਮਿਰਜ਼ਾ ਕਹਿੰਦੇ ਨੇ, ਡੀਅਰ ਦੁਪੱਟਾ ਲਿਆ ਹੈ, 16 ਸਾਲ ਕੀ ਲੱਗਦੀ ਹੈ, ਵਧੀਆ ਹੋ ਗਿਆ। ਤੇ ਰਾਣਾ ਕਹਿੰਦੇ ਨੇ, ਆਪਕਾ ਨਾਮ? ਮੇਰਾ ਨਾਮ ਨੈਣਾ ਸੁਨੈਣਾ ਬਟ। ਕਹਿੰਦੇ ਨੇ, ਈਸਟ ਕੋ ਵੈਸਟ ਵੇ ਸਿਸਟਰ ਵਿਦ ਦੁਪੱਟਾ ਇਜ਼ ਗੁੱਡ। ਪਰਵੇਜ਼ ਕਹਿੰਦੇ ਨੇ, ਮਾਸ਼ਾਅੱਲਾ। ਅੰਸਰ ਕਹਿੰਦੇ ਨੇ, ਆਂਟੀ ਜੀ ਕਮੈਂਟ ਤੋਂ ਪੜ੍ਹ ਲਓ ਮੇਰਾ। ਹਾਂ ਜਸਗਿੱਲ ਕਹਿੰਦੇ ਨੇ, ਪਰੀ ਹੈ ਨੰਨਾ ਸੁਨੈਣਾ। ਰਾਜਪੀਤ ਕਹਿੰਦੇ ਨੇ, ਅੱਤ ਐਂਡ ਕਰ ਦਿੱਤਾ। ਫਾਰੂਕ ਵਟ ਕਹਿੰਦੇ ਨੇ, ਦੁਪੱਟੇ ਮੈਂ ਕਿਊਟ ਲੱਗਦੀ ਹੋ। ਅੱਛਾ ਜੀ, ਨਗਿੰਦਰਾ ਕਹਿੰਦੇ ਨੇ, ਉਹ ਕਬੀਰਿਆ। ਨਦੀਮ ਕਹਿੰਦੇ ਨੇ, ਹਾਏ ਪੰਜਾਬੀ ਕੁੜੀ। ਬਸ਼ੀਰ ਕਹਿੰਦੇ ਨੇ, ਕੁੱਕੂ ਹਾਏ। ਇਜਾਜ਼ ਕਹਿੰਦੇ ਨੇ, ਹਾਏ। ਰਸ਼ੀਦ ਕਹਿੰਦੇ ਨੇ, ਨਾਇਸ। ਕੁੱਕੂ ਕਹਿੰਦੇ ਨੇ, ਬਿਊਟੀਫੁਲ। ਇਹ ਕੌਣ ਨੇ, ਕਿਰਨ ਕਹਿੰਦੇ ਨੇ, ਅਸਲਾਮ ਵਾਲੇਕੁਮ, ਆਪ ਕੈਸੀ ਹੋ ਕਿਰਨ? ਮੈਂ ਵਧੀਆ, ਤੂੰ ਸੁਣਾ ਫਿਜ਼ਾਨ? ਕਹਿੰਦੇ ਨੇ, ਆਪਕਾ ਲਿਸਟ ਵਾਲਾ ਕਾਮ ਕਹਾਂ ਪਹੁੰਚਾ? ਲਿਸਟ ਵਾਲੇ ਕਾਮ, ਅੱਜ ਨੰਬਰ ਆਉਣਾ ਤੁਹਾਡਾ। ਹਾਂ ਕੱਲ ਕਿਹਾ ਸੀ ਪਰ ਕੱਲ ਮਿਲਿਆ ਨਹੀਂ, ਅੱਜ ਮੇਰੇ ਹਸਬੈਂਡ ਨੰਬਰ ਲੈਣ ਕੇ ਆਉਣਗੇ। ਇਨਸ਼ਾਅੱਲਾ ਕੱਲ ਤੱਕ ਸਾਰੇ ਨੰਬਰ ਜਿਹੜੇ ਉਹਦੇ 'ਚ ਫੀਡ ਹੋ ਜਾਣਗੇ। ਪਰਸੋਂ ਤਰਸੋਂ ਤੱਕ ਤੁਹਾਨੂੰ ਮੈਸੇਜ, 2 ਦਿਨ ਤੱਕ ਮੈਸੇਜ ਆ ਜਾਏਗਾ। ਰਾਜਪੀ ਕਹਿੰਦੇ ਨੇ, ਓਕੇ ਮੈਡਮ ਜੀ। ਤੇ ਇਹ ਕੌਣ ਨੇ, ਅਨਵਰ ਕਹਿੰਦੇ ਨੇ, ਆਈ ਐਮ ਫਰੋਮ ਲੰਡਨ, ਹੈਲੋ ਲੰਡਨ ਵਾਲਿਓ। ਮਲਿਕ ਕਹਿੰਦੇ ਨੇ, ਅਮੀਨ ਆਪਕੋ ਸਲਾਮ ਦੇ ਰਿਹਾ, ਵਾਲਿਕੁਮ ਸਲਾਮ ਜੀ। ਹੁਸੈਨ ਕਹਿੰਦੇ ਨੇ, ਸਲਾਮ। ਅਬਦੁੱਲਾ ਕਹਿੰਦੇ ਨੇ, ਆਪਕਾ ਨਾਮ ਕਿਆ? ਮਲਿਕ ਕਹਿੰਦੇ ਨੇ, ਥੈਂਕ ਯੂ। ਨੈਨਾ ਸੁਨੈਣਾ ਮੇਰਾ ਨਾਮ, ਹੁਸੈਨ ਕਹਿੰਦੇ ਨੇ, ਸਲਾਮ। ਤੇ ਹੁਸੈਨ ਅਸ਼ਰਫ ਕਹਿੰਦੇ ਨੇ, ਸਲਾਮ ਵਾਲਿਕੁਮ ਸਲਾਮ। ਦਾਨਿਆਲ ਖਾਨ ਕਹਿੰਦੇ ਨੇ, ਅੱਜ ਬਹੁਤ ਖੂਬਸੂਰਤ ਲੱਗ ਰਹੀ ਹੋ। ਜਸਗਿੱਲ ਕਹਿੰਦੇ ਨੇ, ਕੈਂਟ ਲੁਕਿੰਗ। ਤੇ ਅਵੈਸ ਕਹਿੰਦੇ ਨੇ, ਸਲਾਮ ਆਂਟੀ ਜੀ, ਵਾਲਿਕੁਮ ਸਲਾਮ। ਅਵੈਸ ਅਹਿਮਦ, ਏਡਾ ਤੇਰਾ ਪੰਘੂੜਾ ਜਿਹੜਾ ਛੁੱਟਿਆ ਨਹੀਂ। ਅਬਦੁੱਲਾ ਕਹਿੰਦੇ ਨੇ, ਮਾਸ਼ਾਅੱਲਾ। ਤੇ ਇਹ ਕੌਣ ਨੇ, ਸ਼ਫੀਉਰ ਰਹਿਮਾਨ ਕਹਿੰਦੇ ਨੇ, ਆਂਟੀ ਕੈਸੀ ਹੋ? ਸ਼ਫੀਉਰ ਰਹਿਮਾਨ ਆਪਣਾ ਨਾਮ ਵੀ ਕਿੱਡਾ ਵੱਡਾ, ਮੈਨੂੰ ਆਂਟੀ ਕਹਿੰਦੇ, ਤੈਨੂੰ ਸ਼ਰਮ ਨਹੀਂ ਆਉਂਦੀ? ਤੇ ਜਸਗਿੱਲ ਕਹਿੰਦੇ ਨੇ, ਸਿਰਾ। ਬਟ ਖਾਲਿਕ ਕਹਿੰਦੇ ਨੇ, ਮਾਸ਼ਾਅੱਲਾ ਜੀ, ਬਹੁਤ ਵਧੀਆ ਲੱਗਦੀ ਹੋ। ਮਲਿਕ ਕਹਿੰਦੇ ਨੇ, ਸਾਡਾ ਕਮੈਂਟ ਵੀ ਨਜ਼ਰ ਨਹੀਂ ਆਉਂਦਾ ਤੁਹਾਨੂੰ। ਮਲਕ ਸ਼ਾਨੀ, ਤੈਨੂੰ ਕੀ ਪਰੇਸ਼ਾਨੀ? ਮੈਂ 70 ਵਾਰੀ ਤੇਰਾ ਮੈਸੇਜ ਪੜਿਆ, ਤੂੰ ਹਰ ਵਾਰੀ ਆਹ ਕਰਨਾ ਕਿ ਮੇਰਾ ਮੈਸੇਜ ਨਹੀਂ ਨਜ਼ਰ ਆਉਂਦਾ। ਹਾਂ ਪੜ੍ਹਦੀ ਤੇ ਪਈ ਆ। ਅੱਛਾ ਮਲਿਕ ਕਹਿੰਦੇ ਨੇ, ਆਮ ਕਰਾਚੀ ਸੇ। ਓਕੇ ਕੁੱਕੂ ਕਹਿੰਦੇ ਨੇ, ਨਾਮ ਸੋਹਣਾ ਵਾ। ਤੇ ਕੌਣ ਨੇ, ਮਨਸ਼ਾ ਕਹਿੰਦੇ ਨੇ, ਇਬਰਾਰ ਸਲਾਮ ਦੇ ਰਿਹਾ, ਵਾਲਿਕੁਮ ਸਲਾਮ ਇਬਰਾਰ। ਕਾਸਿਮ ਕਹਿੰਦੇ ਨੇ, ਸੋਹਣੇ ਲੱਗਦੇ ਪਏ ਹੋ, ਥੈਂਕ ਯੂ ਕਾਸਿਮ ਸਲੀਮ। ਸਲਮਾਨ ਜੱਟ ਕਹਿੰਦੇ ਨੇ, ਸੋ ਨਾਈਸ। ਤੇ ਕੌਣ ਨੇ, ਵਰਿੰਦਰ ਸਿੰਘ ਕਹਿੰਦੇ ਨੇ, ਸਲਾਮ ਜੀ, ਵਾਲਿਕੁਮ ਸਲਾਮ, ਪੰਜਾਬੀ ਸਲਾਮ ਕਹਿੰਦੇ ਨੇ ਫਾਰੂਕ। ਤੇ ਰਾਜਾ ਕਹਿੰਦੇ ਨੇ, ਲੁਕਿੰਗ
ਗੁੱਡ ਤੇ ਕਸ਼ਮੀਰ ਕਹਿੰਦੇ ਆਈ ਲਵ ਯੂ, ਰੋਹੇਲ ਕਹਿੰਦੇ ਆਈ ਲਵ ਯੂ, ਥੈਂਕ ਯੂ ਜੀ, ਮੁਜਾਹਦ ਕਹਿੰਦੇ ਮਾਸ਼ਾਅੱਲਾ, ਅੱਲਾ ਆਪਕੋ ਸਲਾਮਤ ਰੱਖੇ, ਰਾਜਪੂਤ ਕਹਿੰਦੇ ਨੇ ਤੁਸੀਂ ਬੋਲਦੇ ਕੈਂਟ ਹੋ, ਤੇ ਰਜ਼ਵਾਨ ਕਹਿੰਦੇ ਨੇ ਮੁਝੇ ਵੀ ਮੈਸੇਜ ਆਏਗਾ ਨਾ, ਜਿਹਨੇ ਜਿਹਨੇ ਮੈਨੂੰ ਨੰਬਰ ਭੇਜਿਆ ਉਹਨਾਂ ਨੂੰ ਮੈਸੇਜ ਆਏਗਾ, ਹਾਂ ਆਫਕੋਰਸ ਆਏਗਾ। ਤੇ ਇਹ ਕੌਣ ਨੇ, ਹੁਸੈਨ ਕਹਿੰਦੇ ਨੇ ਨਾਈਸ, ਅੱਛਾ ਜਿਹਨਾਂ ਦਾ ਦੁਬਈ ਦਾ ਨੰਬਰ ਜਿਹਨਾਂ ਨੇ ਮੈਨੂੰ ਸੈਂਡ ਕੀਤਾ ਸਿਰਫ ਉਹਨਾਂ ਨੂੰ ਮੈਸੇਜ ਆਏਗਾ, ਆ ਸਾਰਿਆਂ ਨੂੰ ਨੀ ਆਉਣਾ। ਹਾਂ ਵਕਾਸ ਕਹਿੰਦੇ ਨੇ ਸਲਾਮ ਜੀ, ਜਿਹੜੇ ਦੁਬਈ ਚ ਰਹਿੰਦੇ ਆ ਉਹਨਾਂ ਵਾਸਤੇ ਇਹ ਸਹੂਲਤ ਸੀ ਫਿਲਹਾਲ ਫਿਲਹਾਲ। ਜਸਕਿਲ ਕਹਿੰਦੇ ਨੇ ਜੀ ਪੂਰੀ ਦੁਨੀਆ ਚ ਨੈਨਾ ਵਰਗਾ ਸੋਹਣਾ ਕੋਈ ਨੀ, ਓਏ ਹੋਏ ਹੋਏ ਹੋਏ, ਥੈਂਕ ਯੂ ਵੈਰੀ ਮਚ। ਨਜੀਬ ਕਹਿੰਦੇ ਨੇ ਇਫ ਯੂ ਆਰ ਅਨਮੈਰਿਡ ਆਈ ਵਾਂਟ ਟੂ ਮੈਰੀ ਵਿਦ ਯੂ, ਸੋਰੀ ਮੇਰੀ ਸ਼ਾਦੀ ਹੋ ਚੁੱਕੀ ਆ। ਕੰਬੇ ਕਹਿੰਦੇ ਨੇ ਸਲਾਮ, ਅਲੀ ਚੌਧਰੀ ਕਹਿੰਦੇ ਨੇ ਵਾਹ ਪੰਜਾਬੀ, ਥੈਂਕ ਯੂ ਵੈਰੀ ਮਚ। ਤੇ ਜਾਮ ਆਬਦ ਕਹਿੰਦੇ ਨੇ ਨਾਇਸ ਜੀ, ਕੁੱਕੂ ਕਹਿੰਦੇ ਨੇ ਲਵਲੀ, ਰਾਹਾ ਕਹਿੰਦੇ ਨੇ ਪਤਾ ਨੀ ਕੀ, ਵੈਰੀ ਨਾਈਸ, ਨਈਮ ਕੁਛ ਕਹਿ ਰਹੇ ਨੇ, ਮੁਹੰਮਦ ਕਹਿੰਦੇ ਨੇ ਹਾਈ ਕਿਊਟ ਬੇਬੀ, ਬਟ ਖਾਲੀ ਕਹਿੰਦੇ ਨੇ ਕਸ਼ਮੀਰ ਸੇ ਔਰ ਪਤਾ ਨੀ ਕੀ, ਤੇ ਨਾਈਸ ਲੁਕਿੰਗ ਕਹਿ ਰਹੇ ਨੇ। ਵਕਾਸ ਕਹਿੰਦੇ ਨੇ ਸਲਾਮ ਤੇ ਨੰਬਰ ਭੇਜਤਾ, ਵਕਾਸ ਤੁਹਾਡਾ ਨੰਬਰ ਮੈਂ ਲਿਖਿਆ ਹੋਇਆ, ਹਾਂ ਮੈਨੂੰ ਯਾਦ ਆ। ਰਾਣਾ ਕਹਿੰਦੇ ਨੇ ਪਤਾ ਮੇਰੇ ਕੋਲ ਕਿੰਨੇ ਨੰਬਰ, ਮੇਰਾ ਖਾਲ 250 ਦੇ ਕੋਲ ਨੰਬਰ ਆ ਗਿਆ, 200-250 ਇੰਨਾ ਕੁ ਨੰਬਰ ਹੈ, 200 ਤਾਂ ਮੈਨੂੰ ਯਾਦ ਆ ਕਿ ਕਿੰਨੇ ਕਿੰਨੇ ਭੇਜਿਆ, ਦਿਮਾਗ ਕੰਮ ਕਰਦਾ ਮੇਰਾ। ਹਾਂ ਅਨਵਰ ਕਹਿੰਦੇ ਨੇ ਲਵਲੀ ਨਾਇਸ, ਤੇ ਇਹ ਕੌਣ ਨੇ ਨਦੀਮ ਕਹਿੰਦੇ ਨੇ ਜਾਨੀ ਤੁਹਾਡੀ ਆਇਸ ਬਹੁਤ ਵਧੀਆ, ਉਤਾਰ ਦਿਓ ਪਲੀਜ਼ ਐਨਕ, ਮੇਰੀ ਗੱਲ ਸੁਣੋ, ਐਨਕ ਮੈਂ ਲਾ ਦਿਆਂਗੀ ਤਾਂ ਮੈਂ ਤੁਹਾਡੇ ਮੈਸੇਜ ਕਿੱਦਾਂ ਪੜਾਂਗੀ, ਹਾਂ ਫਿਰ ਮੈਨੂੰ ਤੁਹਾਡੇ ਮੈਸੇਜ ਪੜਨ ਲਈ ਇੱਥੇ ਕਰਕੇ ਜਾਣਾ ਪੈਣਾ। ਹਾਂ ਵਕਾਸ ਕਹਿੰਦੇ ਨੇ ਅੱਛਾ ਜੀ, ਨਾਈਮ ਅਬਾਸ, ਨਸੀਮ ਅਬਾਸ ਨੇ ਆਪਣਾ ਨੰਬਰ ਫੇਰ ਭੇਜ ਦਿੱਤਾ, ਇਮੋ ਦਾ ਨੰਬਰ ਮੈਂ ਕੀ ਕਰਨਾ, ਚੌਧਰੀ ਨੇ ਆਪਣਾ ਪਾਕਿਸਤਾਨ ਦਾ ਨੰਬਰ ਭੇਜਤਾ, ਉਸਮਾਨ ਨੇ ਵੀ ਇੱਥੋਂ ਦਾ, ਉਸਮਾਨ ਜਾਨੀ ਮੇਰਾ ਖਿਆਲ ਹੈ ਤੇਰਾ ਨੰਬਰ ਨਹੀਂ ਆਇਆ ਸੀ। ਮੁਹੰਮਦ ਕਹਿੰਦੇ ਨੇ ਯੂਰ ਸਪੀਕਿੰਗ ਮਸ਼ੀਨ, ਅਤੇ ਅਲੀ ਕਹਿੰਦੇ ਨੇ ਲੈਵਲ ਜੀ, ਤੇ ਜ਼ੈਸ਼ਾਨ ਕਹਿੰਦੇ ਨੇ ਗੁੱਡ ਲੁਕਿੰਗ, ਫਾਰੂਕ ਕਹਿੰਦੇ ਨੇ ਪਲੀਜ਼ ਦੁਪੱਟਾ, ਪਤਾ ਨੀ ਕੀ ਹੋ ਗਿਆ, ਮੁਸਲਿਮ ਆਪਣਾ ਨੰਬਰ ਭੇਜਤਾ, ਚੌਧਰੀ ਖਾਲੀ ਕਹਿੰਦੇ ਨੇ ਮਸਤ ਲੱਗ ਰਹੀ ਹੋ, ਰਾਣਾ ਕਹਿੰਦੇ ਨੇ ਬੇਬੀ ਡੋਲ, ਤੇ ਇਹ ਕੌਣ ਨੇ ਪਤਾ ਨੀ ਕੀ, ਵਕਾਸ ਕਹਿੰਦੇ ਨੇ ਥੈਂਕਸ ਜੀ, ਜਸਕਿਲ ਕਹਿੰਦੇ ਨੇ ਗੋਡ ਬਲੈਸ ਯੂ ਯੂਸਫ ਪੰਜਾਬੀ, ਹਾਏ ਹਾਏ ਜਸਗਿੱਲ ਸਾਨੂੰ ਛੱਡ ਕੇ ਯੂਸਫ ਪੰਜਾਬੀ ਨਾਲ ਹੋ ਗਿਆ, ਕੋਈ ਗੱਲ ਨੀ ਬੇਟਾ, ਅੱਛਾ ਜੀ ਕੋਈ ਗੱਲ ਨੀ, ਇਟਸ ਓਕੇ, ਯੂਸਫ ਪੰਜਾਬੀ ਵੀ ਆਪਣਾ ਹੀ ਭਰਾ, ਕੋਈ ਗੱਲ ਨੀ। ਅੱਛਾ ਜੀ ਮਿਰਜ਼ਾ ਕਹਿੰਦੇ ਨੇ ਰੀਅਲੀ ਆਜ ਆਪ ਬਹੁਤ ਪਿਆਰੀ ਲੱਗ ਰਹੀ ਆ, ਨੰਬਰ ਭੇਜ ਦਿੱਤਾ, ਤੇ ਮੀਆਂ ਕਹਿੰਦੇ ਨੇ ਸੋ ਸਵੀਟ, ਇਫਤਖਾਰ ਕਹਿੰਦੇ ਨੇ ਪਤਾ ਨੀ ਕੀ, ਜਸਲ ਕਹਿੰਦੇ ਨੇ ਰਾਤ ਕਾ ਪ੍ਰੋਗਰਾਮ ਕਰਨਾ, ਹਾਂ ਕਰਨਾ ਰਾਤ ਨੂੰ ਕਰਨਾ, ਰਿਜ਼ਵਾਨ ਕਹਿੰਦੇ ਨੇ ਯੂਸਫ ਪੰਜਾਬੀ ਸਾਹਿਬ ਤੁਸੀਂ ਵੀ ਸੁਣ ਲਓ, ਰਾਤ ਦਾ ਪ੍ਰੋਗਰਾਮ ਕਰਨਾ, ਹਾਂ ਤੇ ਓਪਰੇਟ ਤੇ ਰਹਿਣਾ, ਆਹੋ ਖਰੇ ਕਿੱਥੇ ਕਿੱਥੇ ਨਿਕਲ ਜਾਂਦੇ ਹੋ ਤੁਸੀਂ, ਆਪਣੇ ਯਾਰੀ ਨੀ ਦੱਸਦੇ, ਜਦੋਂ ਮੈਂ ਦੱਸੇ ਵਗੈਰ ਜਾਂਦੀ ਫਿਰ ਕਹਿੰਦੇ ਨੇ ਨੈਨਾ ਸੁਨੈਨਾ ਦੱਸਦੇ ਦਿਆ ਕਰਨਾ, ਆਪਣੇ ਯਾਰੀ ਨੀ ਦੱਸਣਾ ਹੁੰਦਾ, ਨੈਨਾ ਸੁਨੈਨਾ ਦੱਸ ਦੇਵੇ ਬਸ, ਨੈਨਾ ਸੁਨੈਨਾ ਦੀ ਰਿਸਪੋਂਸਿਬਿਲਿਟੀਜ਼ ਆ। ਰਾਜਾ ਕਹਿੰਦੇ ਨੇ ਆਪਣਾ ਨੰਬਰ ਸੈਂਡ ਕਰੂ, ਰਾਜਾ ਤੂੰ ਐਡਾ ਵੀ ਰਾਜਾ ਨਹੀਂ, ਤੇ ਨਾ ਮੈਂ ਤੇਰੀ ਰਾਣੀ ਆ ਕਿ ਤੈਨੂੰ ਨੰਬਰ ਹੀ ਦੇ ਦਿਆਂ, ਵਾਹ ਤੇਰੇ ਸਦਕੇ। ਰਾਜਾ ਆ ਕਹਿੰਦੇ ਨੇ ਨਾਈਸ ਲੁਕਿੰਗ, ਕੋਨੇ ਮਾਜਿਦ ਕਹਿੰਦੇ ਨੇ ਆਈ ਲਵ ਯੂ, ਅਸਦ ਕਹਿੰਦੇ ਨੇ ਕੋਈ ਹਾਲ ਨਹੀਂ ਤੇਰਾ, ਵਕਾਸ ਕਹਿੰਦੇ ਨੇ ਯੂ ਆਰ ਲਵਲੀ, ਤੇ ਸਾਬਰ ਕਹਿੰਦੇ ਨੇ ਓਏ ਚੁੱਪ ਕਰ ਜਾ ਨਾ ਕਰ ਸ਼ੋਰ, ਨਹੀਂ ਚੱਲਣਾ ਤੇਰਾ ਜ਼ੋਰ, ਨਿੱਕੀ ਜਿਹੀ ਇੱਕ ਜਿੰਦੜੀ ਤੇਰਾ ਨਹੀਂ ਕੇਰਾ, ਲੱਖਾਂ ਗਮਾਨੇ ਪਾਇਆ ਚਾਂਜਰ ਫੱਬਦੀ ਨਾ, ਉਹ ਚਾਂਜਰ ਫੱਬਦੀ ਨਾ, ਹੋ ਚਾਂਜਰ ਫੱਬਦੀ ਨਾ, ਹੋ ਚਾਂਜਰ ਫੱਬਦੀ ਨਾ, ਮੁਟਿਆਰ ਬਿਨਾ ਦਿਲ ਤੜਕੇ ਨਾ ਦਿਲਦਾਰ ਬਿਨਾ। ਮੀਆਂ ਦਾਨਿਸ਼ ਨੰਬਰ ਭੇਜ ਛੱਡਿਆ, ਚੌਧਰੀ ਫਤਿਹਲਾ ਕਹਿੰਦੇ ਨੇ ਜਿਉਂਦੇ ਵਸਦੇ ਰਹੋ, ਸੇਮ ਟੂ ਯੂ, ਤਨਹਾ ਨੇ ਵੀ ਨੰਬਰ ਭੇਜਤਾ, ਸਿਰਾਜ ਕਹਿੰਦੇ ਨੇ ਯੂ ਆਰ ਲੁਕਿੰਗ ਸੋ ਸਵੀਟ, ਅਲੀ ਅਲੀ ਕਹਿੰਦੇ ਨੇ ਹੈਲੋ, ਇਫਤਖਾਰ ਕਹਿੰਦੇ ਨੇ ਮਾਸ਼ਾਅੱਲਾ ਬਹੁਤ ਸੋਹਣੇ ਲੱਗਦੇ ਹੋ, ਐਤਸ਼ਾਮ ਕਹਿੰਦੇ ਨੇ ਹੈਲੋ ਅੱਛੀ ਹੋ ਆਪ, ਸੌਂਗ ਸੁਣਾ ਦਿਓ ਆਪਣੀ ਪਸੰਦ ਦਾ। ਯਾਰ ਕੱਲ ਇੱਕ ਸੌਂਗ ਮੈਂ ਨਾ ਯਾਦ ਕਰ ਰਹੀ ਸੀ, ਮੈਂ ਮਾਲ ਤੇ ਗਈ, ਉੱਥੋਂ ਵਾਪਸ ਆ ਰਹੀ ਸੀ, ਮੇਰੇ ਅਚਾਨਕ ਜ਼ੇਹਨ ਚ ਆਇਆ ਤੇ ਹੁਣ ਨਿਕਲ ਗਿਆ, ਕੱਲ ਜ਼ੇਹਨ ਚ ਆਇਆ ਸੀ, ਅੱਜ ਨਿਕਲ ਗਿਆ ਮੇਰੇ ਜ਼ੇਹਨ ਚੋਂ, ਆਹੋ ਟਿਸ਼ੂ ਕਿੱਥੇ ਗਏ, ਵੇਟ ਕਰੋ ਜਨਾਬ, ਏਸੀ ਚ ਰਹਿ ਰਹਿ ਕੇ ਨਾ ਪਤਾ ਕੀ ਆ, ਨਹਾ ਕੇ ਵੀ ਆਓ, ਏਸੀ ਚੱਲੀ ਜਾਂਦਾ, ਹਾਂ ਜ਼ੁਕਾਮ ਹੋ ਜਾਂਦਾ। ਹਾਂਜੀ ਬਹੁਤ ਦਿਨ ਹੋਏ ਦੇਖੇ ਹੋਏ ਤੁਝੇ ਯਾਰ, ਪਲੀਜ਼ ਸੌਂਗ ਸੁਣਾ ਦਿਓ, ਤਾਹਿਰ ਸ਼ਹਿਜ਼ਾਦ ਸਾਹਿਬ ਦਿਨ ਹੋਏ ਨੇ, ਮੈਂ ਤੇ ਰੋਜ਼ ਆਉਂਦੀ ਹਾਂ, ਤੁਸੀਂ ਦਿਨਾਂ ਬਾਅਦ ਆਏ ਹੋ, ਕੀ ਹੋ ਗਿਆ ਤੁਹਾਨੂੰ, ਆਹੋ ਤੇ ਕਿਹੜਾ ਗਾਣਾ ਸੀ ਯਾਰ, ਸਬਰ ਕਰੋ, ਅ
ਯਾਦ ਕਰਨ ਦੋ ਮੈਨੂੰ, ਸਬਰ ਕਰ ਲੋ। ਹਾਂ ਤੁਸੀਂ ਵੀ ਯਾਦ ਕਰੋ ਕੋਈ ਪੰਜਾਬੀ ਵਧੀਆ ਜਿਹਾ ਗਾਣਾ, ਪਾਕਿਸਤਾਨੀ ਸੁਣ ਲੋ। ਹਾਂ ਕੱਲ ਮੈਂ ਯਾਦ ਕੀਤਾ ਸੀ, ਲੋ ਬਟ ਖਾਲਿਕ ਸਾਹਿਬ ਕਹਿੰਦੇ ਨੇ ਡੋਂਟ ਸਿੰਗ ਰਬੀ ਲਵਲ ਹੈ। ਰਬੀ ਲਵਲ ਤਾਂ ਆਹ ਥੋੜੀ ਕਹਿੰਦਾ ਵੀ ਗਾਣਾ ਨੀ ਗਾਣਾ, ਮਤਲਬ ਰਬੀ ਲਵਲ ਚ ਗਾਵਾਂਗੇ ਤਾਂ ਗੁਨਾਹ ਹੋਊਗਾ, ਬਾਕੀ 11 ਮਹੀਨੇ ਗਾਓ ਤਾਂ ਸਵਾਬ ਹੋਊਗਾ। ਏਦਾਂ ਤਾਂ ਨੀ ਹੁੰਦਾ ਖਾਲਿਕ ਸਾਹਿਬ, ਕੀ ਹੋ ਗਿਆ, ਨਾ ਕਰਿਆ ਕਰੋ, ਇੰਨੀ ਰਿਸਟ੍ਰਿਕਸ਼ਨ ਨਾ ਪਾਇਆ ਕਰੋ। ਆਹੋ ਮੀਆਂ ਕਹਿੰਦੇ ਨੇ ਹਾਂ ਹਾਂ, ਰਾਜਾ ਕਹਿੰਦੇ ਨੇ ਬਹੁਤ ਪਿਆਰੀ ਲੱਗ ਰਹੀ ਹੋ ਰਾਜਾ ਸਦਾਬ, ਤੇਰੀ ਮਾਂ ਨੂੰ ਤੇਰੀ ਭੈਣ, ਕਿਤੇ ਕੋਈ ਖਸਰਾ ਨਿਕਲਿਆ ਤੇਰੀ ਮਾਂ ਭੈਣ ਨੂੰ। ਅਯੂਬ ਕਹਿੰਦੇ ਨੇ ਮਤਲਬ ਤੇਰੀ ਮਾਂ ਭੈਣ ਵੀ ਸੇਮ ਹੀ ਆ, ਯੂ ਕੈਨ ਚੈੱਕ, ਕੋਲ ਆ, ਕਲੋਜ਼ ਵੀ ਆ, ਹਾਂ ਤੇ ਤੈਨੂੰ ਓਪਰਚੁਨਿਟੀ ਬੜੀ ਆ। ਹਾਂ ਇਸ ਤੋਂ ਵੱਧ ਓਪਰਚੁਨਿਟੀ ਕੀ ਹੋਣੀ, ਤੇਰੇ ਕੋਲ ਹੈਗੀ ਆ। ਜਸਕਿਲ ਕਹਿੰਦੇ ਨੇ ਜੀ ਉਹ ਤਾਂ ਝੂਠ ਵੋ ਬਣਾ ਸੱਚ ਜਿਆ ਰਾਹਤ ਫਤਿਹ ਅਲੀ, ਜੋ ਥਾ ਝੂਠ ਵੋ ਬਣਾ ਸੱਚ ਜਿਆ, ਆਹ ਕਿਹੜਾ ਗਾਣਾ, ਮੁਹੱਬਤ ਵਰਸਾ ਦੇਣਾ ਨਹੀਂ, ਪੰਜਾਬੀ ਦੱਸੋ। ਮੈਮ ਯੂ ਆਰ ਰੋਂਗ। ਅੱਛਾ ਜੀ ਫੈਸਲ ਕਹਿੰਦੇ ਨੇ ਆਪਕਾ ਪ੍ਰੋਗਰਾਮ ਬਹੁਤ ਨਾਈਸ ਹੈ। ਅੱਛਾ ਜ਼ੇਨੂ ਕੁਛ ਕਹਿੰਦੇ ਨੇ, ਐਸ ਟੀ ਐਨ ਕਹਿੰਦੇ ਨੇ ਜਸ ਗਿੱਲ ਜੀ ਸਲਾਮਤ ਰਹੋ, ਤੇ ਰਾਜਪੂਤ ਕਹਿੰਦੇ ਨੇ ਮੈਡਮ ਕਿੱਥੋਂ ਤੁਸੀਂ, ਦੁਬਈ ਤੋਂ। ਨਵੀਦ ਕਹਿੰਦੇ ਨੇ ਨਾਚ ਸੁਣਾ ਦਿਓ, ਵਿਕਾਸ ਕਹਿੰਦੇ ਨੇ ਅੱਛਾ ਮੈਨੂੰ ਕਹਿਣ ਦਿਓ ਵੀ ਨਾਚ ਸੁਣਾ ਦਿਓ, ਜਦੋਂ ਮੈਂ ਕਹਿੰਦੀ ਹਾਂ ਵੀ ਮੈਨੂੰ ਨਾਚ ਯਾਦ ਕਰਾ ਦਿਓ ਤੇ ਤੁਹਾਨੂੰ ਆਪਣੇ ਆਪ ਨੀ ਕੋਈ ਨਾਚ ਯਾਦ ਆਉਂਦੀ, ਨਾਚ ਯਾਦ ਕਰਾਓ ਮੈਨੂੰ ਛੇਤੀ, ਦੱਸੋ ਕਿਹਨੂੰ ਕਿਹਨੂੰ ਨਾਚ ਆਉਂਦੀ ਆ, ਆਪ ਦੱਸੋ। ਚਲੋ ਸ਼ਾਬਾਸ਼, ਮੈਂ ਤੁਹਾਨੂੰ ਕਰਨੀ ਆ ਸੁਧਰ, ਆ ਜਾਓ ਨਾਚ ਦੱਸੋ ਕਿਹੜੀ ਕਿਹੜੀ ਨਾਚ ਹੈ, ਕਿਹਨੂੰ ਕਿਹਨੂੰ ਨਾਚ ਆਉਂਦੀ ਆ, ਛੇਤੀ ਦੱਸੋ, 1 2 3 ਆ ਲਓ ਫੜੋ ਹੁਣ ਆ ਜਾਓ। ਉਸਮਾਨ ਨੇ ਨਹੀਂ ਲਿਖੀ, ਦਿਲ ਨੇ ਨਹੀਂ ਲਿਖੀ, ਮੁਜਾਹਦ ਕਹਿੰਦੇ ਨਹੀਂ ਲਿਖੀ, ਮਲਿਕ ਕਹਿੰਦੇ ਨੇ ਨਹੀਂ ਲਿਖੀ, ਆਜ਼ਮ ਨੇ ਵੀ ਨਹੀਂ ਲਿਖੀ, ਕੁੱਕੂ ਕਹਿੰਦੇ ਨੇ ਨਹੀਂ ਲਿਖੀ, ਤਨਹਾ ਕਹਿੰਦੇ ਨੇ ਤੇ ਨਹੀਂ, ਸਿਸਟਰ ਕੈਸੀ ਹੋ ਨਹੀਂ, ਮੈਨੂੰ ਨਾਤ ਦੱਸੋ ਨਾਤ। ਮਿਰਜ਼ਾ ਕਹਿੰਦੇ ਨੇ ਦੱਸ ਮੈਂ ਕੀ ਪਿਆਰ ਵਿੱਚ ਖੱਟਿਆ, ਨਾਤ ਦੱਸੋ, ਕਾਲਾ ਜੋੜਾ ਨਹੀਂ, ਦੁਬਈ ਮੈਂ ਕਿਧਰ, ਜ਼ਫਰਾਨ ਨਾਤ ਦੱਸ, ਮੈਂ ਤੁਹਾਡੀ ਉਨੀ ਖਬਰ ਲੈਣੀ ਆ, ਤੁਸੀਂ ਮੈਨੂੰ ਤੰਗ ਕਰਦੇ ਹੋ ਪੱਚਿਆ, ਦੱਸ ਮੈਨੂੰ ਨਾਤ ਦੱਸੋ, ਛੇਤੀ ਦੱਸੋ। ਅਯੂਬ ਕਹਿੰਦੇ ਨੇ ਮਕਸਦ ਕਿਆ ਹੈ, ਚੌਧਰੀ ਮੈਨੂੰ ਕਹਿੰਦੇ ਰਹਿੰਦੇ ਨਾਤ ਸੁਣਾ ਦੋ, ਕਲਮਾ ਸੁਣਾ ਦੋ, ਸੁਣਾਓ ਨਾ ਜ਼ਰਾ ਹੁਣ ਆਪ ਤੁਸੀਂ। ਹਾਂ ਹਾਂ ਨਾ ਨਾ ਜੀ ਨਾ ਜੀ ਨਾ ਨਾ ਸੁਣਾਓ, ਐਸ ਐਮ ਐਸ ਨੀ ਪੜ੍ਹਨੇ ਮੈਂ, ਨਾ ਸੁਣਾਓ ਪਹਿਲੇ। ਆਹੋ ਮੇਰੇ ਸੋਹਣੇ ਸੋਹਣੇ ਆਕਾ, ਵਿਕਾਸ ਨੇ ਲਿਖੀ ਹੈ, ਬਟ ਕਹਿੰਦੇ ਨੇ ਕਾਲੀ ਕਮਲੀ ਵਾਲਾ, ਰਿਜ਼ਵਾਨ ਕਹਿੰਦੇ ਨੇ ਮੁਝੇ ਜੀਨੇ ਨਹੀਂ ਦਿੱਤੀ ਹੈ, ਓਏ ਨਾਦ ਕਹਿ ਮੈਂ ਮੁਝੇ ਆਤੀ ਹੈ, ਤੇ ਮਦੀਨਾ ਮੇਰੀ ਜਾਨ, ਮੁਹੰਮਦ ਪਰਵੇਜ਼ ਕਹਿੰਦੇ ਨੇ, ਐਹਤਸ਼ਾਮ ਕਹਿੰਦੇ ਨੇ ਭਰ ਦੋ ਜੋਲੀ, ਚੌਧਰੀ ਕਹਿੰਦੇ ਨੇ ਬਿੱਲੋ ਠੁਮਕਾ, ਆ ਦੇਖ ਲਾ ਚੌਧਰੀ ਨੂੰ ਮਾਨ ਹੈ, ਤੂੰ ਬਾਹਰ ਆ ਜਾ। ਮੀਆਂ ਕਹਿੰਦੇ ਨੇ ਨਾਤ ਯਾਦ ਕਰੋ, ਤੁਸੀਂ ਕਰੋ ਜਨਾਬ। ਅਤੀਕੁ ਰਹਿਮਾਨ ਹੱਸਦੇ ਪਏ ਨੇ, ਮੁਹੰਮਦ ਕਹਿੰਦੇ ਨੇ ਹੈਲੋ, ਸੈਯਦ ਕਹਿੰਦੇ ਨੇ ਅੱਛਾ ਮੁਝਸੇ ਬਾਤ ਤੋਂ ਕਰੋ, ਕਿਉਂ ਕਰਾਂ ਵੀ ਤੇਰੇ ਨਾਲ ਗੱਲ, ਤੂੰ ਵੀ ਨਾਤ ਸੁਣਾ। ਮਲਿਕ ਕਹਿੰਦੇ ਨੇ ਮਦੀਨੇ ਕੋ ਜਾਏ ਯੇ ਜੀ ਜੀ ਚਾਹਤਾ ਹੈ, ਸਲੀਮ ਕਹਿੰਦੇ ਨੇ ਸ਼ਾਹੇ ਮਦੀਨਾ, ਸਲੀਮ ਖਾਨ ਆ ਵਧੀਆ, ਸ਼ਾਹੇ ਮਦੀਨਾ ਆ ਮੈਨੂੰ ਆਉਂਦੀ ਆ। ਮੁਹੰਮਦ ਕੀ ਹੈ, ਪਤਾ ਨੀ ਕੀ ਲਿਖਿਆ ਹੋਇਆ। ਸਰਦਾਰ ਕਹਿੰਦੇ ਨੇ ਵੈਰੀ ਨਾਈਸ ਪ੍ਰੋਗਰਾਮ, ਜ਼ਫਰ ਕਹਿੰਦੇ ਨੇ ਕਾਲ ਕਰੂੰ ਫਿਰ, ਕਿਉਂ ਜੀ ਗੁੱਸਾ ਕਰੇ ਸਰਕਾਰ ਦੇ ਵਾਰਿਓ, ਹਾਂਜੀ ਨਾਲ ਗੁੱਸਾ ਪਤਾ ਨੀ ਕੀ। ਤੇ ਇਹ ਕੌਣ ਨੇ, ਜ਼ਹੀਰ ਰਾਜਪੂਤ ਕਹਿੰਦੇ ਨੇ ਸਵੀਟ ਟਾਈਮ ਲਾਈਫ ਵਿਲ ਨਾਟ ਰਿਟਰਨ, ਹਾਂ ਠੀਕ ਆ, ਹਾਂ ਸਮਾਈਲ ਅੱਛੀ ਆ। ਚਲੋ ਹੁਣ ਮੈਂ ਤੁਹਾਨੂੰ ਸ਼ਾਹਿਦ ਮਦੀਨਾ ਸੁਣਾ ਦਿਆਂ, ਠੀਕ ਹੈ। ਸ਼ਾਹਿਦ ਖਾਨ ਕਾ ਸਲਾਮ, ਵਾਲੇਕੁਮ ਸਲਾਮ, ਯੂ ਆਰ ਵੈਰੀ ਬਿਊਟੀਫੁਲ। ਗੋਂਦਲ ਕਹਿੰਦੇ ਨੇ ਥੈਂਕ ਯੂ ਅਲਾਬਾ, ਖੁਸ਼ ਰੱਖੇ। ਮਹਿਰ ਕਹਿੰਦੇ ਨੇ ਕਾਫੀ ਸਾਰੇ ਮੇਰੇ ਵਿਊਰ ਆਏ ਨੀ ਆ, ਉਹ ਕਿੱਥੇ ਗਏ। ਅੰਜੂਮ ਵੀ ਨੀ ਆਇਆ, ਤੇ ਉਹ ਕੀ ਉਹਦਾ ਨਾਂ ਹੈ, ਮਟਿਆਲ ਵੀ ਨੀ ਆਇਆ, ਹਾਂ ਹੋਰ ਵੀ 3-4 ਰੋਜ਼ ਵਾਲੇ ਲੋਕ ਨੀ ਆਏ ਮੇਰੇ। ਅੱਛਾ ਚਲੋ ਜੀ ਸੁਣਾ ਦਿਆ, ਨਾਚ ਸੁਣ ਲਓ, ਨਾਚ ਸੁਣ ਲਓ। ਹੈ ਨੂਰ ਤੇਰਾ ਸ਼ਮਸੋ ਕਮਰ ਪੇ, ਆਬਾਦ ਆਲਮ ਤੇਰੇ ਕਰਮ ਸੇ, ਆਬਾਦ ਆਲਮ ਤੇਰੇ ਕਰਮ ਸੇ,
ਫਾਨੀ ਹਰ ਇੱਕ ਸ਼ੈ ਫਾਨੀ ਹਰ ਇੱਕ ਸ਼ੈ ਗਲਤ ਹੋ ਗਈ ਸਾਰੀ ਸੋਰੀ ਫੋਰ ਡੈਟ ਮੈਨੂੰ ਜਿੰਨੀ ਆਉਂਦੀ ਹੈ ਮੈਂ ਪੂਰੇ ਪੱਕੇ ਹੋ ਕੇ ਗਾਈ ਆ ਨਹੀਂ ਬਾਕੀ ਹਰ ਇੱਕ ਸ਼ੈ ਹਾਂ ਨਕਸ਼ੇ ਖਿਆਲੀ ਹੈਨਾ ਚਲੋ ਬਾਕੀ ਹਰ ਇੱਥੋਂ ਇੱਥੋਂ ਫਿਰ ਪੜ੍ਹਨੀ ਨਹੀਂ ਦੂਸਰੀ ਤੂਨੇ ਜਹਾਂ ਕੀ ਦੁਨੀ ਮਹਿਫਿਲ ਸਜਾਈ ਤਾਰੀਕਿਓਂ ਮੇ ਸ਼ਮਾ ਜਲਾਈ ਤਾਰੀਕਿਓਂ ਮੇ ਸ਼ਮਾ ਜਲਾਈ ਤੂੰ ਅਗਰ ਨਾ ਹੋਤਾ ਤੂੰ ਅਗਰ ਨਾ ਹੋਤਾ ਦੁਨੀਆ ਥੀ ਖਾਲੀ ਸਾਰੇ ਨਬੀ ਤੇਰੇ ਦਰ ਕੇ ਸਵਾਲੀ ਸ਼ਾਹੇ ਮਦੀਨਾ ਸ਼ਾਹੇ ਮਦੀਨਾ ਯਸਰਬ ਕੇ ਵਾਲੀ ਸਾਰੇ ਨਬੀ ਤੇਰੇ ਦਰ ਕੇ ਸਵਾਲੀ ਸ਼ਾਹੇ ਮਦੀਨਾ ਸ਼ਾਹੇ ਮਦੀਨਾ ਠੀਕ ਹੋ ਗਿਆ ਹੋਰ ਨਾ ਮੈਨੂੰ ਕੁਝ ਕਹਿਣਾ ਠੀਕ ਆ ਚਲੋ ਤਾਜਦਾਰੇ ਹਰਮ ਉਹ ਤਾਜਦਾਰੇ ਹਰਮ ਵੀ ਵਧੀਆ ਪਰ ਮੈਨੂੰ ਆਉਂਦੀ ਨਹੀਂ ਸਲੀਮ ਕਹਿੰਦੇ ਨੇ ਮਾਸ਼ਾਅੱਲਾ ਸਈਦ ਕਹਿੰਦੇ ਨੇ ਸੁਭਾਨੱਲਾ ਜ਼ੀਰ ਕਹਿੰਦੇ ਨੇ ਲੁੱਕ ਦ ਮੂਨ ਇਜ਼ ਲੁਕਿੰਗ ਐਟ ਯੂ ਅੱਛਾ ਤੇ ਦੀਨ ਕੇ ਸਾਥ ਮਜ਼ਾਕ ਨਹੀਂ ਕਰੋ ਪਲੀਜ਼ ਮੁਹੰਮਦ ਸਾਹਿਬ ਮੈਂ ਕੀ ਮਜ਼ਾਕ ਕੀਤਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ ਤੇ ਬਹੁਤੇ ਐਕਸਟਰਾ ਓਵਰ ਸਮਾਰਟ ਨਾ ਹੋਵੋ ਓਕੇ ਦੀਨ ਦੇ ਸਾਥ ਮਜ਼ਾਕ ਦੀਨ ਤੇਰੇ ਪਿਓ ਦਾ ਘਰ ਦਾ ਤੇਰਾ ਰਾਜ ਆ ਅਜੀਬ ਗੱਲ ਆ ਹਾਂ ਮਜ਼ਾਕ ਤੂੰ ਕਰ ਰਿਹਾ ਮੈਂ ਨਾਤ ਪੜ੍ਹੀ ਆ ਤੇ ਤੂੰ ਕਹਿੰਦਾ ਮੈਂ ਦੀਨ ਨਾਲ ਮਜ਼ਾਕ ਕੀਤਾ ਸ਼ਰਮ ਨਹੀਂ ਆਉਂਦੀ ਤੈਨੂੰ ਜਸਕੀਲ ਕਹਿੰਦੇ ਨੇ ਬਹੁਤ ਪਿਆਰੀ ਲੱਗਦੇ ਹੋ ਗੱਲਾਂ ਕਰਦੇ ਨੈਨਾ ਜੀ ਤੇ ਬਟ ਕਹਿੰਦੇ ਨੇ ਭਾਈ ਤੋਂ ਹੈ ਹਾਂ ਹਾਂ ਨਾ ਨਾਤ ਹੀ ਭੁੱਲ ਗਈ ਸੋ ਕਿਊਟ ਮੁਹੰਮਦ ਕਹਿੰਦੇ ਨੇ ਲੁਕਿੰਗ ਔਸਮ ਮਲਿਕ ਕਹਿੰਦੇ ਨੇ ਆਵਾਜ਼ ਪਿਆਰੀ ਥੈਂਕ ਯੂ ਮੁਹੰਮਦ ਕਹਿੰਦੇ ਨੇ ਮਾਸ਼ਾਅੱਲਾ ਸ਼ਾਹਿਦ ਕਹਿੰਦੇ ਨੇ ਤਾਜਦਾਰੇ ਹਰਮ ਮੈਨੂੰ ਆਉਂਦੀ ਨੀ ਮੈਨੂੰ ਬਹੁਤ ਵਧੀਆ ਲੱਗਦੀ ਮੇਰਾ ਦਿਲ ਕਰਦਾ ਮੈਂ ਉਹ ਯਾਦ ਕਰਾਂ ਮੈਨੂੰ ਯਾਦ ਨਹੀਂ ਆਉਂਦੀ ਹਾਂ ਹਬੀਬ ਕਹਿੰਦੇ ਨੇ ਕਸ਼ਮੀਰ ਸੇ ਹੈਲੋ ਕਸ਼ਮੀਰ ਵਾਲਾ ਰਿਜ਼ਵਾਨ ਕਹਿੰਦੇ ਨੇ ਵੈਰੀ ਨਾਈਸ ਜੀ ਪਰਵੇਜ਼ ਕਹਿੰਦੇ ਨੇ ਤੂੰ ਨੇ ਜਹਾਂ ਕੀ ਮਹਿਫਿਲ ਸਜਾਈ ਤਾਰੀਕਿਓਂ ਮੇ ਸ਼ਮਾ ਜਲਾਈ ਤੂੰ ਅਗਰ ਨਾ ਹੋਤਾ ਆਹ ਤਾਂ ਮੈਂ ਪੜ੍ਹ ਦਿੱਤਾ ਹਾਂ ਖਾਲੀ ਸਾਰੇ ਨਬੀ ਆਹ ਤਾਂ ਮੈਂ ਪੜ੍ਹ ਦਿੱਤਾ ਯਾਰ ਨਵੀਦ ਕਹਿੰਦੇ ਨੇ ਗੁੱਡ ਨਸੀਰ ਕਹਿੰਦੇ ਨੇ ਵਧੀਆ ਅਯੂਬ ਕਹਿੰਦੇ ਨੇ ਨੂਰ ਵਾਲਾ ਆਹ ਵੀ ਵਧੀਆ ਨੂਰ ਵਾਲਾ ਆਇਆ ਹੈ ਨੂਰ ਲੈ ਕਰ ਆਇਆ ਹੈ ਸਾਰੇ ਦੇਖੋ ਕੈਸਾ ਨੂਰ ਛਾਇਆ ਹੈ ਅਸਲਾਤੂ ਅਸਲਾਮੁ ਅਲੈਕਾ ਯਾ ਹਬੀਬੁੱਲਾ ਅਸਲਾਤੂ ਅਸਲਾਮੁ ਅਲੈਕਾ ਯਾ ਰਸੂਲ ਅੱਲਾ ਖਾਨ ਸਾਹਿਬ ਕਹਿੰਦੇ ਨੇ ਆਪਕੇ ਪਤ ਸੇ ਬਹੁਤ ਬਰੀ ਹੈ ਪਹਿਲੇ ਨਾਤ ਸੀਖ ਲੋ ਹਾਂ ਸੀਖ ਲੋ ਕਾ ਮਤਲਬ ਕੀ ਹੁੰਦਾ ਆਉਂਦੀ ਆ ਸ਼ੇਖ ਕਹਿੰਦੇ ਨੇ ਮਾਸ਼ਾਅੱਲਾ ਕਹਿੰਦੇ ਨੇ ਆ ਗਿਆ ਉਹੀ ਟਾਈਮ ਆਹ ਗੱਲ ਨਹੀਂ ਆ ਗੁੱਸਾ ਦਵਾ ਦਿੰਦੇ ਰਾਜਾ ਕਹਿੰਦੇ ਨੇ ਕੀ ਹੋ ਰਿਹਾ ਜਾਨ ਕਹਿੰਦੇ ਨੇ ਨਾਇਜ਼ ਅਰਮਾਨ ਕਹਿੰਦੇ ਨੇ ਬਿਊਟੀਫੁਲ ਵਿੱਚ ਵੀ 25 ਮੈਸੇਜ ਮੈਂ ਉੱਤੇ ਕਰ ਦਿੱਤੇ ਆ ਤੁਹਾਡੇ ਗੱਲ ਦਾ ਜਵਾਬ ਦੇਣ ਲੱਗਿਆ ਤੇ ਇਹ ਕੌਣ ਨੇ ਅਸਗਰ ਕਹਿੰਦੇ ਨੇ ਹਾਏ ਫਹੀਮ ਕਹਿੰਦੇ ਨੇ ਸੁਭਾਨੱਲਾ ਅਬਦੁਲ ਕਹਿੰਦੇ ਨੇ ਆਵਾਜ਼ ਅੱਛੀ ਆ ਥੈਂਕ ਯੂ ਕਾਸਿਦ ਕਹਿੰਦੇ ਨੇ ਸਵੀਟ ਗਰਲ ਸਈਦ ਕਹਿੰਦੇ ਨੇ ਭੁੱਲ ਗਏ ਉਹ ਹਾਂ ਥੋੜਾ ਥੋੜਾ ਭੁੱਲ ਜਾਂਦੀ ਆ ਮੁਹੰਮਦ ਕਹਿੰਦੇ ਨੇ ਹੈਲੋ ਫੈਜ਼ਾਨ ਕਹਿੰਦੇ ਨੇ ਨੈਨਾ ਜੀ ਇਤਨਾ ਗੁੱਸਾ ਆ ਜਾਂਦਾ ਯਾਰ ਬਟ ਕਹਿੰਦੇ ਨੇ ਮਾਈ ਸਿਸਟਰ ਮਾਸ਼ਾਅੱਲਾ ਹੁਣ ਕਸ਼ਮੀਰ ਸੇ ਪਾਕਿਸਤਾਨ ਸੇ ਓਕੇ ਜੀ ਹਬੀਬ ਕਹਿੰਦੇ ਨੇ ਗੱਪੀ ਅਗਰਵਾਲ ਦਾ ਸੌਂਗ ਸੁਣਾਓ ਲੈ ਗੱਪੀ ਅਗਰਵਾਲ ਮੈਨੂੰ ਕੀ ਪਤਾ ਗੱਪੀ ਅਗਰਵਾਲ ਕੌਣ ਹੈ ਉਮਰ ਕਹਿੰਦੇ ਨੇ ਲੋ ਦੱਸੋ ਯਾਰ ਪ੍ਰਿੰਸ ਕਹਿੰਦੇ ਨੇ ਮੇਰਾ ਕਮੈਂਟ ਵੀ ਪੜ ਲਓ ਪ੍ਰਿੰਸ ਯਾਸਿਨ ਪੜ੍ਹ ਲਿਆ ਜਨਾਬ ਤੇ ਇਸ਼ ਕਹਿੰਦੇ ਨੇ ਆਪਣਾ ਡਰੈਸ ਠੀਕ ਕਰੋ ਨਾਤ ਕੇ ਲੀਏ ਸਿਰ ਤੇ ਦੁਪੱਟਾ ਲੈ ਲਿਆ ਨਾ ਹਾਂ ਆਪੀ ਤੁਸੀਂ ਕਹਿੰਦੇ ਹੋ ਜਸਪ੍ਰੀਤ ਕਹਿੰਦੇ ਨੇ ਤੁਸੀਂ ਕੀ ਕਹਿੰਦੇ ਹੋ ਇੰਨੀ એનર્ਜੀ ਤੁਸੀਂ ਕੀ ਖਾਂਦੇ ਹੋ ਇੰਨੀ એનર્ਜੀ ਜਸਪ੍ਰੀਤ ਸਾਹਿਬ ਪੀਨਟ ਬਟਰ ਖਾਈਦਾ ਨਹੀਂ ਮੇਰਾ ਦਿਓਰ ਖਾਂਦਾ ਪੀਨਟ ਬਟਰ ਮੈਨੂੰ ਖਾਂਦਿਆਂ ਵੇਖਦੀ ਆ ਤੇ ਮੇਰੇ ਚ એનર્ਜੀ ਆ ਜਾਂਦੀ ਉਹ ਜਿਮ ਜਾਂਦਾ ਉਹਨੂੰ ਲਾਜ਼ਮੀ ਹੁੰਦੀ ਆ ਨਾ ਇਦਾਂ ਦੀਆਂ ਚੀਜ਼ਾਂ ਉਹ ਮੇਰੇ ਚ એનર્ਜੀ ਆ ਜਾਂਦੀ ਉਹਨੂੰ ਵੇਖ ਕੇ ਹਾਂ ਮੁਹੰਮਦ ਕਹਿੰਦੇ ਨੇ ਹੈਲੋ ਰਾਜਾ ਕਹਿੰਦੇ ਨੇ ਆਪ ਵੀ ਆਪਕੀ ਆਵਾਜ਼ ਵੀ ਪਿਆਰੀ ਇੰਤਜ਼ਾਰ ਕਹਿੰਦੇ ਨੇ ਹੈਲੋ ਤੇ ਮਹਿਰ ਕਹਿੰਦੇ ਨੇ ਅੱਲਾਹ ਪਾਕ ਆਪਕੋ ਖੁਸ਼ ਰੱਖੇ ਤੁਹਾਨੂੰ ਵੀ ਖੁਸ਼ ਰੱਖੇ ਜਨਾਬ ਅਫਸਲ ਖਾਨ ਕਹਿੰਦੇ ਨੇ ਜਬ ਮੈਂ ਆਪਕਾ ਨੰਬਰ ਮੈਸੇਜ ਕਰਤਾ ਹੂੰ ਤੋ ਆਪ ਜਵਾਬ ਨਹੀਂ ਦੇਤੀ ਅਫਸਲ ਖਾਨ ਸੋਰੀ ਜਸਕੀ ਕਹਿੰਦੇ ਨੇ ਬਹੁਤ ਵਧੀਆ ਉਪਰਲਾ ਕੀਤਾ ਯੂਸਫ ਪੰਜਾਬੀ ਸਾਹਿਬ
ਹੋਣਾ ਏ ਟੀਵੀ ਸ਼ੁਰੂ ਕਰਕੇ। ਅੱਛਾ ਜੀ, ਤਨਾ ਕਹਿੰਦੇ ਨੇ ਸਾਡਾ ਐਸ ਐਮ ਜੀ ਪੜ੍ਹ ਲਓ, ਇਕਰਾਰ ਕਹਿੰਦੇ ਨੇ ਸਵੀਟ, ਤੇ ਕੋਨੇ ਸ਼ੇਪ ਕਹਿੰਦੇ ਨੇ ਵੈਰੀ ਨਾਈਸ, ਤੇ ਜ਼ਮੀਰ ਕਹਿੰਦੇ ਨੇ ਵਟ ਐਵਰ ਯੂ ਬਾਏ ਨੇਚਰ ਕੀ ਥੈਂਕ ਯੂ ਟੈਲੈਂਟ ਥੈਂਕ ਯੂ। ਤੇ ਅਬਾਸ ਕਹਿੰਦੇ ਨੇ ਮਾਸ਼ਾਅੱਲਾ, ਮਲਿਕ ਕਹਿੰਦੇ ਨੇ ਸਲਾਮ ਵਾਲਿਕਮ ਸਲਾਮ, ਫਰਮਾਨ ਕਹਿੰਦੇ ਨੇ ਨਾਇਜ਼ ਜੀ, ਅਰਸਲਾਨ ਕਹਿੰਦੇ ਨੇ ਹੈਲੋ, ਤਈਬ ਕਹਿੰਦੇ ਨੇ ਥੈਂਕਸ, ਹਬੀਬ ਕਹਿੰਦੇ ਨੇ, ਗਿੱਪੀ ਅਗਰਵਾਲ ਦਾ ਪੰਜਾਬੀ ਸੌਂਗ ਸੁਣਾ ਦਿਓ, ਸਿੰਗਰ ਕਿਹੜਾ ਕਿਹੜਾ ਗਾਣਾ ਦੱਸੋ। ਮੁਹੰਮਦ ਸੱਜਾਦ ਕਹਿੰਦੇ ਨੇ ਸਾਡੇ ਨਾਲ ਦੁਸ਼ਮਣੀ ਆ ਅਸਦ ਰਾਜਪੂਤ ਸਾਹਿਬ, ਕਿਉਂ ਦੁਸ਼ਮਣੀ ਆ ਵਜ਼ੀਰ ਕਹਿੰਦੇ ਨੇ ਹੈਲੋ। ਅਬਦੁਲ ਕਹਿੰਦੇ ਨੇ ਬਦਾਮ ਖਾਧੀ ਹੋ ਕਿਆ, ਬਦਾਮ ਖਾਧੇ ਸੀ ਪਿਛਲੇ 4 ਮਹੀਨੇ ਪਹਿਲੇ ਖਾਧੇ ਸੀ। ਅਦਨਾਨ ਕਹਿੰਦੇ ਨੇ ਮਾਸ਼ਾਅੱਲਾ, ਪਰੀ ਜਾਨ ਕਹਿੰਦੇ ਨੇ ਹੈਲੋ, ਸ਼ਮਸ ਕਹਿੰਦੇ ਨੇ ਸਾਡਾ ਵੀ ਮੈਸੇਜ ਪੜ੍ਹ ਲਓ, ਸੁਹਾਨ ਕਹਿੰਦੇ ਨੇ ਹਾਂ ਪਾਕਿਸਤਾਨ ਕਹੇ ਹੈ, ਹਮ ਪਾਕਿਸਤਾਨ ਕੇ ਟੈਲੈਂਟ ਕੋ ਪ੍ਰਮੋਟ ਕਰ ਰਹੇ ਹੈ ਸੋਨਾ ਪੰਜਾਬੀ ਪੇਜ ਸੇ, ਆਪ ਮੈਡਮ ਟਾਈਮ ਦੇ ਵਹਾਂ ਵੀ, ਮੈਡਮ ਨਾ ਬਗੈਰ ਪੈਸਿਆਂ ਤੋਂ ਕਿਤਨੂ ਟਾਈਮ ਨਹੀਂ ਦਿੰਦੀ, ਐਨਰਜੀ ਵੇਸਟ ਹੁੰਦੀ ਆ ਬੇਬਾ, ਪੈਸੇ ਲੱਗਦੇ ਆ। ਹਾਂ ਵਟਸਐਪ ਕਹਿੰਦੇ ਨੇ ਬਤੂਨੀ ਸਿਸਟਰ ਲਾਈਕ ਕੰਪਿਊਟਰ, ਚੌਧਰੀ ਕਹਿੰਦੇ ਨੇ ਇਬਰਾਹੀਮਪੁਰਾ ਨਾਈਸ ਹੋ ਤੁਮ, ਤੇ ਅਫਜ਼ਲ ਕਹਿੰਦੇ ਨੇ ਸਿਸਟਰ ਆਪ ਬਹੁਤ ਅੱਛੀ ਹੋ, ਥੈਂਕ ਯੂ ਵੈਰੀ ਮਚ। ਆਬਦ ਕਹਿੰਦੇ ਨੇ ਸਲਾਮ, ਵਾਲਿਕਮ ਸਲਾਮ। ਰਾਜਪੂਤ ਕਹਿੰਦੇ ਨੇ ਯਾਰ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ, ਰਾਜਪੂਤ ਸਾਹਿਬ ਬਹੁਤ ਸ਼ੁਕਰੀਆ। ਜਸਗਿੱਲ ਕਹਿੰਦੇ ਨੇ ਜੇ ਲਈ ਐ ਤਾਂ ਸਾਡੇ ਨਾਲ ਲਾਈ ਰੱਖੀ ਸੋਹਣਿਆ, ਜੇ ਲਾਈ ਐ ਤੇ ਸਾਡੇ ਨਾਲ ਲਾਈ ਰੱਖੀ ਸੋਹਣਿਆ, ਨਹੀਂ ਆਹ ਇੱਕ ਮੇਰਾ ਖਿਆਲ ਹੈ ਹਮਦ ਹੈ, ਲੱਗੀਆਂ ਨੇ ਤੇ ਲਾਈ ਰੱਖੀ ਸੋਹਣਿਆ ਏਦਾਂ ਦਾ ਕੁਛ, ਮੈਂ ਡਬਲ ਮਾਈਂਡਡ ਹੋ ਜਾਂਦੀ ਹਾਂ, ਸੋਰੀ ਮੈਨੂੰ ਨਹੀਂ ਪਤਾ ਲੱਗਦਾ। ਹਾਂ ਅੱਛਾ, ਮੁਹੰਮਦ ਕਹਿੰਦੇ ਨੇ ਥੈਂਕ ਯੂ ਜੀ, ਤਈਬ ਕਹਿੰਦੇ ਨੇ ਸੋ ਨਾਇਸ, ਚੌਧਰੀ ਕਹਿੰਦੇ ਨੇ ਪਤਾ ਨੀ ਕੀ ਨੂੰ ਪੂਰਾ ਸੁਪਰ ਜੀ, ਮੁਹੰਮਦ ਕਹਿੰਦੇ ਨੇ ਪਾਂਚ ਨਮਾਜ਼ ਮੇ ਪਾਂਚੋ ਨਮਾਜ਼ੋ ਮੇ ਕਿਤਨੇ ਸਜਦੇ ਹੋਦੇ ਆ, ਆਈ ਕਿਉਂ ਕੁਐਸਚਨ ਕੀਤਾ ਕਿ ਗਿਣ ਕੇ ਦੱਸਾਂ। ਜਸਗਿੱਲ ਕਹਿੰਦੇ ਨੇ ਚੰਨਾ ਚੰਨਾ ਏਦੇ ਦਾ ਚੰਨਾ ਚੰਨਾ, ਅੱਛਾ ਰਾਣਾ ਕਹਿੰਦੇ ਨੇ ਨਾਤ ਪੜ੍ਹਨੇ ਕੀ ਵੀ ਕੁਛ ਅਸੂਲ ਹੋਤੇ, ਹਾਂਜੀ ਬਿਲਕੁਲ ਤੁਸੀਂ ਸਹੀ ਕਹਿੰਦੇ। ਨਵਾਬ ਕਹਿੰਦੇ ਨੇ ਇਤਨਾ ਤੇਜ਼ ਕਿਉਂ ਬੋਲਦੀ ਹੋ, ਮੈਸੇਜ ਨਿਕਲ ਜਾਂਦੇ ਯਾਰ। ਅਫਜ਼ਲ ਕਹਿੰਦੇ ਨੇ ਸਿਸਟਰ ਆਪਕੋ ਮੇਰੇ ਘਰ ਵਾਲੇ ਸਭ ਸੁਣ ਰਹੇ ਹੈ, ਅਫਜ਼ਲ ਖਾਨ ਥੈਂਕ ਯੂ ਵੈਰੀ ਮਚ, ਸਾਰੇ ਘਰ ਵਾਲਿਆਂ ਨੂੰ ਮੇਰਾ ਬਹੁਤ ਬਹੁਤ ਸਲਾਮ। ਹੈ ਜੀ ਸੁਣਦੇ ਰਿਹਾ ਕਰੋ, ਵਧੀਆ ਗੱਲ ਆ, ਕਦੀ ਕਦੀ ਚੰਗੀ ਗੱਲ ਤੁਹਾਡੇ ਵੱਲੋਂ ਆ ਜਾਂਦੀ, ਕਦੀ ਕਦੀ ਚੰਗੀ ਗੱਲ ਮੇਰੇ ਵੱਲੋਂ ਵੀ ਆ ਜਾਂਦੀ ਆ, ਪਰ ਲੋਕੀ ਮੇਰੇ ਸੋਚਦੇ ਰਹਿੰਦੇ ਆ ਵੀ ਇਹਨੂੰ ਤੰਗ ਕਿੱਦਾਂ ਕਰੀਏ, ਹਨਾ ਬੜੇ ਤੇਜ਼ ਲੋਕ ਆ। ਹਾਂ ਆਹ ਪਾਕਿਸਤਾਨੀ ਬਹੁਤ ਟੈਨਸ਼ਨ ਦਿੰਦੇ ਆ, ਹਾਂ ਇਹ ਤੇ ਆਪਣੇ ਘਰ ਵਾਲਿਆਂ ਨੂੰ ਨੀ ਛੱਡਦੇ ਟੈਨਸ਼ਨ ਦੇਣ ਲੱਗਿਆ। ਤੇ ਇਹ ਕੌਣ ਨੇ ਮਹਿਰ ਕਹਿੰਦੇ ਨੇ ਅੱਲਾ ਪਾਕ ਆਪਕੋ ਖੁਸ਼ ਰੱਖੇ, ਬੱਚੋਂ ਕੋ ਖੁਸ਼ ਰੱਖੇ, ਬੱਚੋਂ ਕੋ ਖੁਸ਼ ਰੱਖੇ, ਥੈਂਕ ਯੂ ਵੈਰੀ ਮਚ ਜੀ। ਜ਼ਮੀਰ ਕਹਿੰਦੇ ਨੇ ਜੀ ਜਬ ਦੁਆ ਔਰ ਖੁਲਿਸ਼, ਤੇ ਪਤਾ ਨੀ ਕੀ ਬਾਤ ਹੋ ਗਈ ਤਨ ਤੇ ਆ ਕੌਣ ਨੇ। ਤਹਿਸੀਨ ਕਹਿੰਦੇ ਨੇ ਸਲਾਮ, ਤੇ ਮੁਹੰਮਦ ਕਹਿੰਦੇ ਨੇ ਵੈਰੀ ਨਾਈਸ। ਅਸਦ ਭੱਟ ਨੇ ਆਪਣਾ ਨੰਬਰ ਭੇਜਤਾ, ਅਸਦ ਭੱਟ ਤੂੰ ਇੰਨੇ ਦਿਨਾਂ ਬਾਅਦ ਸੁੱਤਾ ਪਿਆ ਜਾਗਾ। ਨਦੀਮ ਕਹਿੰਦੇ ਨੇ ਆਪਨੇ ਵਾਚ ਬਹੁਤ ਖੂਬਸੂਰਤ ਪਹਿਨੀ ਹੋਈ ਆ, ਮੇਰੀ ਸਹੇਲੀ ਨੇ ਦਿੱਤੀ ਸੀ। ਅਫਜ਼ਲ ਕਹਿੰਦੇ ਨੇ ਆਪ ਬਹੁਤ ਅੱਛੀ ਹੋ ਸਿਸਟਰ, ਥੈਂਕ ਯੂ ਜੀ। ਰਹਿਮਾਨ ਕਹਿੰਦੇ ਨੇ ਹੈਲੋ, ਨਿਆਸ ਵਫਾ ਕਹਿੰਦੇ ਨੇ ਸਲਾਮ ਡੀਅਰ, ਵਾਲਿਕਮ ਸਲਾਮ। ਮੁਹੰਮਦ ਸਜਾਦ ਕਹਿੰਦੇ ਨੇ ਆਪਨੇ ਮੇਰਾ ਨਾਮ ਲਿਆ ਬਹੁਤ ਅੱਛਾ ਲੱਗਾ, ਬੰਡਲ ਆਫ ਥੈਂਕਸ। ਅਸਦ ਰਾਜਪੂਤ ਮੈਂ ਸਾਰਿਆਂ ਦਾ ਨਾਮ ਲੈਣਾ ਚਾਹੁੰਦੀ ਹਾਂ, ਇਸ ਕਰਕੇ ਮੈਂ ਇੰਨੀ ਐਨਰਜੀ ਲਿਆਉਂਦੀ ਹਾਂ, ਇੰਨੀ ਫਾਸਟ ਫਾਸਟ ਬੋਲਦੀ ਹਾਂ, ਅਤੇ ਮੈਂ ਕਿਸੇ ਬੰਦੇ ਨੂੰ ਨਾ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਚੌਧਰੀ ਸ਼ਾਕਰ ਕਹਿੰਦੇ ਨੇ ਕਿਊਟ ਜੀ, ਮਹਿਬੂਬ ਕਹਿੰਦੇ ਨੇ ਹਾਏ ਜੀ, ਨਵੀਦ ਕਹਿੰਦੇ ਨੇ ਹੈਲੋ ਡੀਅਰ, ਬਹੁਤ ਪਿਆਰੀ ਲੱਗ ਰਹੀ। ਨਵੀਦ ਮਲਿਕ ਕਹਿੰਦੇ ਨੇ ਖੜੀ ਹੋ ਜਾਓ ਆਪ ਦਫਾ, ਤੇ ਨਵੀਦ ਮਲਿਕ ਸੇਮ ਟੂ ਯੂ, ਮੇਰਾ ਦਿਲ ਕਰਦਾ ਸੀ ਵੱਡੀ ਸਾਰੀ ਤੈਨੂੰ ਗਾਲ ਕੱਢਾਂ, ਪਰ ਇਸ ਵੇਲੇ ਮੈਂ ਲਾਈਵ ਆ, ਕਿਸੇ ਵੇਲੇ ਸੈਡ ਦੇ ਹੋ ਮੈਂ ਦੇਖੀ ਤੇਰੀ ਮਾਂ ਭੈਣ ਇੱਕ ਕਰਦੀ। ਵਿਕਾਸ ਕਹਿੰਦੇ ਨੇ ਛਾ ਗਿਓ, ਸਾਹਿਲ ਕਹਿੰਦੇ ਨੇ ਨਾਇਜ਼ ਜੀ, ਤੇ ਮੁਹੰਮਦ ਪਰਵੇਜ਼ ਕਹਿੰਦੇ ਨੇ ਦੀਨ ਕੇ ਸਾਥ ਡਰਾਮਾ। ਹਾਂ ਮੁਹੰਮਦ ਪਰਵੇਜ਼, ਦੀਨ ਨਾਲ ਡਰਾਮਾ ਨਾ ਕਰੀ, ਨਹੀਂ ਤੇ ਅੱਲਾਹ ਤਾਲਾ ਤੈਨੂੰ ਦੋਜ਼ਖ 'ਚ ਸਾੜ ਦੇਣਾ, ਐਕਚੁਲੀ ਦਫਾ ਹੋ ਜਾ। ਮੋਹਸਨ ਕਹਿੰਦੇ ਨੇ ਹਾਈ ਬਿਊਟੀਫੁਲ, ਤਈਬ ਕਹਿੰਦੇ ਨੇ ਨਾਇਜ਼, ਆਫਾ ਕਹਿੰਦੇ ਨੇ ਨਾਇਜ਼, ਅਬਦੁਲ ਰਹਿਮਾਨ ਕਹਿੰਦੇ ਨੇ ਹਾਏ ਜੀ, ਅਯੂਬ ਕਹਿੰਦੇ ਨੇ ਡਿਨਰ ਕਰ ਲਓ, ਨਹੀਂ ਹਾਲੇ ਨਹੀਂ, ਹਾਲੇ ਤਾਂ ਮੈਂ ਬਣਾਉਣਾ। ਮਹਿਰ ਕਹਿੰਦੇ ਨੇ ਅੱਲਾਹ ਪਾਕ ਆਪਕੋ ਖੁਸ਼ ਰੱਖੇ। ਸ਼ਮਸ ਕਹਿੰਦੇ ਨੇ ਚਸ਼ਮਾ ਸੋਹਣਾ ਨਹੀਂ ਲੱਗਦਾ। ਖੁਰਮ ਕਹਿੰਦੇ ਨੇ ਹੈਲੋ ਆਰਜੂ। ਆਬਦ ਕਹਿੰਦੇ ਨੇ ਜੋ ਜੋਬ ਮਿਲੀ ਜੀ, ਜੋਬ ਮਿਲੀ ਦੁਬਈ ਮੈਂ, ਨਹੀਂ ਮਿਲੀ ਯਾਰ, ਬਟ ਕਹਿੰਦੇ ਨੇ ਨਾਇਜ਼ ਮਾਈ ਸਿਸਟਰ, ਅਬ ਹੋਮਵਰਕ ਨਾਓ। ਹਾਂਜੀ ਮੁਜਾਦ ਕਹਿੰਦੇ ਨੇ ਬਸ਼ੀਰ ਸਾਡਾ ਵੀ ਮੈਸੇਜ ਪੜੋ। ਮੁਹੰਮਦ ਬਿਲਾਲ ਕਹਿੰਦੇ ਨੇ ਕੀ ਹਾਲ ਹੈ, ਤੇ ਹੁਸਨ ਕਹਿੰਦੇ ਨੇ ਸਾਊਦੀਆ, ਸਾਊਦੀਆ ਵਾਲੇ ਕਿੱਦਾਂ, ਮੈਂ ਪਹਿਲੀ ਵਾਰ ਆਪਕਾ ਪ੍ਰੋਗਰਾਮ ਦੇਖਾ, ਬਹੁਤ ਖੁਸ਼ ਹੋਇਆ। ਨਵੀਦ ਅੰਜਮ, ਨਵੀਦ ਅੰਜਮ ਥੈਂਕ ਯੂ ਵੈਰੀ ਮਚ। ਜਾਨਗਿਲ ਜਸਗਿੱਲ ਕਹਿੰਦੇ ਨੇ ਚੰਗੀ ਆ ਅੱਜ, ਮੰਦੀ ਆ ਨਿਭਾਈ ਰੱਖੀ ਸੋ, ਹਾਂ ਚੰਗੀ ਆ ਜਾਂ ਮੰਦੀ ਆ ਨਿਭਾਈ ਰੱਖੀ ਸੋਹਣਿਆ, ਨਹੀਂ ਯਾਰ ਲੱਗੀਆਂ ਨੇ ਮੌਜਾਂ ਤੇ ਲਾਈ ਰੱਖੀ ਸੋਹਣਿਆ, ਏਦਾਂ ਕਰਕੇ ਗੁਜਾ। ਮੁਹੰਮਦ ਸ਼ੇਬ ਕਹਿੰਦੇ ਨੇ ਸਲਾਮ, ਆਈ ਐਮ ਨਿਊ, ਹੈਲੋ ਸ਼ੇਬ ਸਾਹਿਬ, ਸ਼ੇਬ ਨਜ਼ੀਰ ਮੁਗਲ, ਕਿੱਡਾ ਲੰਬਾ ਤੇਰਾ ਨਾਮ ਆ।
ਹਸਨ ਕਹਿੰਦੇ ਨੇ ਹੈਲੋ ਡੀਅਰ, ਬਾਸਿਤ ਕਹਿੰਦੇ ਨੇ ਹੈਲੋ ਜੀ ਕੀ ਹਾਲ ਹੈ, ਕਾਸ਼ਿਪ ਕਹਿੰਦੇ ਨੇ ਲਵ ਯੂ, ਮੁਹੰਮਦ ਕਹਿੰਦੇ ਨੇ ਹਾਈ ਕੈਸੀ ਹੋ, ਤਾਰਿਕ ਕਹਿੰਦੇ ਨੇ ਵੈਰੀ 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 ਨਾਈਸ ਜੀ, ਨਵੀਦ ਕਹਿੰਦੇ ਨੇ ਪਤਾ ਨੀ ਕੀ, ਰੋਸ਼ਨ ਕਹਿੰਦੇ ਨੇ ਹਿੰਦੀ ਚ ਕੁਛ ਲਿਖਤਾ, ਦੀਨ ਅੱਲਾ ਕਾ ਨਹੀਂ ਹੈ ਤੁਹਾਰੇ ਬਾਪ ਕਾ ਨਹੀਂ ਹੈ, ਹਾਂ ਪਰਵੇਜ਼ ਸਾਹਿਬ ਤੁਹਾਰੇ ਬਾਪ ਕਾ ਨਹੀਂ ਹੈ, ਇਸੇ ਅੱਲਾ ਦਾ ਦੀਨ ਹੈ, ਤੇ ਆਪਣੀ ਜ਼ਬਾਨ ਬੰਦ ਰੱਖਿਆ ਕਰ ਆਪਣਾ, ਠੀਕ ਹੈ, ਹਰ ਬੰਦਾ ਐਜੂਕੇਟਿਡ ਆ, ਠੀਕ, ਤੇਰੇ ਵਾਂਗਲ ਜ਼ਾਹਰ ਨਹੀਂ ਆ, ਠੀਕ ਹੈ, ਤੂੰ ਜਹਾਲਤ ਨਾ ਕਰਿਆ ਕਰ, ਕਿਤੇ ਆਈਦਾ ਐਟੀਕੇਟ ਸਿੱਖ। ਮੁਜਾਹਿਦ ਕਹਿੰਦੇ ਨੇ ਬਾਜੀ ਕਹਾਂ ਸੇ ਹੋ, ਤੈਨੂੰ ਪਤਾ ਕਿ ਬੰਦੇ ਦਾ ਦਿਲ ਦੁਖਾਣ ਦਾ ਕਿੰਨਾ ਗੁਨਾਹ, ਤੇ ਉਦੋਂ ਤੱਕ ਮਾਫ਼ੀ ਨਹੀਂ ਆ ਜਦੋਂ ਤੱਕ ਬੰਦਾ ਮਾਫ਼ ਨਾ ਕਰੇ, ਠੀਕ ਆ, ਬੰਦੇ ਦਾ ਦਿਲ ਦੁਖਾਣ ਦਾ ਐਡਾ ਗੁਨਾਹ, ਤੇ ਅੱਲਾਹ ਤਾਲਾ ਕਹਿੰਦਾ ਕਿ ਬੰਦਿਆ ਮੈਂ ਤੇ ਤੈਨੂੰ ਮਾਫ਼ ਕਰ ਦਿਆਂਗਾ, ਜੇ ਮੈਂ ਤੇਰੇ ਉਦੋਂ ਤੱਕ ਉਹ ਗਲਤੀਆਂ ਤੇਰੀਆਂ ਮਾਫ਼ ਨਹੀਂ ਕਰਨੀਆਂ ਜਿਹੜਾ ਤੂੰ ਬੰਦੇ ਦਾ ਦਿਲ ਕੋ ਦਿਖਾਇਆ, ਜਦੋਂ ਤੱਕ ਤੈਨੂੰ ਬੰਦਾ ਮਾਫ਼ ਨਾ ਕਰੇਗਾ ਮੈਂ ਤੈਨੂੰ ਮਾਫ਼ ਨਹੀਂ ਕਰਨਾ, ਠੀਕ ਆ, ਤੇ ਅੱਲਾਹ ਤੇ ਮਾਫ਼ ਕਰ ਦਿੰਦਾ। ਆਹ ਜਿਹੜੀ ਖਲਕਤ ਆ ਨਾ, ਆਹ ਬਹੁਤ ਆਹੋ ਸਮਝਦੇ ਤੂੰ ਆ ਹੀ ਹੋਣਾ। ਜਸਕਿਲ ਕਹਿੰਦੇ ਨੇ ਗੁੱਡ ਜੋਬ, ਤੇ ਚੌਧਰੀ ਸ਼ਾਨ ਕਹਿੰਦੇ ਨੇ ਤੁਹਾਨੂੰ ਚੀਤਾ ਚਸ਼ਮਾ ਚਾਹੀਦਾ ਹੈ, ਤੇ ਕਾਸਿਦ ਕਹਿੰਦੇ ਨੇ ਬਹੁਤ ਕਿਊਟ ਯਾਰ, ਸ਼ਾਨ ਕਹਿੰਦੇ ਨੇ ਕੀ ਹਾਲ ਹੈ, ਅਬਦੁਲ ਕਹਿੰਦੇ ਨੇ ਪਤਾ ਨੀ ਕੀ, ਸਲਾਮ ਕਹਿੰਦੇ ਨੇ ਸਿਸਟਰ ਦੁਬਈ ਤੋਂ, ਆਹੋ ਜੀ ਤੁਹਾਡਾ ਬਾਤ ਆਰਾਮ ਸੇ, ਥੋੜਾ ਬਾਤ ਆਰਾਮ ਸੇ ਕਰ ਲਓ। ਅਨੀਸ ਸ਼ੇਖ ਕਹਿੰਦੇ ਨੇ, ਨਿਆਜ਼ ਕਹਿੰਦੇ ਨੇ ਕਿੱਧਰ ਰਹਿ ਰਹੀ ਹੋ, ਤੇ ਜੀ ਘਰ ਹੀ ਰਹਿ ਰਹੀ ਹਾਂ। ਸਜਾਦ ਕਹਿੰਦੇ ਨੇ ਤੁਸੀਂ ਆਪਣੇ ਬਾਲ ਨਹੀਂ ਖੁੱਲਿਆ ਕਰੋ ਜਨਾਬ, ਹਾਂ ਮੈਂ ਵੀ ਇਹ ਸੋਚਣੀ ਹੈ ਯਾਰ, ਬਾਲ ਮੇਰੇ ਬਹੁਤ ਜ਼ਿਆਦਾ ਡਿੱਗਦੇ ਪਏ ਨੇ, ਯੂ ਆਰ ਰਾਈਟ ਸ਼ਾਹਿਦ ਕਹਿੰਦੇ ਨੇ, ਤੇ ਤਈਬ ਕਹਿੰਦੇ ਨੇ ਥੈਂਕਸ ਜੀ, ਅਫਜ਼ਲ ਕਹਿੰਦੇ ਨੇ ਮਿੱਠਾ ਮਿੱਠਾ, ਹਾਂ ਆਹ ਵੀ ਵਧੀਆ, ਮਿੱਠਾ ਮਿੱਠਾ ਹੈ ਮੇਰੇ ਮੁਹੱਬਤ ਕਾ ਨਾਮ, ਮੁਹੰਮਦ ਕਾ ਨਾਮ, ਉਸ ਉਨ ਪੇ ਲੱਖੋ ਕਰੋੜੋ ਦਰੂਦ ਔਰ ਸਲਾਮ, ਵਧੀਆ। ਤੇ ਸੋ ਕਿਊਟ ਕਹਿੰਦੇ ਨੇ ਜਸਗਿਲ ਨਦੀਮ ਕਹਿੰਦੇ ਨੇ ਡੀਅਰ ਥੋੜਾ ਧੀਰੇ ਧੀਰੇ ਬਾਤ ਕਰੋ, ਧੀਰੇ ਨਹੀਂ ਕਰ ਸਕਦੀ। ਤਾਰਿਕ ਅਲੀ ਕਹਿੰਦੇ ਨੇ ਨਾਈਸ, ਹਬੀਬ ਕਹਿੰਦੇ ਨੇ ਓਏ ਆਉਣਾ ਦੇ, ਤੇ ਤਾਰਿਕ ਕਹਿੰਦੇ ਨੇ ਹੈਲੋ, ਅਸਦ ਕਹਿੰਦੇ ਨੇ ਵੈਰੀ ਨਾਈਸ, ਮਸਰ ਕਹਿੰਦੇ ਨੇ ਨਾਈਸ ਜੀ, ਹਸਨ ਕਹਿੰਦੇ ਨੇ ਮੈਂ SMS ਪੜ, ਮੇਰਾ SMS ਪੜ, ਹਸੈਨ ਹੈ ਕਿ ਹੁਸਨੈਨ, ਸਾਹਿਲ ਪ੍ਰਿੰਸ ਕਹਿੰਦੇ ਨੇ ਕੀ ਹਾਲ ਚਾਲ ਹੈ, ਨਦੀਮ ਕਹਿੰਦੇ ਨੇ ਯੂ ਆਰ ਐਬਸੋਲੂਟਲੀ ਰਾਈਟ, ਚੌਧਰੀ ਕਹਿੰਦੇ ਨੇ ਪੰਜਾਬੀ ਕੁੜੀਆ, ਤੇ ਕੋਨੇ ਖਰਜ ਕਹਿੰਦੇ ਵੈਰੀ ਗੁੱਡ, ਅਸਕਰ ਕਹਿੰਦੇ ਨੇ ਚਿਸ਼ਮਿਸ਼, ਤੇ ਔਰਤ ਕੇ ਨਾਖੁਨ ਜ਼ਮੀਨ ਮੇ ਦਬਾ ਦੋ ਖਤਮ ਦੀਨ, ਤੇ ਹੁਸੈਨ ਕਹਿੰਦੇ ਨੇ ਗੁਜਰਾ ਸੇ ਹੂੰ, ਰਿਜ਼ਵਾਨ ਕਹਿੰਦੇ ਨੇ ਬਹੁਤ ਅੱਛੀ ਲੱਗ ਰਹੀ ਹੋ, ਥੈਂਕ ਯੂ। ਕਾਸਿਦ ਕਹਿੰਦੇ ਨੇ ਮੇਰਾ ਦਿਲ ਟੁੱਟਾ ਤੋੜਾ ਆਪਣੇ, ਮੈਂ ਨੀ ਤੋੜਿਆ, ਜਿਹੜੇ ਦਿਲ ਨੂੰ ਆਪ ਉਮੀਦਾਂ ਲਾ ਲਓ ਉਹ ਟੁੱਟ ਜਾਂਦਾ। ਜਸਿਲ ਕਹਿੰਦੇ ਨੇ ਮਿਲੇ ਹੋ ਤੁਮ ਹਮਕੋ ਬੜੇ ਨਸੀਬੋਂ ਸੇ ਚੁਰਾਇਆ ਹੈ ਹਮਨੇ, ਸੋਹਣੇ ਲੱਗ ਰਹੇ ਹੋ। ਖਾਲਿਕ ਕਹਿੰਦੇ ਨੇ ਮਾਈ ਸਿਸਟਰ ਪਲੀਜ਼ ਬਦਾਮ ਵੀ ਖਾਇਆ ਕਰੋ, ਲਿਆਨੀ ਆ ਬਈ। ਸ਼ੇਬ ਕਹਿੰਦੇ ਨੇ ਆਪ ਘਰ ਮੇ ਵੀ ਐਸੇ ਬਾਤ ਕਰਤੀ ਹੋ, ਨਹੀਂ ਯਾਰ ਘਰ ਚ ਮੈਂ ਚੁੱਪ ਰਹਿਣੀ। ਅਜ਼ੀਜ਼ ਕਹਿੰਦੇ ਨੇ ਯਾ ਚਿਸ਼ਮਿਸ਼ ਬੜੇ ਅੱਛੇ ਲੱਗਦੇ ਹੈ, ਅੱਛਾ। ਚੌਧਰੀ ਕਹਿੰਦੇ ਨੇ ਗੁੱਡ ਨਾਈਟ, ਗੁੱਡ ਨਾਈਟ। ਰਾਜਪੂਤ ਕਹਿੰਦੇ ਨੇ ਤੁਸੀਂ ਪੁਲਾ ਕਿੱਥੇ ਰਹਿੰਦੇ ਹੋ ਮੈਡਮ ਜੀ, ਹਾਏ ਮੈਂ ਡੇਰਾ ਚ ਰਹਿੰਦੀ ਹਾਂ। ਹੁਸਨੈਨ ਕਹਿੰਦੇ ਨੇ ਆਪਕੀ ਲੈਂਗੁਏਜ ਬੜੀ ਸਟਨਿੰਗ ਹੈ। ਸ਼ਾਨ ਕਹਿੰਦੇ ਨੇ ਮਾਸ਼ਾਅੱਲਾ। ਮੁਹੰਮਦ ਪਰਵੇਜ਼ ਕਹਿੰਦੇ ਨੇ ਜੀ ਮੁਹੰਮਦ ਪਰਵੇਜ਼ ਆਫ ਅਟਕ ਮੁਹੱਬਤ ਖਾਨ, ਮੁਹੱਬਤ ਖਾਨ ਕਹਿੰਦੇ ਨੇ ਲਾਈਵ ਵਿਦ ਮਮੀ ਡੀਅਰ ਆਨਸਰ ਮੀ, ਮੁਹੱਬਤ ਖਾਨ ਦੱਸੋ। ਤਾਰਿਕ ਕਹਿੰਦੇ ਨੇ ਹੈਲੋ ਹੈਲੋ, ਰਾਸ਼ਿਦ ਕਹਿੰਦੇ ਨੇ ਲਾਈਕ ਮੀ, ਅਬੂ ਬਕਰ ਕਹਿੰਦੇ ਨੇ ਗੁੱਡ, ਤੇ ਇਹ ਕੋਨੇ ਅਸਦ ਕਹਿੰਦੇ ਨੇ ਹਾ 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 ਹਾ, ਆਪਕੇ ਬਾਲ ਬਹੁਤ ਲੰਬੇ ਹੈ, ਸ਼ੈਂਪੂ ਕੌਣ ਸਾ, ਉਹ ਲੰਬੇ ਨੂੰ ਛੱਡ, ਰੋਜ਼ ਮੇਰੇ ਇੰਨੇ ਨੇ ਵਾਲ ਲੈਂਦੇ ਆ, ਪਤਾ ਨਜ਼ਰ ਲੱਗ ਗਈ, ਹਾਂ ਨਜ਼ਰ ਲੱਗ ਗਈ। ਸਿਸਟਰ ਜੀ ਅਗਰ ਬੁਰਾ ਨਾ ਲੱਗੇ ਤੋ ਪਲੀਜ਼ ਸਰ ਪੇ ਦੁਪੱਟਾ ਕਰ ਲੇ, ਹਾਏ ਅਫਜ਼ਲ ਖਾਨ ਤੂੰ ਤੇ ਆ ਕੇ ਨਾ ਪਿੰਨ ਲਾ ਕੇ ਬਹਿ ਜਾ ਮੇਰੇ ਸਿਰ ਤੇ, ਫਿਰ ਵੀ ਮੈਂ ਤੇਰੇ ਕਹਿਣ ਤੇ ਲੈ ਲੈਣੀ ਹੁੰਦੀ ਹਾਂ, ਹਾਂ ਮੈਨੂੰ ਵਧੀ, ਮਤਲਬ ਬੁਰਾ ਨਹੀਂ ਲੱਗਦਾ, ਮੈਂ ਕੱਲ੍ਹ ਬੁਰਾ ਮਨਾਉਣਾ, ਬੁਰਾ ਨਹੀਂ ਮਨਾਉਂਦੀ ਮੈਂ, ਸਬਰ ਕਰੋ, ਸਬਰੁਨ ਜਮੀਲੁਨ, ਚਲੋ ਠੀਕ ਆ, ਇੰਨਾ ਕੁ ਠੀਕ ਆ, ਬਰਦਾਸ਼ ਆ, ਬਰਦਾਸ਼ ਹੈ ਕਿ ਬਰਦਾਸ਼ੋ ਬਾਹਰ ਆ। ਅਜ਼ੀਜ਼ ਕਹਿੰਦੇ ਨੇ ਬਹੁਤ ਅੱਛੀ ਲੱਗ ਰਹੀ ਹੋ, ਤੇ ਇਹ ਕੋਨੇ ਖਵਾਇਸ਼ ਕਹਿੰਦੇ ਨੇ ਪਲੀਜ਼ ਕੋਈ ਸੌਂਗ ਸੁਣਾ ਦੋ, ਮੁਬਸ਼ਰ ਕਹਿੰਦੇ ਨੇ ਓ ਕਿਆ ਬਾਤ ਹੈ ਨਾਈਸ ਸਵੀਟ, ਹਸਨੈਨ ਕਹਿੰਦੇ ਨੇ ਨਾ ਸੁਣਾ ਦੋ, ਆਮਿਰ ਕਹਿੰਦੇ ਨੇ ਮਿਸ ਯੂ, ਲੁਕਮਾਨ ਕਹਿੰਦੇ ਨੇ ਗੁੱਡ, ਤੇ ਸੇਠ ਵਲੀਦ ਕਹਿੰਦੇ ਨੇ ਹੈਲੋ, ਮਨਸੂਰ ਕਹਿੰਦੇ ਨੇ ਹੈਲੋ, ਹੋਰ ਯੂ ਵਧੀਆ, ਫਰਾਨ ਕਹਿੰਦੇ ਨੇ ਬਿਊਟੀ, ਤੇ ਹਸਨ ਸਾਹਿਲ ਕਹਿੰਦੇ ਨੇ ਪਲੀਜ਼ ਨਾਦ, ਮਸਰ ਕਹਿੰਦੇ ਨੇ ਗੁੱਡ ਜੀ ਨਾਦ ਸੁਣਾ ਦੇ ਦਿੱਤੀ ਆ, ਫਰੂਕ ਭੱਟ ਕਹਿੰਦੇ ਨੇ ਓਕੇ ਬਾਏ, ਨੈਕਸਟ ਟਾਈਮ ਟੈਲ ਮੀ, ਓਕੇ ਫਰੂਕ ਭੱਟ ਫੋਲੋ ਕਰ ਲੈਣਾ ਪ੍ਰੋਗਰਾਮ ਨੂੰ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ। ਅਫਜ਼ਲ ਕਹਿੰਦੇ ਨੇ ਥੈਂਕਸ, ਅਦੀਲ ਕਹਿੰਦੇ ਨੇ ਹੈਲੋ ਹੈਲੋ ਹੈਲੋ, ਅਦੀਲ ਕਹਿੰਦੇ ਨੇ ਅਬ ਸਹੀ ਹੈ, ਠੀਕ ਹੈ, ਮੈਂ ਸਾਊਦੀਆ ਮੈਂ ਹੁਣ 2 ਮਹੀਨੇ ਕੇ ਬਾਅਦ ਉਮਰਾ ਕਰਨਾ ਹੋ ਮੁਝੇ ਬਤਾ ਦੇਣਾ, ਓਕੇ ਹੋ ਗਿਆ। ਸ਼ਹਿਜ਼ਾਦ ਕਹਿੰਦੇ ਨੇ ਹੈਲੋ, ਤੇ ਇਹ ਕੋਨੇ ਵਧੀਆ ਕਹਿੰਦੇ ਨੇ, ਤੇ ਚੌਧਰੀ ਕਹਿੰਦੇ ਨੇ ਪਤਾ ਨੀ ਕੀ ਥੈਂਕਸ, ਪਰਵੇਸ਼ ਕਹਿੰਦੇ ਨੇ ਪਰਵੇਸ਼, ਤੇ ਸ਼ਹਿਜ਼ਾਦ ਕਹਿੰਦੇ ਨੇ ਹੋਰ ਯੂ, ਸ਼ੇਪ ਕਹਿੰਦੇ ਨੇ ਅਭੀ ਆਪ ਬਹੁਤ ਅੱਛੀ ਲੱਗ ਰਹੀ ਹੋ, ਥੈਂਕ ਯੂ। ਰਾਜਾ ਕਹਿੰਦੇ ਨੇ ਆਪ ਸਹੀ ਲੱਗ ਰਹੀ ਹੋ, ਅਬ ਸਹੀ ਲੱਗ ਰਹੀ ਹੋ, ਠੀਕ ਹੋ ਗਿਆ ਰਾਜਾ। ਸ਼ਹਿਜ਼ਾਦ ਕਹਿੰਦੇ ਨੇ ਹੈਲੋ, ਮੁਹੰਮਦ ਕਹਿੰਦੇ ਨੇ
ਹਾਏ ਤੁਮ ਕੈਸੀ ਹੋ ਬਿਊਟੀਫੁਲ ਗਰਲ ਵਧੀਆ ਹਬੀਬ ਉੱਲਾ ਕਹਿੰਦੇ ਨੇ ਹਾ 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 ਤੇ ਜ਼ਹੀਰ ਪਤਾ ਨਹੀਂ ਕੀ ਲਿਖਿਆ ਐਡਾ ਲੰਬਾ ਅਲੀ ਕਹਿੰਦੇ ਨੇ ਓਕੇ ਬਾਏ 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 ਰਿਸ਼ਮਾ ਰਿਮਸ਼ਾ ਅਲੀ ਕਹਿੰਦੇ ਨੇ ਰੂਮ ਤੋਂ ਦਿਖਾ ਦੋ ਜਿੱਧਰ ਤੁਮ ਰਹਿਤੀ ਹੋ ਮਲਿਕ ਕਹਿੰਦੇ ਨੇ ਮੈਡਮ ਯੂ ਆਰ ਫਰੋਮ ਮੈਂ ਦੁਬਈ ਤੋਂ ਪ੍ਰਵੇਸ਼ ਕਹਿੰਦੇ ਨੇ ਪ੍ਰਵੇਸ਼ ਜਸਕਿਲ ਕਹਿੰਦੇ ਨੇ ਅੱਜ ਸ਼ੇਰ ਦਾ ਨਹੀਂ ਕਹਿਣਾ ਅੱਜ ਸ਼ਾਇਰ ਦਾ ਨਹੀਂ ਕਹਿਣਾ ਜ਼ਿਸ਼ਾਨ ਕਹਿੰਦੇ ਨੇ ਉਹ ਸ਼ਹਿਜ਼ਾਦ ਉਹ ਤੁਹਾਨੂੰ ਅੱਜ ਮੈਂ ਗਜ਼ਲ ਵੀ ਸੁਣਾਉਣੀ ਹਰ ਇਹਦੇ ਚ ਸੁਣਾਵਾਂਗੇ ਰਾਤ ਨੂੰ ਸੁਣਾਵਾਂ ਰਾਤ ਨੂੰ ਸੁਣਾਵਾਂਗੀ ਹਾਲੇ ਛੱਡੋ ਰਾਤ ਨੂੰ ਸੁਣਾਵਾਂਗੇ ਉਹ 21 ਮਿੰਟ ਹੋ ਗਏ 9 ਮਿੰਟ ਰਹਿ ਗਏ ਫੈਸਲ ਕਹਿੰਦੇ ਨੇ ਨੈਨਾ ਜੀ ਸਲਾਮ ਵਾਲਿਕੁਮ ਸਲਾਮ ਫੈਸਲ ਕਿੱਦੇ ਗਈ ਸੀ ਤੂੰ ਕਿੱਥੇ ਗਈ ਸੀ ਤੂੰ ਨੀ ਕਿੱਥੇ ਗਿਆ ਸੀ ਤੂੰ ਅੱਜ ਤੋਂ ਬਹੁਤ ਪਰੀ ਹੋ ਆਮਿਰ ਕਹਿੰਦੇ ਨੇ ਆਮਿਰ ਸਾਹਿਬ ਕੀ ਹੋ ਗਿਆ ਅਮਰ ਸ਼ਹਿਜ਼ਾਦ ਜਵੇਦ ਕਹਿੰਦੇ ਨੇ ਹੈਲੋ ਜੀ ਜਵੇਦ ਚੌਧਰੀ ਸ਼ਹਿਜ਼ਾਦ ਕਹਿੰਦੇ ਨੇ ਓਏ ਹੋਏ ਬਸ ਕਰੋ ਥੱਕ ਜਾਓਗੀ ਚੌਧਰੀ ਖਾਜ ਕਹਿੰਦੇ ਨੇ ਮਾਸ਼ਾਅੱਲਾ ਤੇ ਇਹ ਕੋਨੇ ਸ਼ਾਹਿਦ ਕਹਿੰਦੇ ਨੇ ਹਾਏ ਬਿਊਟੀਫੁਲ ਅਫਜ਼ਲ ਕਹਿੰਦੇ ਨੇ ਸੋ ਸਵੀਟ ਤੇ ਬਿਲਾਲ ਕਹਿੰਦੇ ਨੇ ਹੈਲੋ 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 ਤੇ ਚੌਧਰੀ ਕਹਿੰਦੇ ਨੇ ਕਿਊਟ ਮੁੰਡੀ ਤੂੰ ਵੀ ਕਿਊਟ ਮੁੰਡਾ ਅੱਛਾ ਮੇਰੀ ਗੱਲ ਸੁਣੋ ਜਿਹੜੇ ਵੀ ਮੇਰੇ ਨਾਲ ਹੋ ਸ਼ੇਅਰ ਦਾ ਬਟਨ ਕਿਉਂ ਨਹੀਂ ਨੱਪਦੇ ਨਾ ਲਾਈਕ ਦਾ ਬਟਨ ਨੱਪ ਦਿਓ ਨਾ ਸ਼ੇਅਰ ਦਾ ਬਟਨ ਨੱਪ ਦਿਓ ਪ੍ਰੋਬਲਮ ਕੀ ਆ ਤੁਹਾਡਾ ਨੱਪੋ ਸ਼ੇਅਰ ਦਾ ਬਟਨ ਨੱਪੋ ਤੇ ਲਾਈਕ ਦਾ ਵੀ ਨੱਪੋ ਹਾਂ ਤੇ ਯੂਟਿਊਬ ਤੇ ਕਿਉਂ ਨਹੀਂ ਜਾਂਦੇ ਪੰਜਾਬੀ ਲਵਰਸ ਟੀਵੀ ਨੈਟਵਰਕ ਆ ਨੱਪੋ ਜਾ ਕੇ ਤੇ ਸਬਸਕ੍ਰਾਈਬ ਕਰੋ ਹਾਂ ਇੰਨੇ ਮੇਰੇ ਫੋਲੋਅਰਸ ਹੋਣ ਇੰਨੇ ਮੇਰੇ ਵਿਊਅਰ ਹੋਣ ਠੀਕ ਆ ਇੰਨੇ ਤੁਸੀਂ ਮੇਰੇ ਫਰੈਂਡ ਹੈਗੇ ਹੋ ਤੇ ਜਾ ਕੇ ਸਬਸਕ੍ਰਾਈਬ ਨਹੀਂ ਕਰਦੇ ਮੈਨੂੰ ਬਹੁਤ ਤੱਪ ਚੜ੍ਹਦੀ ਆ ਕਸਮੇ ਹਾਂ ਮੇਰੇ ਚੈਨਲ ਦਾ ਨਾਮ ਪੰਜਾਬੀ ਲਵਰਸ ਟੀਵੀ ਨੈਟਵਰਕ ਯੂਟਿਊਬ ਤੇ ਜਾ ਕੇ ਲਿਖਣਾ ਪੰਜਾਬੀ ਲਵਰਸ ਟੀਵੀ ਨੈਟਵਰਕ ਠੀਕ ਆ ਸ਼ਹਿਜ਼ਾਦ ਕਹਿੰਦੇ ਨੇ ਚਿਸ਼ਮਿਸ਼ ਆਹੋ ਬਿਲਾਲ ਕਹਿੰਦੇ ਨੇ ਸੋ ਬਿਊਟੀ ਅਸਦ ਬਤ ਕਹਿੰਦੇ ਨੇ ਆਪਕੀ ਬਾਤੇ ਸੁਣ ਕੇ ਦਿਲ ਬਹੁਤ ਖੁਸ਼ ਹੋਤਾ ਹੈ ਅਲੀ ਅਸਦ ਬਤ ਥੈਂਕ ਯੂ ਜਸ ਕਹਿੰਦੇ ਨੇ ਪ੍ਰੋਗਰਾਮ ਸ਼ੇਅਰ ਕਰਨ ਦਾ ਕਹਿਤਾ ਪ੍ਰੋਗਰਾਮ ਸ਼ੇਅਰ ਕਰੋ ਛੇਤੀ ਕਰੋ ਛੇਤੀ ਕਰੋ ਛੇਤੀ ਕਰੋ ਅਦਿਲ ਕਹਿੰਦੇ ਨੇ ਅੱਛਾ ਜੀ ਅਫਜ਼ਲ ਕਹਿੰਦੇ ਨੇ ਆਈ ਐਮ ਨਿਊ ਵੈਲਕਮ ਮੀ ਸੋਨੂ ਜੀ ਵੈਲਕਮ ਤੇ ਇਹ ਕੌਣ ਨੇ ਅਬੈਦੁੱਲਾ ਆਪਣੀ ਮਦਰ ਨੂੰ ਕੋਈ ਪੈਗਾਮ ਦੇਣੇ ਨੇ ਅਬੈਦੁੱਲਾ ਤੇਰੀ ਅੰਮੀ ਨੂੰ ਦੇ ਦਿੱਤਾ ਪੈਗਾਮ ਅਖਤਰ ਜੇਬ ਕਹਿੰਦੇ ਨੇ ਐਨਕ ਵਾਲਾ ਜੀ ਠੀਕ ਹੋ ਗਿਆ ਕੋਈ ਗੱਲ ਨੀ ਕੋਈ ਗੱਲ ਨੀ ਜ਼ਿਸ਼ਾਨ ਕਹਿੰਦੇ ਨੇ ਕਿੰਨਾ ਬੋਲਦੀ ਹੈ ਐਨਕ ਲਗਾ ਕੇ ਵੀ ਖੂਬਸੂਰਤ ਲੱਗਦੀ ਹੋ ਅਮਰ ਸਜਾਦ ਕਹਿੰਦੇ ਨੇ ਅਮਜਦ ਕਹਿੰਦੇ ਨੇ ਬਹੁਤ ਪਿਆਰੀ ਲੱਗਦੀ ਹੋ ਆਹ ਸੈਕਸੀ ਵਰਡ ਮੈਨੂੰ ਵਧੀਆ ਨਹੀਂ ਲੱਗਦਾ ਹਾਂ ਇਹਦੀ ਜਗ੍ਹਾ ਪਿਆਰਾ ਬੰਦਾ ਕਹਿ ਦੇਵੇ ਤੇ ਡੀਸੈਂਟ ਲੱਗਦਾ ਹਾਂ ਤੇ ਇਹ ਕੌਣ ਨੇ ਸ਼ਹਿਜ਼ਾਦ ਕਹਿੰਦੇ ਨੇ ਇੰਨਾ ਟਾਈਮ ਨਹੀਂ ਆ ਸਿਸਟਰ ਪਲੀਜ਼ ਲਿਟਲ ਸਲੋ ਥੱਕ ਜਾਊਗੀ ਯਾਰ ਕੀ ਕਰਾਂ ਮੈਂ ਨਾਮ ਪੜਾਂਗੀ ਤੇ ਫਿਰ ਮਾਇੰਡ ਕਰ ਜਾਂਦੇ ਆ ਸਜਾਦ ਕਹਿੰਦੇ ਨੇ ਬਸ ਕਰ ਦਿਓ ਬਸ ਕਰ ਰਹਿਣ ਦੇ ਤੇ ਇਹ ਕੌਣ ਨੇ ਸ਼ਾਇਦ ਕਹਿੰਦੇ ਨੇ ਆਈ ਐਮ ਨਿਊ ਫਰੈਂਡ ਤਬੱਸਮ ਸਾਹਿਬ ਵੈਲਕਮ ਅਦੀਲ ਕਹਿੰਦੇ ਨੇ ਜਬ ਵੀ ਖਾ ਰਹੀ ਹੋ ਪੀ ਪਤਾ ਨੀ ਕੀ ਅਮਰ ਕਹਿੰਦੇ ਨੇ ਲਿਬਾਸ ਪੂਰਾ ਪਹਿਨਾ ਕਰੋ ਕੀ ਆ ਯਾਰ ਸਲੀਵਲੈਸ ਹੀ ਪਾਇਆ ਕਿਹੜੀ ਵੱਡੀ ਗੱਲ ਆ ਹਾਂ ਤੇ ਜੱਟ ਕਹਿੰਦੇ ਨੇ ਚੱਲ ਗੱਲ ਕੁੜੀ ਚੁਲਗੁਲ ਕੁੜੀ ਤੇ ਮੁਹੰਮਦ ਪਰਵੇਜ਼ ਕਹਿੰਦੇ ਨੇ ਅੱਲਾਹ ਤਾਲਾ ਕੋ ਦੇ ਦੇ ਆਮੀਨ ਤੇ ਆਮਿਰ ਕਹਿੰਦੇ ਨੇ ਅੱਜ ਬਹੁਤ ਪਿਆਰੀ ਲੱਗ ਰਹੀ ਹੋ ਫਖਰ ਕਹਿੰਦੇ ਨੇ ਕਿਊਟ ਤੇ ਉਸਮਾਨ ਕਹਿੰਦੇ ਨੇ ਸੋ ਨਾਈਸ ਅਸਲਾਮ ਅਲੈਕੁਮ ਕਹਿੰਦੇ ਮੁਜਾਹਦ ਖਾਨ ਲੁਬਨਾ ਕਹਿੰਦੇ ਨੇ ਜੀ ਲੁਬਨਾ ਕੀ ਕਹਿੰਦੇ ਨੇ ਸਰਦੀ ਨਹੀਂ ਲੱਗ ਰਹੀ ਸਰਦੀ ਨਹੀਂ ਆ ਇੱਥੇ ਗਰਮੀ ਆ ਹਾਂ ਬੜੀ ਗਰਮੀ ਆ ਹਾਂ ਏ ਸੀ ਚ ਬੈਠੀ ਆ ਮੈਂ AC ਚ ਤੇ ਫਿਰ ਵੀ ਆਹ ਕੱਪੜੇ ਪਾਏ ਆ ਫਿਰ ਵੀ ਨੀ ਮਤਲਬ ਸਰਦੀ ਨੀ ਲੱਗ ਰਹੀ ਜ਼ਰਾ ਵੀ ਨੀ ਲੱਗ ਰਹੀ ਹਬੀਬੁੱਲਾ ਕਹਿੰਦੇ ਨੇ ਹਾਂ 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 ਸ਼ੇਅਰ ਕਰਨੇ ਸੇ ਪਤਾ ਨੀ ਕੀ ਹੋਗਾ ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀ ਵੇ ਰਾਤਾਂ ਆ ਗਈਆਂ ਚਾਨਣੀਆਂ ਸਾਡਾ ਕੱਲਿਆ ਨਹੀਂ ਲੱਗਦਾ ਦਿਲ ਮਾਹੀ ਵੇ ਰਾਤਾਂ ਆ ਗਈਆਂ ਚਾਨਣੀਆਂ ਸਰ ਪੇ ਦੁਪੱਟਾ ਲੈ ਲੋ ਲੈ ਲਿਆ ਜਨਾਬ ਦੁਪੱਟਾ ਹੀ ਲਿੱਤਾ ਹੋਇਆ ਜਨਾਬ ਹਾਂ ਘਰ ਬਾਜੀ ਗੱਲ ਨੀ ਸੁਣਦੀ ਮੈਨੂੰ ਆ ਕੇ ਦੁਪੱਟਾ ਦਵਾਉਣ ਲੱਗ ਪੈਂਦਾ ਬੰਦੇ ਬੰਦੇ ਦੀ ਮੈਂ ਗੱਲ ਸੁਣਨੀ ਹੁੰਦੀ ਹਾਂ ਹਾਂ ਤੇ ਤੂੰ ਲੱਖ ਬੁਲਾ ਕੇ ਵੇਖ ਮੈਨੂੰ ਲੁਬਣਾ ਕਹਿੰਦੇ ਨੇ ਅੱਛਾ ਬਾਹਰ ਸਰਦੀ ਆ ਹਾਂ ਮੈਂ ਸੁਣਿਆ ਪਾਕਿਸਤਾਨ ਚ ਤੇ ਇੰਡੀਆ ਪੰਜਾਬ ਚ ਬਹੁਤ ਠੰਡ ਪੈ ਗਈ ਆ ਸ਼ਹਿਜ਼ਾਦ ਕਹਿੰਦੇ ਨੇ ਹਾਂ ਹਾਂ ਮੈਂ ਤਾਂ ਰਜਾਈ ਵਿੱਚ ਸੁੱਤਾ ਪਿਆ ਪਰੀ ਕਹਿੰਦੇ ਨੇ ਪਰੀ ਐਂਜਲ ਕਹਿੰਦੇ ਨੇ ਆਪ ਕਹਾਂ ਸੇ ਮੈਂ ਦੁਬਈ ਤੋਂ ਬਟ ਕਹਿੰਦੇ ਨੇ ਪੰਜਾਬੀ ਕੁੜੀ ਵੈਰੀ ਫਨੀ ਤੇ ਮੁਹੰਮਦ ਪਰਵੇਜ਼ ਕਹਿੰਦੇ ਨੇ ਦੀਨ ਮੁਹੰਮਦ ਕਾ ਹੈ ਹਾਂ ਦੀਨ ਮੁਹੰਮਦ ਕਾ ਹੈ ਤੁਹਾਰੇ ਬਿਲਕੁਲ ਠੀਕ ਆ ਜਸਕਿਲ ਕਹਿੰਦੇ ਨੇ ਬਿਊਟੀਫੁਲ ਹੈ ਜੈਸੀ ਵੀ ਹੈ ਨੈਨਾ ਕਾ ਡਰੈਸ ਓਕੇ ਸ਼ਹਿਜ਼ਾਦ ਕਹਿੰਦੇ ਨੇ ਆ ਜਾਊ ਫਿਰ ਆਮਿਰ ਕਹਿੰਦੇ ਨੇ ਮੈਂ ਆਤਾ ਹੂੰ ਆ ਜਾਓ ਜਨਾਬ ਡਰੈਸ ਸ਼ਾਇਦ ਕਹਿੰਦੇ ਨੇ ਬਹੁਤ ਖੂਬ
ਤੇ ਸ਼ਾਹਦ ਕਹਿੰਦੇ ਨੇ ਨਾਈਸ ਜੀ, ਮੁਹੰਮਦ ਸ਼ਾਬਾਦ ਆਪਣਾ ਨੰਬਰ ਭੇਜਿਆ ਤੇ ਇਹ ਕੌਣ ਕਹਿੰਦੇ ਨੇ ਗੁੱਡ ਬਾਏ, ਗਿਵ ਯੂ ਹੈਪੀਨੈਸ, ਥੈਂਕ ਯੂ ਵੈਰੀ ਮੱਚ ਜ਼ਹੀਰ ਰਾਜਪੂਤ। ਤੇ ਸ਼ਹਜ਼ਾਦ ਕਹਿੰਦੇ ਨੇ ਕੋਈ ਸੌਂਗ ਸੁਣਾ ਦਿਓ। ਅਫਜ਼ਲ ਕਹਿੰਦੇ ਨੇ ਅਕੇਲੇ ਤਨਹਾ ਜੀਆ ਨਾ ਜਾਏ, ਅਕੇਲੇ ਤਨਹਾ ਜੀਆ ਨਾ ਜਾਏ, ਤੇਰੇ ਬਿਨ ਭੁਲਾ ਨਾ ਤੁਮਕੋ, ਭੁਲਾ ਨਾ ਤੁਮਕੋ ਹੈ ਮੁਸ਼ਕਿਲ ਅਕੇਲੇ ਤਨਹਾ। ਇਸਲਾਮਾਬਾਦ ਡਰਾਮੇ ਵਾਲੋ ਕੋ ਸਲਾਮ। ਰਾਜਪੂਤ ਕਹਿੰਦੇ ਨੇ ਪਤਾ ਨੀ ਕੀ ਮੇਰੀ ਬਾਤੋਂ ਸੇ ਆਪਕਾ ਦਿਲ ਦੁਖਾ, ਮੁਝੇ ਮਾਫ ਕਰਨਾ। ਪ੍ਰਵੇਸ਼ ਸਾਹਿਬ ਕਹਿੰਦੇ ਨੇ ਪ੍ਰਵੇਸ਼ ਸਾਹਿਬ ਮੈਨੂੰ ਵੀ ਮਾਫ ਕਰਨਾ ਜੇ ਮੈਂ ਕਿਸੇ ਨਾਲ ਤਲਖ ਬੋਲੀ, ਥੈਂਕ ਯੂ ਵੈਰੀ ਮੱਚ। ਗਫਾਰ ਕਹਿੰਦੇ ਨੇ ਲਵਲੀ, ਗਵੇ ਕਹਿੰਦੇ ਨੇ ਹੈਲੋ, ਅਦਿਲ ਕਹਿੰਦੇ ਨੇ ਆਹੋ ਇੱਥੇ ਬੜੀ ਠੰਡ ਆ, ਮੂੰਗਫਲੀ ਖਾਣੀ ਆ ਨਹੀਂ ਖਾਣੀ। ਇਬਰਾਹਿਮ ਕਹਿੰਦੇ ਨੇ ਕਾਲ ਮੀ, ਗਵੇ ਸਿੰਘ ਕਹਿੰਦੇ ਨੇ ਹੈਲੋ ਹੈਲੋ ਗਵੇ, ਅਦਿਲ ਕਹਿੰਦੇ ਨੇ ਬਸ ਕਰਦੇ, ਅਦਿਲ ਕੀ ਹੋ ਗਿਆ। ਸ਼ਹਜ਼ਾਦ ਕਹਿੰਦੇ ਨੇ ਕਹਾ ਆਊ, ਤੇ ਕਹਾ ਆਊ ਸ਼ਹਜ਼ਾਦ ਕਿਉਂ, ਮੈਂ ਤੈਨੂੰ ਕਿੱਥੇ ਬੁਲਾਇਆ, ਮੈਂ ਤੇਰੀ ਦਾਵਤ ਕੀਤੀ ਆ, ਤੁਸੀਂ ਸਮਾਈਲ ਬਹੁਤ ਵਧੀਆ ਕਰਦੇ ਹੋ। ਹਬੀਬ ਕਹਿੰਦੇ ਨੇ ਸਾਡੇ ਮੈਸੇਜ ਵੀ ਪੜ ਲਓ। ਜਸਲ ਕਹਿੰਦੇ ਨੇ ਟੇਕ ਕੇਅਰ, ਗੁੱਡ ਨਾਈਟ, ਦੁਬਈ ਮੈਂ ਰਹਿਤੀ ਹੋ, ਆਹੋ ਜੀ ਦੁਬਈ ਚ ਰਹਿੰਦੀ ਆ। ਹਾਂ ਛੋਟਾ ਬੱਚਾ। ਤੇ ਮੁਹੰਮਦ ਮਾਜਿਦ ਕਹਿੰਦੇ ਨੇ, ਮੁਹੰਮਦ ਮਾਜਿਦ ਕਹਿੰਦੇ ਨੇ ਜੀ ਮੇਰੀ ਜੋ ਅੰਮੀ ਹੈ ਉਹ ਰਾਤ ਕੋ ਬਾਹਰ ਨਿਕਲ। ਅੱਛਾ ਸਜਾਦ ਕੁਛ ਕਹਿੰਦੇ ਨੇ, ਸ਼ਾਜ਼ੇਬ ਕਹਿੰਦੇ ਨੇ ਬਿਊਟੀਫੁਲ ਲੈਂਗੁਏਜ ਲੇਕਿਨ ਸਮਝ ਨਹੀਂ ਆਤੀ ਪਖਤੂਨ। ਅੱਛਾ ਉਹ ਪਖਤੂਨ, ਸੋਰੀ ਮੈਨੂੰ ਪਸ਼ਤੋ ਨਹੀਂ ਆਉਂਦੀ, ਵਰਨਾ ਮੈਂ ਤੁਹਾਨੂੰ ਜ਼ਰੂਰ ਬੋਲ ਕੇ ਦਿਖਾਉਂਦੀ। ਲੱਭੈਕ ਯਾਰ ਰਸੂਲ ਅੱਲਾਹ, ਲੱਭੈਕ। ਸਰਦਾਰ ਕਹਿੰਦੇ ਨੇ ਹੈਲੋ ਜੀ ਕੀ ਹਾਲ ਹੈ। ਯਾਸਿਨ ਕਹਿੰਦੇ ਨੇ ਮਾਸ਼ਾਅੱਲਾ। ਅਨੁਮਲ ਕਹਿੰਦੇ ਨੇ ਜਿੱਦੀ ਜਲਦੀ ਦੱਸੋ। ਮਹਿਰ ਕਹਿੰਦੇ ਨੇ ਬਹੁਤ ਪਿਆਰੀ। ਚੌਧਰੀ ਕਹਿੰਦੇ ਨੇ ਹਾਂਜੀ। ਮੁਦਸ ਕਹਿੰਦੇ ਨੇ ਸੋਹਣੇ ਲੱਗ ਰਹੇ ਹੋ। ਗਵੇ ਕਹਿੰਦੇ ਨੇ ਗੋਡ ਬਲੈਸ ਯੂ, ਗੋਡ ਬਲੈਸ ਯੂ ਟੂ। ਇਬਰਾਹਿਮ ਕਹਿੰਦੇ ਨੇ ਪਸ਼ਤੋ। ਮੁਹੰਮਦ ਕਹਿੰਦੇ ਨੇ ਨੰਬਰ ਦੇ ਦਿੱਤਾ। ਤਬਸਮ ਕਹਿੰਦੇ ਨੇ ਚੱਲ ਮੈਸੇਜ ਪੜ ਲਾ। ਮੁਹੰਮਦ ਕਹਿੰਦੇ ਨੇ ਓਕੇ ਬਾਏ, ਓਕੇ ਬਾਏ। ਅਫਜ਼ਲ ਕਹਿੰਦੇ ਨੇ ਕੈਸੀ ਬੇਵਫਾ ਗਰਲ ਹੋ, ਪਤਾ ਨੀ ਕੀ ਹੋ ਗਿਆ। ਤੇ ਆਮਿਰ ਕਹਿੰਦੇ ਨੇ ਕਰਤੀ ਕਿਆ ਹੋ, ਆਹ ਹੀ ਕਰਨੀ ਆ, ਹੋਸਟਿੰਗ ਕਰਦੀ। ਰਿਜ਼ਵਾਨ ਕਹਿੰਦੇ ਨੇ ਸਿਸਟਰ ਮੈਂ ਵੀ ਨੰਬਰ ਦੂੰ ਆਪਕੋ। ਜਿੰਨਾ ਜਿੰਨਾ ਲੋਕਾਂ ਦੇ ਦੁਬਈ ਦਾ ਨੰਬਰ ਸੀ ਸਿਰਫ ਉਹਨਾਂ ਨੂੰ ਮੈਂ ਕਿਹਾ ਸੀ ਵੀ ਦੇ ਦਿਓ, ਉਹ ਸਾਰੇ ਮੈਂ ਰਾਈਟ ਡਾਊਨ ਕਰ ਲਿਆ। ਹੁਣ ਹਾਲੀ ਨਾ ਭੇਜਣਾ ਨੰਬਰ, ਹਾਂ ਬਹੁਤ ਨੰਬਰ ਹੋ ਗਿਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਮੇਨਟੇਨ ਕਿੱਦਾਂ ਕਰਾਂਗੀ। ਹਾਂ ਕੁਛ ਸਾਲ ਪਹਿਲੇ ਮੈਂ ਇਵੈਂਟ ਮੈਨੇਜਮੈਂਟ ਕਰਦੀ ਹੁੰਦੀ ਸੀ, ਫੈਸ਼ਨ ਸ਼ੋ ਮੈਨੇਜ ਕਰਵਾਉਂਦੀ ਸੀ, ਤਾਂ ਉਹ ਹੀ ਦੌਰ ਫੇਰ ਪਲਟ ਕੇ ਆ ਗਿਆ। ਉਹ ਫੈਸ਼ਨ ਸ਼ੋ ਹੁੰਦਾ ਸੀ, ਆਹ ਜ਼ਰਾ ਸਿੰਪਲ ਕਿਸਮ ਦਾ ਸ਼ੋ ਹੋਣਾ, ਲੇਕਿਨ ਫੇਰ ਵੀ ਟੈਨਸ਼ਨ ਤੇ ਹੀ ਗਿਆ ਨਾ, ਕੰਮ ਤੇ ਵੱਧ ਗਿਆ। ਹਾਂ ਅਧੀਲ ਕਹਿੰਦੇ ਨੇ ਯਾਰ ਬੜੀ ਚੰਗੀ ਪੰਜਾਬੀ ਬੋਲਦੇ ਹੋ, ਕਿੱਥੋਂ ਸਿੱਖੀ ਆ। ਅਫਜ਼ਲ ਕਹਿੰਦੇ ਨੇ ਕੀ ਹਾਲ ਹੈ, ਮੈਂ ਆਪਣੇ ਬੰਦੇ ਕੋਲ ਸਿੱਖਿਆ। ਲੁਬਣਾ ਕਹਿੰਦੇ ਨੇ ਉਸਾਫ ਭਾਈ ਕਾ ਸਲਾਮ, ਵਾਲੇਕੁਮ ਅਸਲਾਮ ਉਸਾਫ ਭਾਈ। ਅਫਜ਼ਲ ਕਹਿੰਦੇ ਨੇ ਕਹਾਂ ਸੇ ਹੋ, ਦੁਬਈ ਮੇ ਮੈਂ ਡੇਰਾ ਮੈਂ ਰਹਿਤਾ ਹੂੰ। ਤੂੰ ਡੇਰਾ ਚ ਰਹਿੰਦਾ ਤੇ ਮੈਂ ਕੀ ਕਰਨਾ, ਮੈਂ ਵੀ ਡੇਰਾ ਚ ਹੀ ਰਹਿੰਦੀ ਹਾਂ। ਹਾਂ ਤੇ ਇਮਰਾਨ ਕਹਿੰਦੇ ਨੇ ਹੈਲੋ, ਤਬਸਮ ਕਹਿੰਦੇ ਨੇ ਆਂਟੀ ਜੀ ਕੈਸੀ ਹੋ ਮੈਂ ਵਧੀਆ, ਜ਼ਾਹਿਦ ਕਹਿੰਦੇ ਨੇ ਜੀ ਸੋ ਸਵੀਟ, ਥੈਂਕ ਯੂ ਵੈਰੀ ਮੱਚ। ਹਬੀਬ ਕਹਿੰਦੇ ਨੇ ਸੂਰਤ ਸੁਣਾਓ ਬੈਣ ਜੀ, ਸੂਰਤ ਸੁਣਾਵਾਂ, ਕਿਹੜੀ ਸੂਰਤ ਸੁਣਾਵਾਂ ਹੁਣ ਮੈਂ ਤੈਨੂੰ, ਆਹ ਕਿਹੜਾ ਇਮਤਿਹਾਨ ਆ, ਤੁਸੀਂ ਮੇਰਾ ਇਮਤਿਹਾਨ ਲੈਣ ਆਉਂਦੇ ਹੋ ਕਿ ਪ੍ਰੋਗਰਾਮ ਅਟੈਂਡ ਕਰਨ ਆਉਂਦੇ ਹੋ, ਬਹੁਤ ਬੇਫਾਲ ਹੋ, ਹਮਾਰਾ ਮੈਸੇਜ ਨਹੀਂ ਪੜ੍ਹਦੀ, ਸੋਰੀ ਜੀ, ਪੜ੍ਹ ਲਿਆ, ਮਰਜ਼ੀ ਹੈ ਆਪਕੀ, ਬਾਤ ਨਹੀਂ ਕਰਦੀ। ਆਮਿਰ ਸਜਾਦ ਨਹੀਂ ਯਾਰ, ਕਰਦੀ ਪਈ ਆ। ਅਲੀਸ਼ਵਾ ਕਹਿੰਦੇ ਨੇ ਉਫ ਕਿਤਨਾ ਬੋਲਦੀ ਹੋ। ਅਲੀ ਕਹਿੰਦੇ ਨੇ ਹੈਲੋ ਜੀ। ਕੁਰਬਾਨ ਕਹਿੰਦੇ ਨੇ ਉਮਰ ਕਿੰਨੀ ਆ ਤੇਰੀ, ਤੂੰ ਭਰਾ ਦਾ ਰਿਸ਼ਤਾ ਦੇਣਾ ਆਪਣੇ ਕੋਲ ਰੱਖ। ਅਰਸ਼ਦ ਕਹਿੰਦੇ ਨੇ ਹੈਲੋ ਜੀ। ਸੈਯਦ ਕਹਿੰਦੇ ਨੇ ਹਾਊ ਆਰ ਯੂ ਮਾਈ ਡੀਅਰ ਫਰੈਂਡ। ਜਸਗਿਲ ਕਹਿੰਦੇ ਨੇ ਪੰਜਾਬੀ ਆ ਉਹ ਵੀ, ਤੇ ਕਹਿੰਦੇ ਸਾਧ ਭਵਾਨੀ ਨੇ ਆਪਣਾ ਨੰਬਰ ਭੇਜਿਆ। ਵਾਸਿਫ ਕਹਿੰਦੇ ਨੇ ਹੈਲੋ। ਅਕਰਮ ਕਹਿੰਦੇ ਨੇ ਮਾਸ਼ਾਅੱਲਾ। ਫੈਸਲ ਕਹਿੰਦੇ ਨੇ ਸੋਰੀ ਮੈਂ ਲੇਟ ਹੋ ਗਿਆ। ਫਜ਼ਲ ਅਬਾਸ ਕੋਈ ਗੱਲ ਨਹੀਂ। ਗਵੇ ਕਹਿੰਦੇ ਨੇ ਸੋ ਸਵੀਟ, ਤੇ ਟਾਈਮ ਹੋ ਗਿਆ। ਪੰਜਾਬੀ ਕਹਿੰਦੇ ਨੇ ਪੰਜਾਬੀ ਆ ਉਹ ਵੀ, ਹਾਂ ਉਹ ਵੀ ਪੰਜਾਬੀ ਆ, ਉਹ ਇੰਡੀਆ ਤੋਂ ਆ। ਨਵੀਦ ਕਹਿੰਦੇ ਨੇ ਆ ਜਾਓ ਫਿਰ ਇਸਲਾਮਾਬਾਦ। ਮੁਹੰਮਦ ਕਹਿੰਦੇ ਨੇ ਨਹੀਂ ਜੀ ਇਸਲਾਮਾਬਾਦ ਨਹੀਂ ਆਉਣਾ। ਯਾਸ ਕਹਿੰਦੇ ਨੇ ਵੈਰੀ ਨਾਈਸ। ਬਟ ਕਹਿੰਦੇ ਨੇ ਲੱਭੈਕ ਯਾਰ ਰਸੂਲਾ, ਸਭ ਬੱਚੋਂ ਕੋ ਸਲਾਮ। ਓਕੇ ਜੀ, ਲੱਭੈਕ ਯਾਰ ਰਸੂਲਾ, ਸਾਰਿਆਂ ਨੂੰ ਸਲਾਮ ਜੀ। ਜਸਕਿਲ ਕਹਿੰਦੇ ਨੇ ਰਾਤ ਨੂੰ ਮਿਲਦੇ ਹਾਂ। ਓਕੇ ਜੀ, ਰਾਤ ਨੂੰ ਮਿਲਦੇ ਹਾਂ ਇਨਸ਼ਾਅੱਲਾ। ਟਾਈਮ ਹੋ ਗਿਆ ਪੂਰਾ, ਛੁੱਟੀ ਟਾਈਮ ਪੂਰਾ ਹੋ ਗਿਆ ਜਨਾਬ। ਅੱਛਾ ਹੁਣ ਨੈਣਾ ਸਰਾਣਾ ਨੂੰ ਇਜਾਜ਼ਤ ਦਿਓ। ਰਾਤ ਨੂੰ ਪੰਜਾਬੀ ਲਵਰਸ ਟੀਵੀ ਨੈਟਵਰਕ ਤੇ ਫੇਸਬੁੱਕ ਦਾ ਜਿਹੜਾ ਪੇਜ ਆ ਪੰਜਾਬੀ ਲਵਰਸ ਟੀਵੀ ਨੈਟਵਰਕ, ਉਹਨੂੰ ਆ ਕੇ ਫੋਲੋ ਤੇ ਲਾਈਕ ਕਰਨਾ ਨਾ ਭੁੱਲਣਾ, ਉਹਦੇ ਤੇ ਮੁਲਾਕਾਤ ਹੋਏਗੀ। ਮੇਰਾ ਪ੍ਰੋਗਰਾਮ ਲਾਈਕ ਵੀ ਕਰਾ ਕਰੋ ਤੇ ਸ਼ੇਅਰ ਵੀ ਕਰਾ ਕਰੋ, ਠੀਕ ਆ? ਜੇ ਤੁਸੀਂ ਮੇਰੇ ਨਾਲ ਮੁਹੱਬਤ ਕਰਦੇ ਹੋ, ਜੇ ਤੁਸੀਂ ਮੈਨੂੰ ਚਾਹੁੰਦੇ ਹੋ, ਜੇ ਮੇਰਾ ਪ੍ਰੋਗਰਾਮ ਲਾਈਕ ਕਰਦੇ ਹੋ, ਇਸ ਤੋਂ ਇਲਾਵਾ ਯੂਟਿਊਬ ਤੇ ਜਾ ਕੇ ਪੰਜਾਬੀ ਲਵਰਸ ਟੀਵੀ ਨੈਟਵਰਕ ਖੋਲ ਕੇ ਮੇਰੀ ਉੱਥੇ ਵੀਡੀਓਜ਼ ਪਈਆਂ ਹੋਈਆਂ ਬਹੁਤ ਸਾਰੀਆਂ, ਉਹ ਦੇਖੋ। ਤੇ ਯੂਸਫ ਪੰਜਾਬੀ ਸਾਹਿਬ ਨੂੰ ਮੈਂ ਕਦੋਂ ਦਾ ਕਿਹਾ, ਜਿਹੜੀ ਮੇਰੀ ਮੂਵੀ ਦਿੱਤੀ ਆ ਉਹ ਮੂਵੀ ਅਪਲੋਡ ਕਰ ਦਿਓ। ਮੂਵੀ ਨਹੀਂ ਅਪਲੋਡ ਕਰਦੇ, ਖਰੇ ਕੀ ਚਾਹੁੰਦੇ ਆ? ਹਾਂ ਕਿੰਨੀ ਕੁ ਪਬਲਿਸਿਟੀ ਕਰਵਾਉਣੀ ਆ ਇਹਦੀ।
ਤੇ ਖੈਰ ਜਨਾਬ ਠੀਕ ਹੋ ਗਿਆ, ਸਾਰੇ ਜਣਿਆਂ ਨੂੰ ਬਹੁਤ 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 ਸਲਾਮ ਮੇਰਾ, ਤੇ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ, ਦੁਆਵਾਂ ਦੀ ਹਰ ਬੰਦੇ ਨੂੰ ਹਰ ਵੇਲੇ ਲੋੜ ਹੁੰਦੀ ਆ, ਕੋਈ ਕਿੰਨਾ ਵੀ ਖੁਸ਼ਹਾਲ ਹੋਵੇ ਉਹਨੂੰ ਦੁਆ ਦੀ ਲੋੜ ਹੁੰਦੀ ਆ, ਇਸ ਕਰਕੇ ਆਪਣੀਆਂ ਦੁਆਵਾਂ 'ਚ ਤੁਸੀਂ ਮੈਨੂੰ ਯਾਦ ਰੱਖਣਾ ਤੇ ਮੈਂ ਤੁਹਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਾਂਗੀ। ਹੁਣ ਮੇਰਾ ਖਿਆਲ ਆ ਮਗਰਬ ਦਾ ਟਾਈਮ, ਮਗਰਬ ਪੜ੍ਹ ਕੇ ਹਾਂਡੀ ਪਕਾਉਣੀ ਆ, ਫਿਰ ਮਿਲਦੇ ਹਾਂ ਪੰਜਾਬੀ ਲਵਰਸ ਟੀਵੀ ਨੈਟਵਰਕ 'ਤੇ, ਠੀਕ ਆ, ਪੂਰੇ ਡੇਢ ਘੰਟੇ ਬਾਅਦ। ਰੱਬ ਰਾਖਾ।